ਟਿਵਾਣਾ ਰੇਡੀ ਦੇ ਸਤਿਕਾਰ ਸਰੋਤੇ ਲਓ ਫਿਰ ਆਪਣੇ ਨਾਲ ਕਵੀ ਮਹੋਦਿਆ ਜੁੜ ਗਏ ਨੇ, ਐਡਵੋਕੇਟ ਰਾਜਨ ਸੈਣੀ ਸਾਹਿਬ। ਸੈਣੀ ਸਾਹਿਬ ਸਵਾਗਤ, ਸਤਿ ਸ਼੍ਰੀ ਅਕਾਲ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਸੁਣਾਓ ਫਿਰ ਕਿਹੜੀ ਕਵਿਤਾ ਅੱਜ? ਅੱਜ ਤੁਕਬੱਦੀ ਜਿਹੜੀ ਆ ਜੀ ਬਦਲਾਅ ਦੇ ਉੱਤੇ ਕੀਤੀ ਆ, ਜਿਹਦੀਆਂ ਪਹਿਲੀਆਂ ਤਿੰਨ ਲਾਈਨਾਂ ਜਿਹੜੀਆਂ ਮੇਰੇ ਉਸਤਾਦ ਸਿਕੰਦਰ ਔਜਲਾ ਸਾਹਿਬ ਨੇ ਭੇਜੀਆਂ ਮੈਨੂੰ, ਉਹਨਾਂ ਨੇ ਕਿਹਾ ਵੀ ਇਹਦੇ ਉੱਤੇ ਜਿਹੜਾ ਆ ਕਵਿਤਾ ਲਿਖੋ, ਤੇ ਉਹਨਾਂ ਦਾ ਹੁਕਮ ਦਾ ਪਾਲਣਾ ਕਰਦੇ ਹੋਏ ਜੀ ਅੱਗੇ ਜਿਹੜੀਆਂ ਚਾਰ ਲਾਈਨਾਂ ਮੈਂ ਲਿਖੀ ਆਈਆਂ ਉਹ ਤੁਹਾਡੀ ਸੇਵਾ ਦੇ ਵਿੱਚ ਅਰਜੇ ਆ ਜੀ। ਆਉਣ ਦਿਓ। ਇਹਨੂੰ ਕਹਿੰਦੇ ਆ ਦੇਖੋ ਲੋਕੋ ਬਦਲਾ ਬਦਲਾ, MLA ਢੋਲ ਵਜਾਵੇ ਮੰਤਰੀ ਰਿਹਾ ਭੰਗੜਾ ਪਾ। ਕਿਆ ਬਾਤ ਹੈ, ਜਲੰਧਰ ਚੋਣ। ਇਹਨੂੰ ਕਹਿੰਦੇ ਆ ਦੇਖੋ ਲੋਕੋ ਬਦਲਾ। ਜਲੰਧਰ ਚੋਣ ਜਿੱਤ ਲਈ ਭਗਵੰਤ ਮਾਨ ਕੁਰਸੀ ਗਿਆ ਬਚਾ, ਇਹਨੂੰ ਕਹਿੰਦੇ ਆ ਦੇਖੋ ਲੋਕੋ ਬਦਲਾ ਜੀ। ਘਰ ਘਰ ਆਟਾ ਪਹੁੰਚਦਾ ਪਰ ਮਿਲਿਆ ਨੀ ਮੈਨੂੰ ਕੋਈ ਗਵਾਹ, ਇਹਨੂੰ ਕਹਿੰਦੇ ਦੇਖੋ ਲੋਕੋ ਬਦਲਾ। ਸਾਰੇ ਮੁੱਦੇ ਮੁੱਕ ਗਏ ਨੇ, ਪਾਣੀ ਭਾਵੇਂ ਸੁੱਕ ਗਏ ਨੇ, ਮੇਰੀ ਕਿਸਮਤ ਨੂੰ ਮੀਂਹ ਗਿਆ ਆ, ਇਹਨੂੰ ਕਹਿੰਦੇ ਆ ਦੇਖੋ ਲੋਕੋ ਬਦਲਾ। ਕਿਸਾਨ ਧਰਨੇ ਲਾਉਣੋਂ ਹਟ ਗਏ, MSP ਤੇ ਫਸਲਾਂ ਦੇ ਮੁੱਲ ਵੱਟ ਗਏ, ਸੀਮਟ ਦੇ ਵਿੱਚੋਂ ਨਿਕਲਦੀ ਪਈ ਸਵਾਹ, ਇਹਨੂੰ ਕਹਿੰਦੇ ਆ ਦੇਖੋ ਲੋਕੋ ਬਦਲਾ। ਕੱਚੇ ਮੁਲਾਜ਼ਮ ਸਾਰੇ ਪੱਕੇ ਕਰਤੇ, ਆਟਾ ਵੰਡਣ ਵਾਲੇ 1500 ਭਾਵੇਂ ਕੱਢਦੇ, ਘਰ ਘਰ ਰੁਜ਼ਗਾਰ ਦਿੱਤਾ ਪਹੁੰਚਾ, ਇਹਨੂੰ ਕਹਿੰਦੇ ਦੇਖੋ ਲੋਕੋ ਬਦਲਾ। ਬਿਜਲੀ ਦੇ ਬਿੱਲ ਜ਼ੀਰੋ ਕਰਤੇ, ਪੂਰੇ ਦੇਸ਼ ਅੱਗੇ ਸਬੂਤ ਵੀ ਧਰਤੇ, ਉਹ ਸੈਣੀ ਤੇਰਾ 8000 ਕਿੱਥੋਂ ਬਿੱਲ ਗਿਆ ਆ, ਇਹਨੂੰ ਕਹਿੰਦੇ ਬਦਲਾ। ਕਿਆ ਬਾਤ, 8000 ਆ ਗਿਆ ਕਿ ਸਾਡਾ ਤਾਂ 12.5 ਆ ਗਿਆ। ਜਿਹੜਾ ਕਰਦਾ ਸੀ ਸਰਕਾਰ ਨੂੰ ਦਾਬੂ, NSA ਲਗਾ ਕਰਿਆ ਕਾਬੂ, ਕੇਂਦਰ ਪਾਊ ਆਪਣਾ ਝਾਬੂ, ਹੁਣ NSA ਦਿੱਤੀ ਵਧਾ, ਇਹਨੂੰ ਕਹਿੰਦੇ ਆ ਦੇਖੋ ਲੋਕੋ ਬਦਲਾ। ਗੈਰ ਕਾਨੂੰਨੀ ਕਬਜ਼ੇ ਹਟ ਗਏ, ਸਿਸਮਾਂ ਵਾਲਾ ਮਹਿਲ ਵੀ ਟੱਪ ਗਏ, ਸੁੱਖ ਵਿਲਾਸ ਵਾਲੇ ਕਾਗਜ਼ ਫਟ ਗਏ, ਟੇਬਲ ਤੇ ਮੇਰੇ ਗਏ ਸੀ ਆ, ਇਹਨੂੰ ਕਹਿੰਦੇ ਦੇਖੋ ਲੋਕੋ ਬਦਲਾ। ਭ੍ਰਿਸ਼ਟਾਚਾਰ ਬਾਰੇ ਕੀ ਪੁੱਛਦਾ ਉਸਤਾਦ ਸਿਕੰਦਰ, ਭ੍ਰਿਸ਼ਟਾਚਾਰ ਮਿਟਾਉਣ ਵਾਲਾ ਭ੍ਰਿਸ਼ਟਾਚਾਰ ਦੇ ਕੇਸ ਜੀ ਅੰਦਰ, ED ਨੇ ਕੀਤੇ ਹੁਣ ਤਬਾਹ, ਇਹਨੂੰ ਕਹਿੰਦੇ ਦੇਖੋ ਲੋਕੋ ਬਦਲਾ। ਧੰਨਵਾਦ ਉਹਨਾਂ ਲੋਕਾਂ ਦਾ, ਪਾਈਆਂ ਹੋਈਆਂ ਵੋਟਾਂ ਦਾ, ਜਿਸ ਬਹੁਤਿਆਂ ਦੇ ਹੋ ਗਏ ਨੇ ਵਿਆਹ, ਇਹੀ ਹੈ ਬਦਲਾਵ ਲੋਕੋ, ਇਹੀ ਹੈ ਬਦਲਾਵ। ਮਿਹਰਬਾਨੀ ਜੀ, ਸ਼ੁਕਰੀਆ, ਥੈਂਕ ਯੂ। ਮਿਹਰਬਾਨੀ ਮਿਹਰਬਾਨੀ, ਥੈਂਕ ਯੂ, ਮਿਹਰਬਾਨੀ ਐਡਵੋਕੇਟ ਸੈਣੀ ਸਾਹਿਬ। ਸੋ ਬਿਲਕੁਲ ਕੰਮ ਕੀਤੇ ਬੋਲਦੇ ਨੇ ਅਤੇ ਇਸ਼ਤਿਹਾਰ ਦਿੱਤਾ ਲਵਾ, ਇਹਨੂੰ ਕਹਿੰਦੇ ਆ ਲੋਕੀ ਬਦਲਾ, ਹੈ ਨਾ। ਸੋ ਇਹ ਵੀ ਗੱਲ ਹੈ ਇਸ ਦੇ ਵਿੱਚ, ਹੈ ਨਾ। ਅਤੇ ਮੇਰੇ ਖਿਆਲ ਨਵੇਂ ਲਿੰਕ 'ਤੇ ਚੱਲਿਆ ਦੁਬਾਰਾ ਪ੍ਰੋਗਰਾਮ, ਚੀਮਾ ਸਾਹਿਬ ਕਹਿੰਦੇ ਮੇਰੇ ਕੋਲ ਚੱਲਿਆ ਨਹੀਂ, ਸ਼ਾਇਦ ਨਹੀਂ ਚੱਲ ਰਿਹਾ, ਉਸੇ ਲਿੰਕ 'ਤੇ ਚੱਲ ਰਿਹਾ ਭਾਈ ਜਾਨ। 315 ਲਾਈਕਸ ਚੱਲ ਰਹੇ ਨੇ ਇਸ ਵਕਤ, 315 ਸੱਜਣ ਜੁੜ ਰਹੇ ਨੇ, ਅਤੇ ਚੱਲ ਰਿਹਾ ਟਰਨਾ ਟਰਨ ਮੇਰਾ ਖਿਆਲ ਆ। ਅਤੇ ਮੈਂ ਵੀ ਚੈੱਕ ਕਰ ਲੈਣਾ ਮੇਰੇ ਵਾਲਾ ਹੈੱਡਫੋਨ ਲਗਾ ਕੇ, ਇਹਦਾ ਨਵਾਂ ਕਨੈਕਸ਼ਨ ਵੀ ਰਿਸਪੋਂਸ ਨਹੀਂ ਕਰਦਾ ਟੁੱਟ ਪੈਣੇ ਦਾ।
ਤੇ ਬਦਲਾਅ ਕਵਿਤਾ ਤੁਸੀਂ ਸੁਣੀ ਰਾਜਨ ਸੈਣੀ ਸਾਹਿਬ ਹੋਰਾਂ ਦੀ, ਤੇ ਬਦਲਾਅ ਕਵਿਤਾ ਤੁਸੀਂ ਚੱਲ ਰਹੀ ਹੈ ਜੀ, ਚੱਲ ਰਿਹਾ। ਆਸੇ ਮਾਜਰਾ ਸਾਹਿਬ, ਗੁਰਮੀਤ ਸਿੰਘ, ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਹਾਂ ਦੇਖੋ, ਪਹਿਲਾਂ ਸਹਿਕਾਰਤਾ ਮਰੀ, ਹੁਣ ਇਹ ਚੀਜ਼ ਮਰ ਰਿਹਾ, ਅਤੇ ਕਿੰਨੀਆਂ ਜੌਬਾਂ ਖੁਸ਼ ਰਹੀਆਂ ਨੇ, ਅਤੇ ਉਹ ਹੁਣ ਦੇਖੋ ਜਿਹੜੇ ਗੁਜਰਾਤ ਵਾਲੇ ਆ ਕੇ ਕਾਮਯਾਬ ਹੋਈ ਜਾਂਦੇ ਨੇ, ਸਾਡੇ ਕਿਉਂ ਨਹੀਂ, ਉਹ ਬੇਗਾਨੇ ਬੰਦੇ ਕਾਮਯਾਬ ਹੋ ਰਹੇ ਆ, ਹੈ ਨਾ। ਸਰਕਾਰ ਦੀ ਡਿਊਟੀ ਹੈ, ਸਰਕਾਰ ਸ਼ਾਹ ਕਰੇ, ਆਪਣੇ ਸਰਕਾਰੀ ਲਾਰੇ ਚੱਲਣ ਵਧੀਆ, ਆਪਣੇ ਦੇਖੋ ਮਿਲਕ ਫੈਟ ਵੀ ਮਰਿਆ ਪਿਆ, ਅੱਧਾ ਸ਼ੂਗਰ ਫੈਟ ਖਤਮ ਹੋ ਰਿਹਾ। ਹਾਂ ਪਹਿਲਾਂ ਗੰਨਾ ਮਿਲੋ ਖਤਮ ਹੋ ਗਿਆ, ਪਹਿਲਾਂ ਸਵਿੰਗ ਫੈਟ ਹੁੰਦਾ ਸੀਗਾ, ਉਹ ਤਾਂ ਪਤਾ ਨੀ ਕਿਆ ਸਾਲ ਦਾ ਭੋਗ ਪੈ ਗਿਆ। ਨਾ ਕੋਈ ਧਿਆਨ ਆ ਸਰਕਾਰ ਦਾ ਜੀ, ਬਿਲਕੁਲ ਮਿਲਾਂ ਨੇ ਹੁਣ ਦੱਸੋ, ਮਿਲਾਂ ਨੇ ਕਿੰਨੀ ਕੁ ਧਿਆਨ ਵਧੀਆ ਚਲਾਉਣ, ਗੰਨਾ ਬੀਜਣ ਨਾ ਤਾਂ ਜੀ ਦੀ ਕਿੰਨੇ ਝੋਣਾ, ਕਿੰਨੇ ਘੱਟ ਰਕਬਾ ਘਟੇ, ਸਰਕਾਰ ਦੀ ਡਿਊਟੀ ਹੈ ਤਾਂ ਜੀ। ਮਿਲਾਂ ਪੰਜ ਛੇ ਮਿਲਾਂ ਬੰਦ ਹੋਈਆਂ ਜੀ, ਤਿੰਨ ਚਾਰ ਮਿਲ ਤਾਂ ਆਪਣੇ ਪੁੱਡਾਂ ਨੂੰ ਕੱਟਦੇ, ਕਲੋਨੇ ਸਾਫ਼ ਕਰਤੀ, ਜਮੇ ਗਰਾਊਂਡ ਬਣਾਤਾ, ਜਿਵੇਂ ਜਗਰਾਵਾਂ ਸੀ, ਫਰੀਦਕੋਟ ਦੀ ਵੇਚਤੀ, ਇਹਨਾਂ ਦੇ ਪੁੱਡਾਂ ਨੂੰ ਦੇਤੀ ਮਸ਼ੀਨੀ ਸਾਫ਼ ਚੱਕਦੀ, ਜਦੋਂ ਚੱਕੀ ਪਹਿਲਾਂ ਚੀਨੀ ਦਾ ਕਾਲ ਪੈ ਜੂ, ਫਿਰ ਮਹਾਰਾਸ਼ਟਰ ਨੂੰ ਭੇਜਦੇ ਆ। ਅਫਸਰ ਖਾਈ ਜਾਂਦੇ ਨੇ, ਮਾੜਾ ਮਾਲ ਲਾਉਣਾ ਤੇ ਪੈਸੇ ਵੱਧ ਦੇ ਲੈਣੇ, ਹੁਣ ਤੁਹਾਡੇ ਰੱਖੜਾ ਮਿਲ ਸੀ, ਸਭ ਬਰਬਾਦ ਹੋ ਗਈਆਂ ਸਭ ਚੀਜ਼ਾਂ। ਹਾਂ ਲੋਕਾਂ ਨੂੰ ਆਸ ਸੀ ਕਿ ਕੁਛ ਕਰਨਗੇ, ਬਸ ਕੋਈ ਸਿਸਟਮ। ਹਾਂਜੀ ਸਿਕੰਦਰ ਤੁਹਾਡੇ ਨਾਲ ਪੜ੍ਹਦਾ ਹੈ ਜੀ, ਸਿਕੰਦਰ ਸੰਤਾਂ ਮੁੰਡੇ ਨਾਲ ਨੌਕਰੀ ਵੀ ਕਰੀ ਆਪਣੇ ਨੇ, ਕਿਹੜੀ ਜੱਟ ਵਾਲੇ ਨੇ। ਨਾ ਸਤਿੰਦਰ ਤਾਂ ਸਾਡੇ ਨਾਲ ਪੜ੍ਹਦਾ ਰਿਹਾ, ਪਰ ਉਹ ਜਿਹੜੇ ਮੁੰਡੇ ਸਿਕੰਦਰ ਹੋਰੀ ਉਹ ਹੋਰ ਨੇ, ਉਹ ਤਾਂ ਛੋਟੇ ਨੇ ਇਹਨਾਂ ਤੋਂ ਕਾਫੀ। ਹਾਂ ਉਹ ਤਾਂ ਸਾਡੇ ਬੈਚ ਆ, ਉਹ ਸਿਕੰਦਰ ਤਾਂ ਸਾਡੇ ਬੈਚ ਪੜ੍ਹਿਆ, ਅਤੇ ਉਹ ਸਿਕੰਦਰ ਹੋਰੀ ਹੋਰ ਨੇ ਮੁੰਡੇ, ਉਹ ਤਾਂ ਮਤਲਬ ਇਹਨਾਂ ਦੇ ਬੱਚਿਆਂ ਦੇ ਹਾਣਦੇ ਆ। ਸਿਕੰਦਰ ਉਹਨਾਂ ਦੇ ਫਾਦਰ ਦਾ ਲੰਬੜਦਾਰ ਹੁੰਦੇ ਸੀ, ਰਣਜੀਤ ਸਿੰਘ ਹੋਰੀ, ਉਹਦੇ ਫਾਦਰ ਵੀ ਸਾਡੇ ਨਾਲ, ਉਹਦੇ ਚਾਚਾ ਸਾਡੇ ਨਾਲ ਪੜ੍ਹਦੇ ਸੀ, ਸਿਕੰਦਰ ਹੋਰਾਂ ਦੇ। ਇਹ ਤਾਂ ਬਹੁਤ ਛੋਟੇ ਮੁੰਡੇ ਨੇ, ਇਹ ਤਾਂ ਬਹੁਤ ਮੇਰੇ ਖਿਆਲ 35-40 ਸਾਲ ਉਮਰ ਇਹਨਾਂ ਦੀ ਤਾਂ ਸਾਰੀ। ਉਹ ਨਹੀਂ, ਇਹ ਸਤਿੰਦਰ ਤਾਂ ਸਾਡੇ ਬੈਚ ਦਾ, ਜਿਹੜੇ ਜਾਣੀ ਉਹ ਡੈਰੀ ਫਾਰਮ ਵਾਲੇ ਮੁੰਡੇ ਨੇ, ਉਹ ਬਹੁਤ ਛੋਟੀ ਉਮਰ ਦੇ ਨੇ, ਉਹ ਹੋਰ ਨੇ। ਹਾਂ ਇਹਨਾਂ ਦਾ ਤਾਂ ਗਾਜਰਾਂ ਦਾ ਕੰਮ ਹੈ ਜਿਹੜਾ। ਹਾਂ ਇਹ ਇੱਥੇ ਸੀਗਾ, ਇਹ ਤਾਂ ਮਿਲ 'ਚ ਸੀ, ਤਾਂ ਤੁਹਾਡੇ ਬੈਚ 'ਚ ਸੀਗਾ, ਇਹ ਤਾਂ ਸਾਡੇ ਨਾਲ ਪੜ੍ਹਿਆ, ਸਾਡੀ ਉਮਰ ਦਾ ਤਾਂ 55 ਵਾਲੀ ਕੈਟਾਗਰੀ ਦਾ। ਰਣਤੇਜ ਬਾਜਵਾ ਸੀ, ਮਨਮੋਹਨ ਸੀ ਸਾਡੇ ਪਿੰਡੋਂ, ਹੈ ਨਾ। ਜੀ ਟੋੜੇ ਵਾਲੇ ਹੁੰਦੇ ਸੀ ਮੁੰਡੇ, ਕਾਫੀ ਮੁੰਡੇ ਉਦੋਂ ਮਿਲ 'ਚ ਸੋਹਣੀਆਂ ਜੌਬਾਂ ਲੱਗੀਆਂ ਸੀ, ਕਾਫੀ ਬੰਦੇ ਸੈੱਟ ਹੋਏ ਸੀਗੇ, ਪਰ ਉਹ ਹੌਲੀ ਹੌਲੀ ਸਾਰਾ ਕੁਛ ਬਾਈ ਜੀ ਖਤਮ ਹੋ ਗਿਆ, ਹੈ ਨਾ। ਹੁਣ ਤਾਂ ਹੈ ਹੀ ਨਹੀਂ ਜੀ, ਪਹਿਲਾਂ ਖਤਮ ਹੈ ਜੀ ਸਾਰੇ, ਜਿਹੜਾ ਰਿਟਾਇਰ ਹੁੰਦਾ 75 ਬੰਦਾ ਉੱਥੇ ਉਹਨੂੰ ਰੱਖ ਲੈਂਦੇ ਨੇ, ਐਕਸਪੀਰੀਅੰਸ ਹੋਲਡਰ ਬੰਦਾ, ਉਹ 20-15 ਹਜ਼ਾਰ ਰੁਪਈਆ ਲੱਗ ਜਾਂਦਾ।
ਨਵੇਂ ਬੰਦੇ, ਹਾਂ ਇਸੇ ਤਰ੍ਹਾਂ ਦਾ ਹਾਲਾਤ ਰੋਡ ਵਿੱਚ। ਬੁਰਾ ਹਾਲ ਆ ਮਿਲਾਂ ਚ, 15-15 ਹਜ਼ਾਰ ਰਿਟਾਇਰਮੈਂਟ ਬੰਦੇ ਹੋਈ ਰੱਖੀ ਹੈ ਤੇ ਜਾਂ ਠੇਕਿਆਂ ਦੇ ਕੰਮ ਦੇ ਜਾਂਦੇ ਨੇ ਜੀ। ਨਾ ਕੋਮਲਗੜ ਦਾ ਬੰਦਾ ਜੀ ਕੋਈ ਜੀਐਮ ਨਹੀਂ ਹੈਗਾ ਅੱਜ ਦਾ, ਉਹੀ ਜਿਹੜੇ ਡਿਪਟੀ ਡਿਊਟੀ ਦਾ ਜੀਐਮ ਦਾ ਚਾਰਜ ਦੇ ਰੱਖਿਆ। ਸਹੀ ਗੱਲ, ਮਿਲਾਂ ਤੇ ਕਿਵੇਂ, ਮੈਂ ਤਾਂ ਦੇਖ ਕੇ ਹੈਰਾਨ ਆ ਵੀ ਕਿਵੇਂ ਮਿਲਾਂ ਚੱਲਣਗੀਆਂ। ਮਾੜਾ ਹੀ ਹਾਲ ਹੈ ਜੀ, ਮਾੜਾ ਹੀ ਹਾਲ ਹੈ, ਕੋਈ ਕੁਆਲੀਫਿਕੇਸ਼ਨ ਨਹੀਂ ਕਿਸੇ ਵੀ ਕੁਛ ਨਹੀਂ। ਥੈਂਕ ਯੂ, ਥੈਂਕ ਯੂ। ਉਧਰੋਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੇ ਕੇਂਦਰੀ ਮੰਤਰੀ ਚਿਰਾਗ ਪਾਸਵਾਨ ਦੇ ਨਾਲ ਮੁਲਾਕਾਤ ਕੀਤੀ ਹੈ। ਰਾਮ ਬਿਲਾਸ ਕਿੱਥੋਂ ਯਾਦ ਆ ਗਏ ਫਾਦਰ ਇਹਨਾਂ ਦੇ, ਅਤੇ ਉਸ ਦੌਰਾਨ ਕਿਸਾਨ ਭਲਾਈ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਿੱਲੀ ਦੇ ਦੌਰੇ 'ਤੇ ਨੇ, ਕੇਂਦਰੀ ਮੰਤਰੀਆਂ ਨੂੰ ਮਿਲ ਰਹੇ ਨੇ, ਅਤੇ ਉਹਨਾਂ ਨੇ ਬਠਿੰਡਾ ਦੇ ਵਿੱਚ ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀ ਮੰਤਰੀ ਦੇ ਨਾਲ ਇਸ ਮੁਤਲਕ ਮੁਲਾਕਾਤ ਕੀਤੀ ਹੈ। ਅਤੇ ਜਿਸ ਦੌਰਾਨ ਬਠਿੰਡਾ ਦੇ ਵਿੱਚ ਮੈਗਾ ਫੂਡ ਪਾਰਕ ਸਥਾਪਿਤ ਕਰਨ ਦੇ ਲਈ ਪੰਜਾਬ ਸਰਕਾਰ ਵੱਲੋਂ ਲੋੜੀਂਦੀ ਜ਼ਮੀਨ ਕਹਿੰਦੇ ਮੁਹੱਈਆ ਕਰਵਾਈ ਜਾਵੇਗੀ, ਇੱਥੇ ਫੂਡ ਪ੍ਰੋਸੈਸਿੰਗ ਯੂਨਿਟ ਲਾਓ। ਅਤੇ ਇਸ ਦੌਰਾਨ ਪੰਜਾਬ ਸਰਕਾਰ ਕਿਸਾਨਾਂ ਦੀ ਖੇਤੀ ਪੈਦਾਵਾਰ ਦੇ ਵਿੱਚ ਗੁਣਾਤਮਕ ਵਾਧਾ ਕਰਕੇ ਉਹਨਾਂ ਦੀ ਆਮਦਨ ਦੇ ਵਿੱਚ ਇਜਾਫਾ ਕਰਨ ਦੇ ਨਾਲ ਨਾਲ ਪੰਜਾਬੀ ਨੌਜਵਾਨਾਂ ਦੇ ਵਾਸਤੇ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨ ਲਈ ਕਹਿੰਦੇ ਯਤਨਸ਼ੀਲ ਹੈ। ਅਤੇ ਮਾਲਵਾ ਖਿੱਤੇ ਦੇ ਵਿੱਚ ਮੈਗਾ ਫੂਡ ਪਾਰਕ ਦੀ ਲੋੜ ਬਾਰੇ ਜ਼ਿਕਰ ਕਰਦਿਆਂ, ਇਹ ਮੈਗਾ ਫੂਡ ਪਾਰਕ ਛੇਤੀ ਖਰਾਬ ਹੋਣ ਵਾਲੀਆਂ ਜਿਹੜੀਆਂ ਖੇਤੀ ਉਪਜਾਂ ਨੇ ਉਹਨਾਂ ਨੂੰ ਪ੍ਰੋਸੈਸਡ ਫੂਡ ਉਤਪਾਦਨਾਂ ਦਾ ਨਿਰਮਾਣ ਕਰਕੇ ਘਰੇਲੂ ਅਤੇ ਵਿਦੇਸ਼ੀ ਮਾਰਕੀਟ ਲਈ ਢੁਕਵਾਂ ਲਾਹੇਵੰਦ ਹੋਏਗਾ। ਸੋ ਜਿਸ ਕਰਕੇ ਉਹਨਾਂ ਨੇ ਮੰਗ ਕੀਤੀ ਹੈ ਕਿ ਇਹ ਜਿਹੜੀ ਅੰਮ੍ਰਿਤਸਰ ਦੇ ਵਿੱਚ ਵੀ ਫੂਡ ਟੈਸਟਿੰਗ ਲੈਬੋਰਟਰੀ ਸਥਾਪਿਤ ਕੀਤੀ ਜਾਵੇ, ਅਤੇ ਬਠਿੰਡਾ ਦੇ ਵਿੱਚ ਜਿਹੜਾ ਫੂਡ ਪਾਰਕ ਬਣਾਇਆ ਜਾਵੇ। ਔਜਲਾ ਸਾਹਿਬ ਫੋਟੋ ਚੇਂਜ ਕਰਤੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ ਫੋਟੋ ਚੇਂਜ ਕਰਤੀ। ਯਾਰ ਮਿੱਤਰਾਂ ਦੇ ਨਾਲ ਕੋਈ ਇਤਰਾਜ ਕਰਦਾ ਸੀ, ਕਹਿੰਦੇ ਮੈਨੂੰ ਸਾਨੂੰ ਵਧੀਆ ਨਹੀਂ ਲੱਗਦੀ, ਮੈਂ ਕਿਹਾ ਲਓ ਚੇਂਜ ਕਰ ਦਿੰਦੇ ਹੋ। ਹਾਂ ਤਬਦੀਲ ਹੋਣੀ ਚਾਹੀਦੀ ਹੈ, ਮੇਰੇ ਵਾਂਗੂ ਇੱਕੋ ਨਾ ਲਾਈ ਰੱਖੋ 5 ਸਾਲ। ਮੈਂ ਨਾ ਉਹ ਜਿਹੜੇ ਸਤਨਾਮ ਭਾਜੀ ਗੱਲ ਸੁਣਾ ਕੇ ਪੰਨਵਾ ਸਾਹਿਬ ਤੋਂ ਬਾਅਦ ਚ ਮੈਂ ਹੱਸਿਆ ਬਹੁਤ। ਭੇਡੂ ਮੋੜਦੇ ਨੇ ਤੇ ਥਾਣੀ ਸਾਹਿਬ ਨੂੰ ਜਿਹੜੀ ਮੈਂ ਆਖਰੀ ਲਾਈਨ ਲਿਖੀ ਸੀ ਉਹ ਉਹਨਾਂ ਨੇ ਨਾ ਉੱਥੇ ਮੈਂ ਸੁਣਾ ਦਿੰਦਾ ਜੀ, ਫਿੱਟ ਮੈਂ ਐ ਕਰਿਆ ਸੀ ਵੀ ਸਿਕੰਦਰ ਅਰਗੇ ਨੂੰ, ਮੈਂ ਚਲੋ ਇਹਨਾਂ ਦਾ ਨਾਂ ਪਾਇਆ ਸੀ, ਮੈਂ ਆਪਦਾ ਪਾ ਦਿੱਤਾ ਵੀ ਸਿਕੰਦਰ ਅਰਗੇ ਨੂੰ ਪਿੰਡੋਂ ਕੋਈ ਰਿਸ਼ਤਾ ਨਹੀਂ ਸੀ ਕਰਾਉਂਦਾ। ਸਿਕੰਦਰ ਅਰਗੇ ਨੂੰ ਪਿੰਡੋਂ ਜਾਂ ਇਲਾਕੇ ਚੋਂ ਕੋਈ ਰਿਸ਼ਤਾ ਨਹੀਂ ਸੀ ਕਰਾਉਂਦਾ, ਪਰ MLA ਬਣ ਕੇ ਕਰਾ ਗਿਆ ਪਹਾੜਾਂ ਚ ਵਿਆਹ, ਇਹਨੂੰ ਇਹ ਕਹਿੰਦੇ ਆ ਬਦਲਾ। ਸਹੀ ਗੱਲ ਆ, ਬਦਲਾ ਜਿਨ੍ਹਾਂ ਦਾ ਹੋਇਆ ਉਹ ਹੋਇਆ ਤਾਂ ਸਹੀ ਹੋਇਆ ਜੀ, ਹੈ ਜਿਹਨੇ ਬਜ਼ੁਰਗ ਨੇ ਹਿਮਾਚਲ ਨਹੀਂ ਸੀ ਦੇਖਣਾ ਤੇ ਉੱਥੇ ਵਿਆਹ ਕਰਾਇਆ ਜੀ ਜਾ ਕੇ। ਇਹਨਾਂ 'ਚ ਮਾਫ ਕਰਨਾ ਕਿੰਨੇ ਤੱਕ ਸੰਭਾਲੇ ਜੇ ਸੀ ਯਾਰ, ਅੱਜ ਕੱਲ੍ਹ ਤਾਂ ਨਾ ਜਿਵੇਂ ਨਵੀਂ ਵਿਆਹੀ ਰੋਜ਼ ਮੇਕਅਪ ਕਰਦੀ ਉੱਦਾਂ ਹੋਏ ਪਏ ਨੇ ਪਤੰਦਰ, ਪਤਾ ਨਹੀਂ ਲੱਗਦਾ ਕਿ ਮੇਕਅਪ ਵਾਲੇ ਟੋਨੀ ਗਾਇਜ਼ ਵਾਲੇ ਘਰੇ ਹੀ ਰੱਖ ਲਏ ਹੈ ਨਾ। ਵਾਣਾ ਸਾਹਿਬ ਮੈਂ ਤੁਹਾਨੂੰ ਅੱਗੇ ਵੀ ਇੱਕ ਵਾਰੀ ਗੱਲ ਦੱਸੀ, ਇਹ ਤਾਂ ਫੇਰ ਐਮ ਐਲ ਏ ਚਲੋ ਸਿੱਧੂ ਸਾਹਿਬ ਨੂੰ ਅੱਜ ਵੀ ਲੋਕ ਕਿਸੇ ਪੱਖ ਤੋਂ ਤਾਂ ਉਹਨਾਂ ਦਾ ਫੇਰ ਵੀ ਸਪੋਰਟਰ ਨੇ ਸਿੱਧੂ ਦੇ, ਜਦੋਂ ਉਹ ਪ੍ਰਧਾਨ ਹੋਣਾ ਇਹਦੇ ਉਹਨਾਂ ਦੀ ਚੋਰ ਬਦਲ ਗਈ ਸੀ, ਆਪਾਂ ਉਦੋਂ ਵੀ ਗੱਲ ਕਰੀ ਸੀ। ਨਿੰਬੂ ਡੇਗੇ ਤਾਂ ਮੈਨੂੰ ਕਹਿ ਦਿਓ, ਇਹ ਤਾਂ ਕਿੱਲਾ ਖੜਾਉਂਦਾ ਨਿੰਬੂ ਤਾਂ। ਗੱਲ ਤਾਂ ਇਹ ਹੈ ਨਾ, ਆਪਣੇ ਇਹ
ਚੀਜ਼ ਇਹੋ ਜਿਹੀ ਹੈ ਜਿੱਥੇ ਬੰਦੇ ਨੂੰ ਬਗੈਰ ਮਦਦ ਤੋਂ ਕੱਲ੍ਹ ਮੈਂ ਜ਼ਿਕਰ ਕੀਤਾ ਸੀ ਵੀ ਦੇਖੋ ਹੈ ਨਾ ਆਪਣਾ ਫਾਈਨਾਂਸ ਮੰਤਰੀ ਸਾਹਿਬ ਹਰਪਾਲ ਸਿੰਘ ਚੀਮਾ ਦੀ ਗੁਲਾਬੀ ਪੱਗ ਵੇਖੋ ਪੁਰਾਣੀ ਬਹੁਤ ਵਾਇਰਲ ਆ ਫੋਟੋ ਉਹਨਾਂ ਦੀ ਬਹੁਤ ਉਹੀ ਲੱਗੀ ਹੁੰਦੀ ਸੀ ਉਹਦੇ 'ਚ ਮਤਲਬ ਪੱਗ ਦਾ ਲੜ ਚਿੱਟਾ ਹੋਇਆ ਪਿਆ ਪੀਚ ਕਲਰ ਤੋਂ ਹੈ ਨਾ ਮੈਂ ਕਿਹਾ ਜੀ ਮੈਂ ਜਦੋਂ ਬੈਠਿਆ ਉਹ ਮਤਲਬ ਪਕੌੜਾ ਚੱਕਣ ਨੂੰ ਉੱਠਿਆ ਗਏ ਮੈਂ ਉਹਨਾਂ ਕੋਲ ਬੈਠਾ ਸੀ ਕਿਤੇ ਉਹਨੂੰ ਕਹਿੰਦੇ ਵੀ ਤੂੰ ਕਾਹਨੂੰ ਉੱਠਣਾ ਪਲੇਟ ਜਿਹੜੇ ਚੱਕ ਉਹਦੇ ਮੂਹਰੇ ਨੂੰ ਕਰ ਦੇ ਹੈ ਜੀ ਮੈਂ ਚਲੋ ਆਪਾਂ ਕਈ ਗੱਲਾਂ ਤਾਂ ਕਹਿ ਵੀ ਦਿੱਤੀਆਂ ਮੈਂ ਹੱਟ ਨਹੀਂ ਸਕਦਾ ਹੁੰਦਾ ਨਾ ਉਹ ਉਹਨੇ ਦੇਖਿਆ ਵੀ ਇਹ ਲੋੜ ਨਹੀਂ ਆਉਣੀ ਗੱਲ ਉਹ ਕਹਿੰਦਾ ਵੀ ਐਂ ਕਰੀ ਬਾਈ ਤੂੰ ਉੱਥੇ ਹੀ ਆ ਜੀ ਚੰਡੀਗੜ੍ਹ ਉੱਥੇ ਗੱਲਾਂ ਮਾਰਾਂ ਪੈ ਗਈਆਂ ਉਹ ਮੈਂ ਕਿਹਾ ਯਾਰ ਮੈਂ ਕੀ ਮਾਰਨੀ ਆ ਜਿਹੜੇ ਆ 30 ਤੇਰੇ ਮੂਹਰੇ ਖੜੇ ਆ ਇਹ ਫੋਟੋਆਂ ਖਿਚਾਉਣ ਤੇ ਲੱਗਿਆ ਇਹ ਘੁੱਟ ਘੁੱਟੇ ਆਪਦੇ ਪਿੰਡ ਦੀ ਉਹ ਗੱਲ ਪੁੱਛ ਲੈਣ ਤੈਨੂੰ ਕੋਈ ਸਾਨੂੰ ਦੇ ਜਾ ਕੋਈ ਆਇਆ ਹੋਇਆ ਹਨ ਇਹ ਦੇਖ ਲੈ ਕੋਈ ਕਿਸੇ ਨੂੰ ਕੋਈ ਫਿਕਰ ਨਹੀਂ ਇਹ ਫੋਟੋਆਂ ਦੇ ਲੱਗੇ ਹੋਏ ਨੇ ਕੀ ਕਹਿੰਦੇ ਨੇ ਤੁਹਾਡੇ ਡੀਪੀ ਤੇ ਲਾਉਣੀ ਹੁੰਦੀ ਜੀ ਨੇ ਡੀਪੀ ਕਹਿੰਦੇ ਉੱਥੇ ਹਾਂ ਵੀ ਚੀਮਾ ਸਾਹਿਬ ਨੂੰ ਮਿਲ ਕੇ ਆਏ ਮਿਲ ਕੇ ਆਏ ਨਾਲ ਬਹਿ ਕੇ ਖਿੱਚ ਲਈ ਬਸ ਉਹ ਲਾ ਦਿੰਦੇ ਨੇ ਜੀ ਤੇ ਪੰਜ ਛੁੱਟੀਆਂ ਦਾ ਪਾਉ ਨਹੀਂ ਕਰਕੇ ਜੀ ਫੋਟੋ ਲਾ ਕੇ ਮੈਂ ਤਾਂ ਬੜਾ ਹੱਸਿਆ ਤਹਿਸੀਲਦਾਰ ਕਹਿੰਦਾ ਤਹਿਸੀਲਦਾਰ ਕਹਿੰਦਾ ਕੋਈ ਗੱਲ ਨੀ ਤੂੰ ਜੇ ਬੀਜੀ ਹੈ ਨਾ ਕੋਈ ਗੱਲ ਚੋਣਾਂ ਹੋ ਰਹੀਆਂ ਅਮਰੀਕਾ ਵੀ ਵੈਸੇ ਨਾ ਬਹੁਤ ਆਤ ਪੁੱਠੇ ਪਾਸੇ ਨੂੰ ਤੁਰ ਪਿਆ ਬਿਲਕੁਲ ਗਲਤ ਕਹਿੰਦੇ ਤਾਂ ਲੋਕਾਂ ਦਾ ਵਿਧੀ ਵਿਧਾਨ ਇਹ ਹੋ ਗਿਆ ਹੁਣ ਤੁਸੀਂ ਦੇਖੋ ਜੀ ਬਾਈਡਨ ਡੈਮੋਕਰੇਟ ਜਿਹੜੀ ਸਰਕਾਰ ਆ ਇੱਥੇ ਉਹ ਦੁਬਾਰਾ ਆ ਸਕਦੀ ਸੀ ਬਣ ਸਕਦੀ ਜੇ ਬਾਈਡਨ ਅੱਜ ਵੀ ਕਹਿ ਦੇਵੇ ਵੀ ਜੀ ਮੇਰੀ ਸਿਹਤ ਨਹੀਂ ਜਾ ਸਕਦੀ ਉਹਦੀ ਮੈਂ ਗੱਲ ਭੁੱਲਦਾ ਮੇਰੇ ਤੇ ਲੈਕਚਰ ਨਹੀਂ ਦੇ ਹੁੰਦਾ ਤੇ ਮੈਂ ਛੱਡਣ ਲੱਗਿਆ ਲੈ ਉਹ ਅੱਜ ਜਿੱਤ ਜਾਣਗੇ ਸਹੀ ਗੱਲ ਗੱਲ ਤਾਂ ਹੁੰਦੀ ਨੀ ਸਪੀਚ ਕਰਨ ਵੇਲੇ ਤੂੰ ਗੱਲ ਭੁੱਲ ਜਾਂਦਾ ਗੱਲ ਦਿੱਤੇ ਹੁੰਦੀ ਨੀ ਤੁਰ ਦਿੱਤੇ ਨੀ ਹੁੰਦਾ ਜਿਹੜਾ ਹੁਣ ਇਹਦੀ ਵਜ੍ਹਾ ਨਾਲ ਬਾਈਡਨ ਦੀ ਵਜ੍ਹਾ ਨਾਲ ਅਕਲੇਸੀ ਆਉਣਾ ਜੀ ਹਾਂ ਬਿਲਕੁਲ ਹਾਂ 81 ਸਾਲ ਉਮਰ ਹੈ ਇੱਥੇ ਆਪਾਂ ਬਾਦਲ ਸਾਹਿਬ ਨੂੰ ਜਾਂ ਹੋਰਾਂ ਨੂੰ ਕਹਿੰਦੇ ਹਾਂ ਕਿ ਗੱਦੀ ਨਹੀਂ ਛੱਡਦਾ ਹੁਣ ਬਾਈਡਨ ਨੂੰ ਦੇਖੇ ਯਾਰ ਤੂੰ ਬੁੜਾ ਹੋਇਆ ਆਪਣਾ ਕਿਤੇ ਮੱਗ ਮੁੱਗ ਲੈ ਕੇ ਕੌਫੀ ਦਾ ਕਿਤੇ ਮੱਛੀਆਂ ਮੁੱਛੀਆਂ ਫੜ ਆਪਣਾ ਮੌਜ ਕਰ ਤੈਨੂੰ ਦੱਸ ਕੀ ਪਾਉ ਪਈ ਹੈ ਵਿਸ਼ਵ ਦਾ ਤੂੰ ਐਡਾ ਵੱਡਾ ਮੁਲਕ ਹੈ ਇੰਨੀਆਂ ਜ਼ਿੰਮੇਵਾਰੀਆਂ ਐਸੇ ਤਾਂ ਇੱਥੇ ਤਾਂ ਬਾਈ ਜੀ ਮਸਾਂ ਐਤਵਾਰ ਆਉਂਦਾ ਵੀ ਯਾਰ ਆਹ ਅੱਜ ਆਨੰਦ ਆ ਗਿਆ ਅੱਜ ਅਲਾਰਮ 'ਤੇ ਨਹੀਂ ਉੱਠਣਾ ਪਤਾ ਨਹੀਂ ਕਿਉਂ ਇੰਨੀ ਲਲਕ ਪਈ ਹੈ ਆਪਾਂ ਇੰਡੀਆ ਵਾਲਿਆਂ ਨੂੰ ਪੁੱਟਦੇ ਹਾਂ ਪਿੱਟਦੇ ਹਾਂ ਕਿ ਸਿਆਸਤ ਨਹੀਂ ਛੱਡਦੇ ਆ ਤੁਹਾਡੇ ਵਾਲੇ ਨਹੀਂ ਅੱਡਦੇ ਦੱਸੋ ਬਾਈਡਨ ਨੂੰ ਨਹੀਂ ਸਿਵਿਆਂ 'ਚ ਲੱਤਾਂ ਨੇ ਮੈਂ ਪਿਛਲੇ ਐਤਵਾਰ ਗੁਰਦੁਆਰੇ ਹੀ ਗੱਲ ਕਰਦੇ ਮੈਂ ਯਾਰ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਦੇਖੋ ਆਪਾਂ ਆਪਣੇ ਮੈਂ ਜਦੋਂ ਆਇਆ ਸੀ ਕਲਿੰਟਨ ਬਣਿਆ ਜੰਗ ਸੀ ਉਹ 42 ਸਾਲ ਦਾ ਜਦੋਂ ਬਣਿਆ ਆ ਪੂਰਾ ਲਾਲ ਪਿਆ ਜੀ ਜਿੱਦਣ ਉਹ 10-8 ਸਾਲ ਬਾਅਦ ਰਿਟਾਇਰ ਉਹਦੀ ਹਾਲਤ ਕੀ ਸੀ ਦੇਖਿਆ ਕਹਿੰਦੇ ਇਹ ਕੋਈ ਵਧੀਆ ਜੇ ਅਮਰੀਕਾ ਦੀ ਜੋਬ ਕੋਈ ਬਾਹਲੀ ਰਾਸ਼ਟਰਪਤੀ ਦੀ ਕੋਈ ਐਡੀ ਵਧੀਆ ਨਹੀਂ ਹੈ ਬਹੁਤ ਰਿਸਕੀ ਹੈ ਬਾਈ ਜੀ ਕਿੰਨਾ ਮਤਲਬ ਹਰ ਪੱਖੋਂ ਅਟੈਕ ਗੋਲੀਆਂ ਤੁਸੀਂ ਹਿਸਟਰੀ ਦਾ ਵੇਖੋ ਅਮਰੀਕਾ ਦੇ ਸਿਆਸਤਦਾਨਾਂ ਦੀ ਦੁਨੀਆ ਤੇ ਰੋਹਬ ਚਲਾਉਣਾ ਜੀ ਦੁਨੀਆ ਸਾਂਭਣੀ ਹੈ ਜਿਹੜੀ ਉਹ ਵੀ ਦੇਖੋ ਨਾ ਸਾਰੀ ਦੁਨੀਆ ਸਾਂਭਣੀ ਹੈ ਬਹੁਤ ਟਫ ਜੋਬ ਹੈ ਉਂਗਲ ਘੁਮਾਉਣੀ ਹੈ ਹੁਣ ਮਤਲਬ ਹਾਂ ਤੇ ਇਹ ਮਤਲਬ ਜੇ ਕੋਈ ਨਵਾਂ ਬੰਦਾ ਆਵੇ ਮੂਰੇ ਜੰਗ ਕਹਿ ਕੇ ਛੱਡ ਦੇ ਵੀ ਜੰਗ ਆਉਣਾ ਚਾਹੀਦਾ ਮੂਰੇ ਹਾਂ ਜਿਹਦੇ ਚ એનર્ਜੀ ਹੋਵੇ ਹੁਣ ਬਰਾਕ ਓਬਾਮਾ ਸੀ ਮਤਲਬ ਸਟਰੋਂਗ ਸੀ ਇਵਨ ਬਿਲ ਕਲਿੰਟਨ ਬਿੱਲੂ ਵੀ ਸਮਾਰਟ ਸੀ ਜਦੋਂ ਆਇਆ ਸਮਾਰਟ ਸੀ ਉਹੀ ਗੱਲ ਕਰਨ ਲੱਗਿਆ ਨਾ ਇਵਨ ਹਿਲੇਰੀ ਕਲਿੰਟਨ ਵੀ ਐਕਟਿਵ ਲੇਡੀ ਹੈ ਕੁਝ ਵੀ ਹੈ ਮਤਲਬ ਉਹ ਆਉਣੇ ਚਾਹੀਦੇ ਨੇ ਹੈ ਨਾ ਪਰ ਉਹ ਪਤਾ ਨਹੀਂ ਕਿਉਂ ਉਹ ਤੁਹਾਨੂੰ ਮੈਂ ਦੱਸ ਦਿੰਦਾ ਜੀ ਆਪਣੇ ਗਿੱਲ ਸਾਹਿਬ ਝੁੰਦਾ ਵਾਲੇ ਪੂਰੇ ਡੈਮੋਕਰੇਟ ਨੇ ਤੇ ਉਹ ਕਹਿੰਦਾ ਸੀ ਵੀ ਮਤਲਬ ਹਿਲਰੀ ਬਣਨੀ ਚਾਹੀਦੀ ਹੈ ਸਾਡੇ ਸਾਡੀ ਸਟੇਟ ਡੈਮੋਕਰੇਟ ਆ ਜੀ ਕਦੇ ਨਹੀਂ ਇੱਥੋਂ ਡੈਮੋਕਰੇਟ ਜਿੱਤੀ ਮੈਂ ਟਵਾਣਾ ਸਾਹਿਬ ਜਦੋਂ
ਦੇਖਿਆ ਬੂਟਾਂ ਵਾਲੇ ਉੱਥੇ, ਮੈਂ ਜਿਹੜੇ ਬਜ਼ੁਰਗ ਸਾਡੇ ਮੈਂ ਕਦੇ ਦੇਖੇ ਹੀ ਨਹੀਂ ਆਪਣੇ ਸਟੋਰ 'ਤੇ ਹੈ ਨਾ ਜਾਂ ਪਿੰਡ 'ਚ, ਉਹ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇੱਥੇ ਰਹਿੰਦੇ, ਕਹਿੰਦੇ ਯੈਸ ਵੀ ਅਰ ਲਿਫ ਹੀ ਆ। ਉਹ ਮੈਂ ਉਹਨੂੰ ਕਾਲ ਮਾਰੀ, ਮੈਂ ਕਿਹਾ ਬਾਈ, ਕਹਿੰਦਾ ਹਾਂ, ਮੈਂ ਕਿਹਾ ਵੀ ਇੱਥੋਂ ਵੀ ਡੈਮੋਕਰੇਟ ਹੱਥ ਜਾਣੇ ਆ, ਮੈਨੂੰ ਕਹਿੰਦਾ ਆਪਦਾ ਬੂਥਾ ਬੰਦ ਰੱਖ, ਕਹਿੰਦਾ ਘਟੀਆ ਸੋਚ ਹੈ ਨਾ, ਉੱਥੋਂ ਪਤਾ ਹੀ ਆ ਮਿਲੇ ਵੀ ਤੁਸੀਂ ਉਹਨੂੰ ਹੈ ਨਾ, ਦੋ ਮਿੰਟ 'ਚ ਗੱਲ ਜੀ ਕਰਕੇ ਮੇਰਾ ਫੋਨ ਕੱਟ ਸਕਦੇ, ਬੜਾ ਉਹ ਸੀਜ਼ਨ ਹੈ। ਮੈਂ ਫੇਰ ਮਾਰਿਆ, ਕਹਿੰਦਾ ਕੀ ਹੋ ਗਿਆ, ਮੈਂ ਕਿਹਾ ਯਾਰ ਜਿਹੜੀ ਮੈਂ ਗੱਲ ਕਹਾਣੀ ਕਹਿੰਦਾ ਵੀ ਸੁਣਦਾ ਲੈ ਧਿਆਨ ਨਾ, ਮੈਂ ਕਿਹਾ ਯਾਰ ਮੈਂ ਅੱਗੇ ਉਹ ਬੰਦੇ ਦੇਖੇ ਵੋਟ ਪਾਉਣ ਆਏ ਜਿਹੜੇ ਮੈਂ ਕਦੇ ਟਿਕੇਟਰ 'ਚ ਦੇਖੇ ਨਹੀਂ ਸੀ, ਮੈਂ ਕਿਹਾ ਇਹ ਲੇਡੀ ਨੂੰ ਲਾਈਕ ਨਹੀਂ ਕਰਦੇ, ਉਹਦਾ ਰੌਲਾ ਨਾ ਧਰਮ ਦਾ ਰੌਲਾ ਪੈ ਜਾਂਦਾ ਨਾ। ਹਾਂਜੀ ਨਹੀਂ ਉਹ ਵੀ ਲੇਡੀ ਸਾਡੇ ਹੈੱਡ ਬਣੂਗੀ, ਆ ਦੇਖ ਲਓ ਮਤਲਬ ਬਗੈਰ ਗੱਲ ਤੋਂ ਡੈਮੋਕਰੇਟ ਸਟੇਟਾਂ ਚੋਂ ਹੀ ਟਰੰਪ ਜਿੱਤ ਕੇ ਪ੍ਰੈਜ਼ੀਡੈਂਟ ਬਣ ਗਿਆ, ਜੇ ਉਦੋਂ ਵੀ ਕਿਸੇ ਉਹ ਬੰਦਾ ਹੁੰਦਾ ਉਹਨੇ ਜਿੱਤ ਜਾਣਾ ਸੀ। ਹਾਂ ਉਹ ਬਸ ਉਹ ਰੇਸਿਜ਼ਮ ਹੈ ਨਾ ਉਹ ਵੀ, ਹਾਂ ਇਹ ਲੇਡੀ ਹੈ ਇਹ ਸਾਡੇ ਤੇ ਰਾਜ ਕਰੂਗੀ, ਐ ਰਾਜ ਕਰੂ। ਹੁਣ ਵੀ ਕਾਰਨ ਕਿਹੜਾ ਬਣਨਾ, ਇੱਕ ਤਾਂ ਇੱਕ ਆ ਜਿਹੜੀ ਆਪਣੇ ਜੱਟ ਨੇ ਦੇ ਕੋਲ ਦੀ ਲੰਘੀ ਕਰਨ ਦੇ ਇੱਕ ਉਹ ਲੋਟ ਆ ਗਈ ਇਹਦੇ, ਆਹੋ ਪਕੌੜਿਆਂ ਪਿੱਛੇ ਕਸੀ ਕਦੇ ਐ ਤਾਂ ਨੀ, ਜੇ ਭਾਈ ਬਾਦਲ ਸਾਹਿਬ ਬਿਮਾਰ ਹੋ ਗਿਆ ਆਪ ਬੈਡ ਤੇ ਪੈ ਜਾ। ਮੈਂ ਉਹੀ ਤੁਹਾਨੂੰ ਗੱਲ ਦੱਸਦਾ ਜੀ, ਉਹ ਮਤਲਬ ਮੈਂ ਤਾਂ ਬੈਠ ਬੈਠ ਕਿਤੇ ਕਹਿਤਾ, ਮੈਂ ਯਾਰ ਮੈਨੂੰ ਤਾਂ ਲੱਗਦੀ ਆ ਵੀ ਇਹ ਵੀ ਨਾ ਮੋਦੀ ਨੇ ਜੱਪੀ ਜੁੱਪੀ ਪਾ ਕੇ ਦੋ ਤਿੰਨ ਗੱਲਾਂ ਕਰਨ ਜਾ ਕੇ, ਮੈਂ ਮੈਨੂੰ ਲੱਗਦੀ ਇਹਨੇ ਕਢਾਈ ਵੀ ਆਪਦੇ ਕੋਲ ਦੀ ਆਪ ਵਿੱਚ ਕਦੀ, ਸਹੀ ਗੱਲ ਆਹੋ ਮਾੜੀ ਜੀ ਮਾਰਦੀ, ਮੈਨੂੰ ਤਾਂ ਇਹ ਵੀ ਯਕੀਨ ਨਹੀਂ ਆਉਂਦਾ ਵੀ ਇਹ ਇਹੀ ਕਰ ਗਿਆ। ਹੁਣ ਉਹਨੇ ਇਹ ਬਣਾ ਦੇਣਾ ਤੇ ਪਲੱਸ ਜਿਹੜੀ ਇੱਥੇ ਦੀ ਸਿਚੁਏਸ਼ਨ ਇਹ ਆ ਤੇ ਸਭ ਨੂੰ ਇਹ ਪਤਾ ਵੀ ਪਾਰਟੀ ਨੇ ਗਾਹਾਂ ਵਾਲੇ 4 ਸਾਲ ਤੱਕ ਕੱਟਣੀ, ਜਿਹੜੇ ਹਾਲਾਤ ਹੈ ਵੀ ਮੁੜ ਕੇ ਕੌਣ ਆਊਗੀ ਹੈਰਿਸ, ਲੋਕਾਂ ਨੇ ਇਸੇ ਕਰਕੇ ਹਰਾ ਦੇਣਾ ਜੀ। ਔਰ ਜੇ ਇਹ ਬਣ ਗਿਆ ਮਾਹੌਲ ਇੰਨਾ ਵਧੀਆ ਨਹੀਂ ਰਹਿਣਾ ਟੋਣਾ ਤਾਂ, ਕਿਉਂਕਿ ਜਿਹੜੀ ਅੱਗ ਲਾ ਕੇ ਗੱਲਾਂ ਕਰਕੇ ਪਤਾ ਜਿੱਥੇ ਉਹ ਜਿੱਤਣ ਵਾਲਾ, ਜਿਹੜੇ ਵੀ ਆਪਣੇ ਇੰਡੀਆ ਵੀ ਦੇਖ ਲਓ ਜਿੱਤਣ ਵਾਲੇ ਜਿੱਤ ਕੇ ਤਾਂ ਆਪਦਾ ਆਰਾਮ ਕਰਦੇ ਨੇ, ਅਸੀਂ ਤੁਹਾਨੂੰ 15 ਲੱਖ ਦੇਵਾਂਗੇ, ਅਸੀਂ 15 ਲੱਖ ਨੂੰ ਵੋਟਾਂ ਪਾ ਦੀਆਂ ਮੋਦੀ ਨੂੰ, ਮਿਲ ਗਿਆ ਜੀ ਬਿਲਕੁਲ। ਪਰ ਅਸੀਂ ਜਾਣੀ ਆ ਜਿਹੜਾ ਹੁਣ ਆਪਣੇ ਆਪ ਸੈਣੀ ਸਾਹਿਬ ਦੇ ਕਵਿਤਾ ਖੜਾ ਕੀ ਹੈ, ਅਸੀਂ ਇਹਨਾਂ ਨੂੰ ਕਿਹੜੀ ਗੱਲ ਤੇ ਵੋਟਾਂ ਪਾਈਆਂ ਸੀ ਵੀ ਭਾਈ ਬਾਕੀ ਪਰਖ ਲਈ ਇਹ ਕੰਮ ਚੰਗਾ ਕਰ ਲਈਏ, ਅਸੀਂ ਪਾਈਆਂ ਸੀ। ਹਾਂ ਬਿਲਕੁਲ, ਹੋਰ ਕੀ ਕਹਿ, ਇਹਨਾਂ ਨੂੰ ਗੋਡੇ ਤੇ ਲਾਉਣਾ ਸੀ ਰਗੜ ਕੇ, ਤਾਂ ਇੰਨੇ ਤੇ ਕਾਬਲ ਨਹੀਂ ਸੀ, ਭੋਲਾ ਪੈਂਚਰ ਵਾਲੇ ਸੀ ਵਿਚਾਰੇ, ਹੁਣ ਬਣ ਗਏ, ਹੁਣ 5 ਸਾਲ, ਹੁਣ 5 ਸਾਲ ਕਿਸੇ ਨੇ ਨਹੀਂ ਹਲਾਉਣਾ ਸਾਨੂੰ ਆਪਦਾ ਮੌਜਾਂ, ਲੈ ਇਹ ਤਾਂ ਘੜੀ ਦੀਆਂ ਮੌਜਾਂ 'ਚ ਪੈ ਗਏ। ਹਾਂ ਉਦੋਂ ਕਿ ਨਹੀਂ ਵੇਖਿਆ ਘੜੀ ਲੈ ਕੇ ਮਾਸਟਰੀਆਂ ਦੇ ਮਗਰ ਭੱਜਿਆ ਫਿਰਦਾ ਸੀ, ਇੰਨੇ ਮਿੰਟ ਲੇਟ ਹੋ ਤੁਸੀਂ, ਲਾ ਦੱਸੋ ਇਹਨੂੰ ਇਹ ਪੁੱਛੇ ਵੀ ਤੇਰੀ ਮਾਤਾ ਜੀ ਕਿੰਨੇ ਲੇਟ ਆਉਂਦੀ ਹੁੰਦੀ ਸੀ ਸਕੂਲ ਸਫਾਈ ਕਰਨ, ਜੀ ਹੁਣ ਭੈਣ ਜੀ ਵਿਚਾਰੇ ਜੋਬ ਛੱਡ ਗਏ। ਹਾਂ ਦੱਸੋ, ਹਾਂਜੀ ਆ ਤੁਸੀਂ, ਮੈਂ ਹਮੇਸ਼ਾ ਕਹਿਣਾ ਹੁੰਦਾ ਨੋਟ ਦੇਖ ਲਿਓ ਕਦੇ, ਜਿਸ ਦਿਨ ਇਹ ਮੁੱਖ ਮੰਤਰੀ ਦਾ ਐਲਾਨ ਹੋਇਆ ਸੀ ਨਾ, ਜਿਸ ਦਿਨ ਇਹ ਉਦਣ ਸਤੌਜ ਪਿੰਡ ਗਿਆ ਸੀ ਆਪਦੇ ਮਾਨ ਸਾਹਿਬ, ਤੇ ਮੈਂ ਸੇਵ ਕਰ ਲੈਂਦਾ, ਪਤਾ ਨੀ ਕਿਉਂ ਨੀ ਹੋਈ ਸੇਵ, ਅਮਨ ਅਰੋੜਾ ਪੁੱਛ ਰਿਹਾ ਜਦੋਂ ਇਹਦੇ ਭਣੂਏ ਨੂੰ ਮਨਪ੍ਰੀਤ ਦੀ ਸਿਸਟਰ ਬੋਲ ਕੇ ਹਟੀ, ਉਹ ਕਹਿੰਦੀ ਮੇਰੀ ਇੱਕ, ਮੈਂ ਤੁਹਾਡੇ ਇੱਕ ਮੰਗ ਮੰਗਦੀ ਹਾਂ ਕੁੜੀ ਹੋਣ ਦੇ ਨਾਤੇ ਵੀ ਐਸੀ ਐਕਟ ਦੀ ਕਿਸੇ ਦਾ ਬੂਥ ਨਾ ਲੱਗਣ ਦੇ ਹੋਰ ਇੱਥੇ, ਇਹੀ ਮੇਰਾ ਸੰਧਾਰਾ ਹੋ। ਉਹ ਕਹਿੰਦੇ ਠੀਕ ਹੈ, ਜਾਨੂੰ ਪ੍ਰਾਹੁਣਾ ਇਹਨੂੰ ਵੀ ਮੇਰੇ ਅਰਗੇ ਨੂੰ ਹੋ ਗਿਆ ਵੀ ਯਾਰ ਮੈਂ ਪਿੱਛੇ ਕਿਉਂ ਰਹਾ ਨਾ, ਉਹਨੂੰ ਜਦੋਂ ਮੈਕ ਫੜਾਇਆ ਅਮਨ ਅਰੋੜਾ ਇਹਨੂੰ ਪੁੱਛ ਰਿਹਾ ਮੈਕ 'ਚ ਸੁਣ ਰਿਹਾ ਵੀ ਇਹ ਕੌਣ ਆ, ਕਹਿੰਦਾ ਮਨਪ੍ਰੀਤ ਦਾ ਪ੍ਰਾਹੁਣਾ ਹੈ। ਤੁਸੀਂ ਮਨਪ੍ਰੀਤ ਦੀ ਸ਼ਕਲ ਜਿਵੇਂ ਤੁਸੀਂ ਹੁਣ ਦੱਸਿਆ ਵੀ ਪਤਾ ਨੀ ਕੀ ਲਾਉਂਦੇ ਨੇ, ਤੁਸੀਂ ਉਦੋਂ ਦੀ ਸ਼ਕਲ ਦੇਖ ਕੇ ਉਹਦੇ ਹੁੰਦੇ ਹੋ, ਦੱਸੋ ਜੀ ਫਿਰ ਜਿਹੜਾ ਮੇਰੇ ਅਰਗੇ ਨੂੰ ਗੁਆਂਢੀ ਨੀ ਬੁਲਾਉਂਦਾ, ਦਾਲ ਕੌਲੀ ਦੀ ਕੰਧ ਤੋਂ ਨੀ ਫੜਾਉਂਦਾ, ਨਹੀਂ ਬਿਲਕੁਲ ਕੌਣ ਛੱਡਦਾ ਜੀ,
ਇਹਦੇ ਮੇਰੇ ਵਰਗਾ ਗੁਰਦੁਆਰੇ ਦੀ ਟਰੱਸਟ ਦੀ ਮੈਂਬਰੀ ਨਹੀਂ ਛੱਡਦਾ ਸੈਕਟਰੀ ਦਬਾ ਲਾਤਾ ਇਹਨੇ ਸਾਡੇ। ਇਸ ਕਰਕੇ ਆ ਜਿਹੜਾ ਬਲ ਸਾਹਿਬ ਕਹਿ ਕੇ ਇਹਨੇ ਗੱਲ ਬਹੁਤ ਵਧੀਆ ਲਿਆਉਣ। ਇੱਕ ਟਵਾਣਾ ਸਾਹਿਬ ਮੈਂ ਤੁਹਾਨੂੰ ਦੱਸਦਾ ਜੀ, ਸਾਡੇ ਨਾ ਕੈਨੇਡਾ ਆ ਗਿਆ ਮੁੰਡਾ ਉਹ, ਉਹ ਵਧੀਆ, ਉਹ ਵੀ ਬਹੁਤ ਸੀਰੀਅਸ ਹੈ। ਜਿਵੇਂ ਆ ਤੁਸੀਂ ਇਹਨਾਂ ਦੀ ਗੱਲ ਕਰਿਆ ਸੰਨੇਵੀ ਦੀ, ਜਿਹਨਾਂ ਦੀ ਉਹ ਹੈ ਡੈਰੀ ਫਾਰਮ, ਉਹ ਨਾ ਦੋ ਕੁ ਕਿੱਲੇ ਆਪਦੇ ਜੋ ਕੇ ਰੱਖਦਾ ਹੁੰਦਾ ਸੀਗਾ ਜੀ, ਉਹਨੇ ਆਪਦੇ ਸਬਜ਼ੀ ਬੀਜਣੀ ਆਪਦੀ ਉਹ ਲਾਉਣੀ ਉਹਦੇ ਵਿੱਚ। ਉਹਦਾ ਇੱਕ ਡਾਕਟਰ ਆ ਰਹੀ ਸੀ, ਮੇਰੇ ਤੋਂ ਵੱਡਾ ਜੀ ਥੋੜ੍ਹਾ ਜਿਹਾ 10 ਸਾਲ, ਉਹਦਾ ਡਾਕਟਰ ਆ ਰਹੀ ਸੀ। ਉਹ ਕਹਿੰਦਾ ਯਾਰ ਵੀ ਮੈਂ ਨਾ ਦੇਸੀ ਘਿਓ ਬਹੁਤ ਜਗ੍ਹਾ ਲੈ ਕੇ ਦੇਖ ਲਿਆ ਵੀ ਤੂੰ ਹੀ ਮੈਨੂੰ ਦੇ ਦਿਆ ਕਰ। ਉਹ ਕਹਿੰਦਾ ਮੈਂ ਦੇ ਦਿੰਦਾ ਤੈਨੂੰ। ਉਹ ਜੀ ਉਹਨੇ ਉਹਨੂੰ ਡਾਕਟਰ ਨੂੰ ਦੇਸੀ ਘਿਓ ਬਣਾ ਕੇ ਦੇ ਤਾ। ਡਾਕਟਰ ਸਾਹਿਬ ਨੇ ਫਿਰ ਵੀ ਚੈੱਕ ਕਰਿਆ, ਜਾਂ ਚੈੱਕ ਉਹਦੇ ਵਿੱਚੋਂ ਵੀ ਯੂਰੀਆ ਨਿਕਲ। ਕਾਰਨ ਕੀ ਵੀ ਸਾਡੀ ਧਰਤੀ ਵੀ ਜਿਹੀ ਦਿੱਲੀ ਹੋਈ ਪਈ ਆ ਨਾ, ਧਰਤੀ ਉਹ ਇਹੋ ਜਿਹੀ ਹੋ ਗਈ। ਇਹ ਜਿਵੇਂ ਹੁਣ ਕਹਿੰਦੇ ਆ ਇਹਨਾਂ ਨੇ ਆਰਗੈਨਿਕ ਖਰਚਿਆ ਕਿ 2 ਸਾਲ ਬਿਜਲੀ ਤਾਂ 2-3 ਸਾਲ ਬਾਅਦ ਜਾ ਕੇ ਬਰਾਬਰ ਆਉਂਦੀ ਹੈ। ਬਹੁਤ ਸਮਾਂ ਲੱਗਦਾ। ਤੁਸੀਂ ਅੱਗੇ ਦੇਖੋ ਟਵਾਣਾ ਸਾਹਿਬ, ਤੁਸੀਂ ਤੇ ਆਪਾਂ ਤਾਂ ਗਵਾਹ ਆ ਅੱਜ ਤੱਕ ਇਸ ਗੱਲ ਦੇ ਕਿ ਜਿਹੜਾ ਆਪਾਂ ਬਰਸੀਨ ਬੀਜਦੇ ਸੀਗੇ ਉਹ ਚ ਕਦੇ ਆਹ ਨਹੀਂ ਸੀ ਪਾਉਂਦੇ ਹੁੰਦੇ ਦੂਜਾ ਰਹੀ, ਉਹ ਚ ਕੱਲਾ ਦੇਸੀ ਰਿਓ ਹੀ ਪਾਉਂਦੇ ਸੀ। ਹਾਂ, ਉਹ ਚ ਯੂਰੀਆ ਨਹੀਂ ਸੀ ਪਾਉਂਦੇ ਹੁੰਦੇ, ਜੇ ਬਾਹਲੀ ਲੋੜ ਪੈਣੀ ਨਾ ਕਿਤੇ ਲੂਣ ਦੀ ਮੁੱਠੀ ਪਾ ਦੇਣੀ। ਹਾਂ, ਜਾਂ ਜਿਹੜੀਆਂ ਮੋਟਰ ਦੇ ਨਾਲ ਥੋੜੀ ਜਿਹੀ ਜਗ੍ਹਾ ਬਚ ਜਾਂਦੀ ਜਿਹੜੀ, ਉੱਥੇ ਆਪਣੇ ਘਰ ਦੇ ਸਬਜ਼ੀ ਲਾਉਂਦੇ ਸੀ, ਉੱਥੇ ਨਹੀਂ ਸੀ ਕਦੇ ਉਹ ਪਾਉਂਦੇ। ਹਾਂ ਬਿਲਕੁਲ ਬਿਲਕੁਲ, ਘੱਟੋ ਘੱਟ ਉਹ ਚੀਜ਼ ਤਾਂ ਪਿਓਰ ਤਾਂ ਆਉਂਦੀ ਸੀ ਨਾ। ਹੁਣ ਤਾਂ ਮਤਲਬ ਅਸੀਂ ਤਾਂ ਆਪਦੇ ਲਈ ਵੀ ਥੋੜੀ ਚੀਜ਼ ਵੀ ਗਾਉਣੋਂ ਹਟ ਗਈ, ਸਾਡੇ ਹਾਲਾਤ ਇਹ ਬਣ ਗਏ, ਅਸੀਂ ਇੰਨੇ ਨਿਹੱਥੇ ਹੋ ਗਏ। ਉਹ ਕੰਮ ਹੋ ਗਿਆ ਨਾ ਵੀ ਇੱਥੇ ਝਾੜੂ ਨਹੀਂ ਲਾਉਣਾ, ਟੋਰਾਂਟੋ ਟਿਮ ਹੋਟਲ ਤੇ ਆ ਕੇ ਮਾਪ ਜ਼ਰੂਰ ਲਾਉਣਾ ਜੀ। ਸਹੀ ਗੱਲ ਹੈ, ਮਾਪ ਆਪਰੇਟਰ ਹੋ ਗਿਆ ਮੁੰਡਾ। ਥੈਂਕ ਯੂ, ਥੈਂਕ ਯੂ। ਨਹੀਂ ਦੇਖੋ, ਤੁਸੀਂ ਆਪਣੇ ਘਰਾਂ 'ਚ ਤੁਸੀਂ ਖਾਣ ਜੋਗਾ ਫਲ ਲਾ ਸਕਦੇ ਹੋ। ਹੁਣ ਬਾਈ ਜੀ ਨਰਿੰਦਰ ਸਿੰਘ ਟਵਾਣਾ ਸਾਹਿਬ, ਤੁਸੀਂ ਵੇਖੋ ਕਿ ਉਹ ਗਿਟਕਾ ਆੜੂ ਖਾ ਕੇ, ਉਹਨਾਂ ਨੇ ਉਹ ਗਿਟਕਾ ਬੀਜੀਆਂ ਅਤੇ ਉਹਨਾਂ ਨੇ ਫਿਰ ਉਹ ਆੜੂ ਵੰਡੇ ਆਪਣੇ ਦੋਸਤਾਂ ਮਿੱਤਰਾਂ ਨੂੰ, ਅਤੇ ਇੱਕ ਕਹਿੰਦਾ ਕੋਈ ਮੇਰੇ ਵਰਗਾ ਜੀ ਮੈਨੂੰ ਵੀ ਦਿਓ ਬੂਟੇ, ਉਹਨਾਂ ਨੇ ਉਹੀ ਗਿਟਕਾ ਬੀਜਤੀਆਂ। ਤੁਸੀਂ ਵੇਖੋ ਕਿ ਉਹਨਾਂ ਦੇ ਇੰਨਾ ਫਰੂਟ ਲੱਗਿਆ ਹੋਇਆ। ਚਲੋ ਬਾਕੀ ਸ਼ਹਿਰੀ ਹੋਰੀ ਤਾਂ ਅੱਜ ਕੱਲ੍ਹ ਇੰਡੀਆ ਆਏ ਹੋਏ ਨੇ ਬੱਚੇ ਉਹਨਾਂ ਦੇ, ਅਤੇ ਉਹ ਆਪ ਦੋਨੇ ਨੇ ਭੈਣ ਜੀ ਹੋਰੀ ਅਤੇ ਆਪਣਾ ਟਵਾਣਾ ਸਾਹਿਬ ਆਪਣਾ, ਮਤਲਬ ਨਾਲੇ ਤਾਂ ਵਧੀਆ ਲੱਗਦਾ ਜਾਨਵਰ ਆ ਕੇ ਬਹਿੰਦੇ ਨੇ। ਤੁਸੀਂ ਇਸ ਤਰ੍ਹਾਂ ਪੰਜਾਬ 'ਚ ਇੰਨੀ ਇੰਨੀ ਜਗ੍ਹਾ ਆ, ਐਡੇ ਐਡੇ ਵਿਹੜੇ ਨੇ ਲੋਕਾਂ ਦੇ, ਕੰਕਰੀਟ 'ਤੇ ਕੰਕਰੀਟ ਵਿਛਾਈ ਪਈ ਆ। ਆਹ ਤੁਸੀਂ ਵੇਖੋ, ਆ ਜਿਹੜਾ ਗੁਰੀ ਘਰਗਣਾ ਜਾਂ ਹੋਰ ਜਿਹੜੇ ਯੂਟਿਊਬਰ ਨੇ ਉਹ ਘਰ ਦਿਖਾਉਂਦੇ ਆ, ਮਤਲਬ ਐਡੇ ਐਡੇ ਡਰਾਈਵੇ ਬਣੇ ਨੇ, ਕਿਤੇ ਕੋਈ ਮਤਲਬ ਬੂਟਾ ਨਜ਼ਰ ਆਉਂਦਾ। ਤੁਸੀਂ ਘਰਾਂ ਦੀਆਂ ਛੱਤਾਂ 'ਤੇ, ਆਪਣੇ ਬਗੀਚੀ 'ਤੇ, ਆਪਣੇ ਮੋਟਰ 'ਤੇ ਕਿੰਨੇ ਤੁਸੀਂ ਫਲ ਫਰੂਟ ਲਾ ਸਕਦੇ ਹੋ, ਹੈ ਨਾ। ਸੋ ਪਰ ਉਹ ਅਸੀਂ ਕਰਨਾ ਨਹੀਂ ਨਾ ਹਰ ਚੀਜ਼। ਤੁਸੀਂ ਵੇਖੋ ਕਿ ਜਾਮਣ ਵਰਗਾ ਫਰੂਟ ਜੇ 200 ਰੁਪਏ ਕਿਲੋ ਵਿਕਦਾ ਪੰਜਾਬ 'ਚ, ਤਾਂ ਦੇਖੋ ਕਮਾਲ ਸੇਬਾਂ ਦੇ ਭਾਅ ਵਿਕਦਾ, ਫਿਰ ਅਸੀਂ ਅੰਬਾਨੀਆਂ ਡਾਨੀਆਂ ਨੂੰ ਪੁੱਟੀ ਜਾਂਦੇ ਹਾਂ। ਸੋ ਇਸ ਕਰਕੇ ਬੜੇ ਸਸਤੇ ਰੇਟ 'ਤੇ ਆ ਜਿਹੜੀਆਂ ਸਰਕਾਰੀ ਨਰਸਰੀਆਂ ਨੇ, ਇੱਥੋਂ ਮਤਲਬ ਫਲਾਂ ਦੇ ਬੂਟੇ ਮਿਲ ਜਾਂਦੇ ਆ। ਪਰ ਆ ਜਿਹੜੇ ਯੂਟਿਊਬਰ ਨੇ ਤਾਂ ਜਾ ਕੇ ਮਰੇਕੋਟਲਾ ਜਾਂ ਹੋਰ ਜਿਹੜੀਆਂ ਕਮਰਸ਼ੀਅਲ ਨਰਸਰੀਆਂ ਨੇ ਉਹਨਾਂ ਨੂੰ ਜ਼ਿਆਦਾ ਪ੍ਰਮੋਟ ਕਰਦੇ ਨੇ ਪੈਸੇ ਲੈ ਕੇ। ਉੱਥੇ ਰੇਟ ਸੁਣ ਕੇ ਕਿ ਆ ਅੰਜੀਰ ਦਾ ਬੂਟਾ 600 ਰੁਪਏ ਦਾ, ਅਗਲਾ ਕਹਿੰਦਾ ਛੱਡੋ ਭਰਾ ਜੀ, 2 ਰੁਪਏ ਵੀ ਕੋਸਟ ਨਹੀਂ ਹੈ। ਆਪਣੇ ਬਾਈ ਨੀਲਾ ਸਿੰਘ ਫਰੀਦਕੋਟ ਵਾਲੇ ਮਤਲਬ ਸੈਂਕੜੇ ਬੂਟੇ ਵੰਡ ਚੁੱਕੇ, ਉਹ ਮੇਰੇ ਲੱਗਦਾ 500-600 ਬੂਟਾ ਵੰਡ ਚੁੱਕੇ ਹੋਣੇ ਆ। ਖੇਚਲ ਕੀ ਹੈ, ਮੰਨ ਲਓ ਕਰਨੀ ਪੈਣੀ ਆ ਯਾਰ ਇੰਨਾ ਕੁਛ ਤਾਂ। ਆ ਮੈਂ ਪਰਸੋਂ ਗਿਆ ਇੱਥੇ ਬਾਈ ਨਰਸਰੀ ਹੈ ਸਾਡੇ ਆਪਣੇ ਜਿਹੜੇ DFO ਸਾਹਿਬ ਨੇ, ਫੋਰੈਸਟ ਆਫਿਸਰ ਸਾਹ ਹਰਿੰਦਰ ਸਿੰਘ, ਜਿਨ੍ਹਾਂ ਨੇ ਮਤਲਬ ਇਹਦਾ ਮੁੱਢ ਵੱਜਿਆ ਪੰਜਾਬ ਦੇ ਵਿੱਚ। ਉਹ ਮਤਲਬ ਕੈਪਟਨ ਅਮਰਿੰਦਰ ਦੇ ਘਰ ਇਹ ਅੰਜੀਰ ਲੱਗੀ ਹੋਈ ਸੀਗੀ, ਉੱਥੋਂ ਕਿਤੇ ਉਹ ਕਲਮ ਲਿਆਏ ਅਤੇ ਉੱਥੇ ਕਲਮ ਲਿਆ ਕੇ ਉਹਨਾਂ ਨੇ ਇੱਥੇ ਬੂਟਾ ਲਾਇਆ। ਉਸ ਤੋਂ ਬਾਅਦ ਉਸ ਬੂਟੇ ਤੋਂ ਮੈਨੂੰ ਲੱਗਦਾ ਕਈ ਲੱਖ ਬੂਟਾ ਬਣਾ ਕੇ ਹੁਣ ਤੱਕ ਉਹ ਵੰਡ ਚੁੱਕੇ ਆ। ਵੈਸੇ ਵੀ ਤੁਸੀਂ ਉਦੋਂ ਪ੍ਰੂਨਿੰਗ ਕਰਨੀ ਹੁੰਦੀ ਹੈ ਇਹਨਾਂ ਦੀ,
ਦਸੰਬਰ ਜਨਵਰੀ ਟਾਹਣੀਆਂ ਕੱਟ ਕੇ ਸਿੱਟਣੀਆਂ ਹੁੰਦੀਆਂ ਨੇ, ਉਸੇ ਗਿੱਠ ਗਿੱਠ ਦੀਆਂ ਟਾਹਣੀਆਂ ਨੂੰ ਤੁਸੀਂ ਧਰਤੀ 'ਚ ਦੱਬ ਦਿਓ, ਲਿਫਾਫੇ 'ਚ ਦੱਬ ਦਿਓ, ਉਹਦਾ ਬੂਟਾ ਬਣ ਜਾਂਦਾ ਹੈ। ਕੁਛ ਵੀ ਕੋਸਟ ਨਹੀਂ, 20 ਪੈਸੇ ਕੋਸਟ ਨਹੀਂ ਹੈ, ਲੇਬਰ ਤੁਹਾਡੀ ਪੈਣੀ ਹੈ ਸਿਰਫ। ਪਰ ਉਹ ਕਰੇ ਕੌਣ? ਹੁਣ ਬੂਟੇ ਲੈਣ ਦੀ ਮਹਿਮਾ ਚੱਲ ਰਹੀਆਂ ਨੇ, ਬੜਾ ਕੁਛ ਹੋ ਰਿਹਾ, ਛੋਟੇ ਛੋਟੇ ਬੂਟੇ ਲਾ ਰਿਹਾ, ਮੈਂ ਦੇਖ ਰਿਹਾ ਇੱਥੇ ਫੁੱਟਪਾਥਾਂ 'ਤੇ ਜਾਂ ਉਹ, ਪਰ ਉਹਦਾ ਸਕਸੈਸ ਰੇਟ ਬਹੁਤ ਘੱਟ ਹੈ। ਜੇ ਵੱਡਾ ਬੂਟਾ ਹੋਊਗਾ, ਆਲੇ ਦੁਆਲੇ ਮਤਲਬ ਬੈਰੀਕੇਡ ਹੋਊਗਾ, ਬਾਂਸ ਤੁਸੀਂ ਲਾਓ ਬੜੀ ਜਲਦੀ ਹੋ ਜਾਂਦਾ, ਬਾਂਸ ਦੇ ਟ੍ਰੀ ਗਾਰਡ ਬਣਾਓ, ਹੈ ਨਾ, ਸੀਮੈਂਟ ਦੇ ਲੋਹੇ ਦੇ ਟ੍ਰੀ ਗਾਰਡ ਤਾਂ ਵੈਸੇ ਨਹੀਂ ਛੱਡਦੇ, ਸੀਮੈਂਟ ਦੇ ਵੀ ਲੋਕ ਪੱਟ ਕੇ ਲੈ ਜਾਂਦੇ ਆ। ਸੋ ਇਸ ਦੇ ਵਿੱਚ ਇਹ ਜੋ ਸਾਰਾ ਕੁਛ ਚੱਲ ਰਿਹਾ ਨਾ, ਹਾਲਾਤ ਮਾੜੇ ਨੇ। ਉੱਧਰ ਬੰਗਲਾਦੇਸ਼ ਦੇ ਹਾਲਾਤ ਅਗਰ ਵੇਖੀਏ ਤਾਂ ਜਿਸ ਤਰ੍ਹਾਂ ਰਿਜ਼ਰਵੇਸ਼ਨ ਕੋਟੇ ਨੂੰ ਲੈ ਕੇ ਬੰਗਲਾਦੇਸ਼ ਦੇ ਵਿੱਚ ਖਾਨਾ ਜੰਗੀ ਚੱਲੀ ਹੈ, ਬੰਗਲਾਦੇਸ਼ ਦੇ ਵਿੱਚ ਸਰਕਾਰੀ ਨੌਕਰੀਆਂ ਦੇ ਵਿੱਚ ਰਾਖਵਾਂਕਰਨ ਪ੍ਰਣਾਲੀ ਦੀ ਸੁਧਾਰ ਦੀ ਮੰਗ ਕਰਨ ਲਈ ਪ੍ਰਦਰਸ਼ਨਾਂ ਦੇ ਖਿਲਾਫ ਪੁਲਿਸ ਕਾਰਵਾਈ ਦੇ ਵਿੱਚ ਹੁਣ ਤੱਕ 105 ਵਿਅਕਤੀ ਮਾਰੇ ਜਾ ਚੁੱਕੇ ਨੇ ਅਤੇ ਕਈ ਜਗ੍ਹਾ ਗੋਲੀ ਚੱਲੀ ਹੈ, ਜਿਸ ਦੇ ਦੌਰਾਨ ਪੁਲਿਸ ਦੀਆਂ ਗੋਲੀਆਂ ਦੇ ਨਾਲ ਜਾਂ ਆਪਸੀ ਹਿੰਸਾ ਦੇ ਵਿੱਚ 105 ਬੰਦਾ ਮਾਰੇ ਜਾ ਚੁੱਕਾ ਹੈ। ਇੰਟਰਨੈੱਟ ਅਤੇ ਮੋਬਾਈਲ ਸੇਵਾਵਾਂ ਠੱਪ ਨੇ। ਬੰਗਲਾਦੇਸ਼ ਦੀ ਰਾਜਧਾਨੀ ਢਾਕਾ, ਜਿੱਥੋਂ ਦੀ ਮਲਮਲ ਬੜੀ ਮਸ਼ਹੂਰ ਹੈ, ਤੂੰ ਢਾਕੇ ਦੀ ਮਲਮਲ ਵਰਗੀ ਨਰਮ ਜਿਹੀ ਮਟਿਆਰੇ, ਪਰ ਢਾਕੇ ਦੇ ਵਿੱਚ ਨਰਸੰਹਾਰ ਹੋ ਰਿਹਾ, ਕਤਲੇਆਮ ਹੋ ਰਿਹਾ, ਕੁਝ ਥਾਵਾਂ 'ਤੇ ਰੋਸ ਮੁਜ਼ਾਹਰੇ ਹੋ ਰਹੇ ਨੇ। ਹੈ ਤਾਂ ਸਾਰੇ ਮੁਸਲਿਮ ਹੀ ਨੇ ਨਾ, ਉੱਥੇ ਤਾਂ ਕੋਈ ਹਿੰਦੂ ਵਾਲਾ ਰੌਲਾ ਨਹੀਂ ਹੈ ਹੁਣ। ਸੋ ਰਿਜ਼ਰਵੇਸ਼ਨ ਦੀ ਮੰਗ ਨੂੰ ਲੈ ਕੇ ਜਿਸ ਤਰ੍ਹਾਂ ਹੋਇਆ ਢਾਕਾ ਦੇ ਬੰਗਲਾਦੇਸ਼ ਦੇ ਟੈਲੀਵਿਜ਼ਨ ਦਫ਼ਤਰ ਦੇ ਸਾਹਮਣੇ ਸੁਰੱਖਿਆ ਦਲਾਂ ਬੱਲਾਂ ਵੱਲ ਪੱਥਰ ਮਾਰੇ ਗਏ ਨੇ ਭੀੜ ਵੱਲੋਂ ਅਤੇ ਉੱਧਰੋਂ ਗੋਲੀ ਚਲਾਈ ਗਈ ਹੈ। 1971 ਦੇ ਵਿੱਚ ਪਾਕਿਸਤਾਨ ਤੋਂ ਇਹ ਜਿਹੜਾ ਆਜ਼ਾਦ ਹੋ ਕੇ ਬੰਗਲਾਦੇਸ਼ ਬਣਿਆ ਅਤੇ ਉਸ ਦੌਰਾਨ ਢਾਕਾ ਅਤੇ ਹੋਰ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ 1971 ਦੇ ਵਿੱਚ ਪਾਕਿਸਤਾਨ ਤੋਂ ਦੇਸ਼ ਦੀ ਆਜ਼ਾਦੀ ਲਈ ਲੜਨ ਵਾਲੇ ਨਾਇਕਾਂ ਦੇ ਰਿਸ਼ਤੇਦਾਰਾਂ ਲਈ ਸਰਕਾਰੀ ਸੈਕਟਰ ਦੇ ਵਿੱਚ ਕੁਝ ਨੌਕਰੀਆਂ ਰਾਖਵੀਆਂ ਰੱਖਣ ਵਾਲੀ ਪ੍ਰਣਾਲੀ ਦੇ ਖਿਲਾਫ ਕਈ ਦਿਨਾਂ ਤੋਂ ਰੈਲੀਆਂ ਕੀਤੀਆਂ ਨੇ। ਵਿਦਿਆਰਥੀ ਚਾਹੁੰਦੇ ਨੇ ਕਿ ਇਸ ਯੋਗਤਾ ਦੇ ਆਧਾਰ 'ਤੇ ਪ੍ਰਣਾਲੀ ਨੂੰ ਬਦਲਿਆ ਜਾਵੇ, ਜਾਣੀ ਜਿਨ੍ਹਾਂ ਨੇ ਬੰਗਲਾਦੇਸ਼ ਆਜ਼ਾਦ ਕਰਾਇਆ, ਜਾਣੀ ਜਿਹੜੇ ਉਸ ਵਕਤ ਦੇ ਫਰੀਡਮ ਫਾਈਟਰ ਨੇ, ਉਹਨਾਂ ਦੇ ਪਰਿਵਾਰਾਂ ਨੂੰ ਕੁਛ ਨੌਕਰੀਆਂ ਰਿਜ਼ਰਵ ਨੇ ਜਿਹੜੇ ਉਦੋਂ ਦੇਸ਼ ਨੂੰ ਆਜ਼ਾਦ ਕਰਾਉਂਦੇ ਨੇ, ਜਾਣੇ ਜਿਵੇਂ ਆਪਣੇ ਵੀ ਹੈ ਫਰੀਡਮ ਫਾਈਟਰਾਂ ਦਾ। ਇਸ ਤਰ੍ਹਾਂ 71 'ਚ ਜਦੋਂ ਇਹ ਪਾਕਿਸਤਾਨ ਤੋਂ ਅਲੱਗ ਹੋਏ ਤਾਂ ਕੁਝ ਪਰਿਵਾਰ ਜਿਹੜੇ ਮਾਰੇ ਗਏ, ਉਹਨਾਂ ਦੇ ਪਰਿਵਾਰਾਂ ਨੂੰ ਫਰੀਡਮ ਫਾਈਟਰਾਂ ਵਾਸਤੇ ਕੁਝ ਨੌਕਰੀਆਂ ਰੱਖੀਆਂ ਨੇ। ਹੁਣ ਵਿਦਿਆਰਥੀ ਚਾਹੁੰਦੇ ਨੇ ਕਿ ਇਸ ਫਰੀਡਮ ਫਾਈਟਰ ਦੇ ਕੋਟੇ ਨੂੰ ਖਤਮ ਕਰਕੇ ਇਸ ਨੂੰ ਯੋਗਤਾ ਦੇ ਆਧਾਰ 'ਤੇ ਜੋਬ ਦਿੱਤੀ ਜਾਵੇ, ਇੰਨੇ ਸਾਲ ਦਿੱਤੀ ਠੀਕ ਹੈ। ਇਸ ਸੰਬੰਧੀ ਉੱਥੋਂ ਦੇ ਸਮੋਏ TV ਦੀ ਖਬਰ ਦੇ ਵਿੱਚ ਦੱਸਿਆ ਗਿਆ ਕਿ ਕੱਲ੍ਹ ਦੀਆਂ ਝੜਪਾਂ 'ਚ ਵੀ 4 ਬੰਦੇ ਮਾਰੇ ਗਏ ਨੇ, ਹੁਣ ਤੱਕ 105 ਲੋਕ ਇਹਨਾਂ ਮੁਜ਼ਾਹਰਿਆਂ ਦੇ ਵਿੱਚ ਮਾਰੇ ਗਏ ਨੇ। ਹਾਲਾਂਕਿ ਇੰਡੀਅਨ ਵਿਦੇਸ਼ ਮੰਤਰਾਲੇ ਦੀ ਖਬਰ ਹੈ ਕਿ ਉੱਥੇ ਜਿੰਨੇ ਵੀ ਭਾਰਤੀ ਨੇ ਉਹ ਸਾਰੇ ਸੁਰੱਖਿਅਤ ਨੇ, ਇਹ ਬੰਗਲਾਦੇਸ਼ੀਆਂ ਦਾ ਆਪਣਾ ਰੌਲਾ ਹੈ। 100 ਤੋਂ ਵੱਧ ਬੰਦਾ ਮਰ ਚੁੱਕਾ ਹੈ, ਆਣ ਅਧਿਕਾਰਤ ਤੌਰ 'ਤੇ ਇਹ ਗਿਣਤੀ 200-250 ਤੋਂ ਵੱਧ ਦੱਸਦੇ ਆ। ਪਰ ਇਸ ਸਿਲਸਿਲੇ ਵਿੱਚ ਤੁਸੀਂ ਵੇਖੋ ਕਿ ਇੱਕੋ ਹੀ ਮਜ਼ਹਬ ਹੈ, ਇੱਕੋ ਹੀ ਮੁਸਲਿਮ ਹੈ, ਇੱਕੋ ਹੀ ਕੁਰਾਨ ਸ਼ਰੀਫ ਨੂੰ ਪੂਜਣ ਵਾਲੇ ਲੋਕ ਨੇ, ਮਤਭੇਦ ਨੂੰ ਲੈ ਕੇ 100 ਲੋਕ ਮਾਰੇ ਗਏ। ਜਿਹੜਾ ਇਕੋਨਮੀ ਦਾ ਬੁਰਾ ਹਾਲ ਹੋਇਆ ਉਹ ਇਸ ਤੋਂ ਵੱਖਰਾ। ਖੈਰ, ਪੋਲੇ ਮਾਜਰਾ ਸਾਹਿਬ ਸਤਿ ਸ਼੍ਰੀ ਅਕਾਲ ਬਾਈ ਜੀ। ਪੋਲੇ ਮਾਜਰਾ ਸਾਹਿਬ ਸਤਿ ਸ਼੍ਰੀ ਅਕਾਲ ਬਾਈ ਜੀ, ਗੱਲ ਕਰੋ। ਕਲਮ? ਹਾਂ, ਅੰਗੂਰਾਂ ਦੀ ਵੈਸੇ ਬੂਟਾ ਤਾਂ ਬਰਸਾਤ 'ਚ ਲੱਗਦਾ, ਕਲਮ ਕੱਟ ਕੇ ਹੇਠਾਂ ਤਾਂ ਨਹੀਂ ਲੱਗਣੀ, ਜੇ ਬੇਲ ਦੇ ਉੱਤੇ ਹੀ ਆ ਉਹ ਕਿਸੇ ਵੀ ਮੌਸਮ 'ਚ ਬਣ ਜਾਂਦੀ ਹੈ। ਜੇ ਅਸੀਂ ਜਿਹੜੇ ਲੈ ਕੇ ਗਏ ਸੀ ਮੈਰ ਵੀਰ ਉੱਥੇ ਆਪਾਂ ਨਰਸਰੀ 'ਚੋਂ, ਹਾਂ, ਐਤਕੀ ਸਾਡੇ ਬੈਠੇ ਸੀ ਫਲ ਖਾ ਦਾ ਗਏ ਤੋਤੇ ਦਾ ਉੱਥੇ ਹੀ ਨਹੀਂ, ਮਤਲਬ ਜੇ ਹੁਣ ਬੇਲ ਪੱਕ ਗਈ। ਓਕੇ,
ਨਹੀਂ ਓਹਦੀ ਵੀ ਕਲਮ ਕੱਟ ਕੇ ਹੇਠਾਂ ਨਹੀਂ, ਕਲਮ ਦੇਖੋ ਟਰਾਈ ਕਰ ਲਓ ਓਹਦੀ ਜੇ ਹੈ। ਵੈਸੇ ਤਾਂ ਉਹ ਬੂਟਾ ਤਾਂ ਉਹਨਾਂ ਦਾ ਫਰਵਰੀ ਚ ਲੱਗਦਾ ਨਵੇਂ ਸਿਰਿਓਂ, ਹੋ ਜੂ ਹੁਣ ਵੀ ਬਰਸਾਤ ਚ ਤਾਂ ਸਾਰੇ ਬੂਟੇ ਚੱਲ ਪੈਂਦੇ ਆ ਤਕਰੀਬਨ। ਹਾਂ ਕਰੜੀ ਜਿਹੜੀ ਕਲਮ ਹੈ ਉਹ ਆਏ, ਜਾਂ ਫਿਰ ਉਹਦੇ ਉੱਤੇ ਹੀ ਕਲਮ ਬਣਾ ਲਓ, ਜਿਵੇਂ ਆਪਾਂ ਨਿੰਬੂਆਂ ਦੀ ਬਣਾਉਂਦੇ ਹੁੰਦੇ ਹਾਂ ਨਾ, ਟਾਹਣੀ ਦੇ ਉੱਤੇ ਹੀ ਉਹਨੂੰ ਬਿਨਾਂ ਕੱਟੇ ਹੀ ਉਹਨੂੰ ਛਿੱਲ ਕੇ ਉਹਦੇ 'ਤੇ ਮਿੱਟੀ ਦਾ ਲੇਪ ਕਰ ਦਿਓ। ਮਹੀਨੇ ਕੁ ਬਾਅਦ ਜੇ ਉਹਦੀ ਜੜ ਬਣ ਗਈ ਫਿਰ ਕੱਟ ਕੇ ਜਦੋਂ ਮਰਜ਼ੀ ਲਾ ਦਿਓ, ਫਿਰ ਕੋਈ ਦਿੱਕਤ ਨਹੀਂ। ਇੱਕ ਵਾਰੀ ਜੜ ਬਣਨੀ ਚਾਹੀਦੀ ਹੈ, ਹੈ ਨਾ। ਉਹ ਮਿੱਟੀ ਨੂੰ ਉੱਪਰੋਂ ਧੋ ਲਓ ਇੱਕ ਵਾਰੀ। ਹਾਂ ਜਦੋਂ ਉਹਨੂੰ ਮਿੱਟੀ ਨੂੰ ਦੁਬਾਰਾ ਇੱਕ ਮਹੀਨੇ ਬਾਅਦ ਜੜ ਬਣ ਜਾਂਦੀ ਹੈ ਕਿਸੇ ਵੀ ਬੂਟੇ ਦੀ, ਜੇ ਤੁਸੀਂ ਉੱਪਰੋਂ ਛਿੱਲ ਕੇ ਨਾ ਇੱਕ ਇੰਚ ਛਿੱਲ ਲਓ ਉੱਪਰੋਂ ਉਹਦੀ ਬਿਲਕ, ਅਤੇ ਉਹਨੂੰ ਉੱਤੇ ਹੀ ਟਾਹਣੀ 'ਤੇ ਲੱਗੀ ਰਹਿਣ ਦਿਉ, ਅਤੇ ਉਹਦੇ ਉੱਤੇ ਮਿੱਟੀ ਪਾ ਕੇ ਜਾਂ ਕੋਕੋਪਿੱਟ ਜਿਹੜਾ ਆਉਂਦਾ ਨਾਰੀਅਲ ਦਾ ਬਰਾਦਾ ਆਉਂਦਾ, ਉਹ ਇਹਨਾਂ ਤੋਂ ਨਰਸਰੀ ਵਾਲਿਆਂ ਤੋਂ ਮਿਲ ਜਾਏਗਾ ਤੁਹਾਡੇ ਇੱਥੋਂ ਬਰਾਂਡੇ ਤੋਂ, ਅਤੇ ਉਹਦੇ 'ਚ ਛੇਤੀ ਬਣਦੀ ਹੈ ਕਿਉਂਕਿ ਉਹ ਸਿੱਲ ਜ਼ਿਆਦਾ ਰੱਖਦਾ, ਮਿੱਟੀ ਛੇਤੀ ਸੁੱਕ ਜਾਂਦੀ ਹੈ, ਜਾਂ ਫਿਰ ਮਿੱਟੀ 'ਚ ਇਹ ਹੈ ਕਿ ਉੱਪਰੋਂ ਥੋੜ੍ਹਾ ਥੋੜ੍ਹਾ ਪਾਣੀ ਪਾਉਂਦੇ ਰਹੋ ਅਤੇ ਲਿਫਾਫਾ ਲਪੇਟ ਕੇ, ਅਤੇ ਉਹਦੇ 'ਚ ਮਹੀਨੇ ਕੁ ਬਾਅਦ ਉਹਨੂੰ ਇੱਕ ਵਾਰੀ ਧੋ ਕੇ ਵੇਖ ਲਓ ਵੀ ਉਹਦੇ 'ਚੋਂ ਜੜ੍ਹਾਂ ਨਿਕਲੇਗੀਆਂ ਵਾਲਾਂ ਵਰਗੀਆਂ। ਜਦੋਂ ਵਾਲਾਂ ਵਰਗੀਆਂ ਜੜ੍ਹਾਂ ਨਿਕਲੇਗੀਆਂ ਤਾਂ ਉਹਨੇ ਖੁਰਾਕ ਲੈਣੀ ਸ਼ੁਰੂ ਕਰਨੀ ਹੈ, ਅਤੇ ਫਿਰ ਹੇਠੋਂ ਵੱਢ ਕੇ ਜਦੋਂ ਮਰਜ਼ੀ ਲਾ ਦਿਓ, ਹੈ ਨਾ। ਹਾਂ ਬਾਈ ਜੀ ਤੁਸੀਂ ਵੇਖੋ ਕਿ ਜਿਮ ਜਾਣ ਦੀ ਲੋੜ ਨਹੀਂ, ਤੁਸੀਂ ਘਰੇ ਥੋੜਾ ਬਹੁਤਾ ਕੰਮ ਕਰ ਲਓ, ਘਰੇ ਪੋਚੇ ਆਪਣੇ ਆਪ ਲਾ ਲਓ, ਝਾੜੂ ਲਾ ਲਓ, ਆਪਣਾ ਘਰ ਹੈ ਕਿਤੇ ਕੁਛ ਵੀ ਕੰਮ ਕਰ ਲਓ। ਪਰ ਗੱਲ ਇਹ ਹੈ ਉਹ ਅਸੀਂ ਸਰਦਾਰੀ 'ਚ ਆ ਗਏ ਕਿ ਹੈ ਮੈਂ ਆਪਣਾ ਕੰਮ ਮੈਂ ਖੁਦ ਕਰਾਂਗਾ, ਹੈ ਨਾ। ਹਾਂ ਸੋ ਇਸ ਕਰਕੇ ਮਤਲਬ ਜੇ ਤੁਸੀਂ ਕਿਤੇ ਜਾਣਾ, ਕਿਤੇ ਸੌਦਾ ਲੈਣ ਜਾਣਾ, ਦੁਕਾਨ 'ਤੇ ਜਾਣਾ, ਤੁਸੀਂ ਤੁਰ ਕੇ ਚਲੇ ਜਾਓ, ਇਹ ਵੀ ਐਕਸਰਸਾਈਜ਼ ਹੈ। ਜਿੱਥੇ ਸਾਈਕਲ ਲੈ ਜਾਓ, ਕਾਰ ਦੀ ਜਗ੍ਹਾ ਸਕੂਟਰ ਲੈ ਜਾਓ। ਹੁਣ ਦੇਖੋ ਬਾਈ ਜੀ ਇੱਥੇ ਪਟਿਆਲੇ 'ਚ ਐਡਾ ਸਾਡੇ ਜਾਮ ਲੱਗਦਾ, ਮੈਂ ਅਨਸਰ ਦੇ ਨੂੰ ਹੀ ਗੱਡੀ ਮਤਲਬ ਚੱਕੀ ਦੀ ਹੈ, ਨਹੀਂ ਤਾਂ ਸਕੂਟਰ ਜਾਂ ਸਾਈਕਲ, ਅਤੇ ਉਹ ਸਿਖਾਲੇ ਰਹਿੰਦੇ ਆ, ਜਾਮ ਲੱਗਿਆ ਹੁੰਦਾ ਇਕੱਲਾ ਇਕੱਲਾ ਬੰਦਾ, ਅਤੇ ਫਿਰ ਅਗਲਾ ਕਹਿੰਦਾ ਮੇਰੀ ਗੱਡੀ ਨੂੰ ਝਰੀਟ ਨਾ ਪੈ ਜੇ, 15-15 ਫੁੱਟ ਜਗ੍ਹਾ ਅੱਗੇ ਰੋਕੀ ਹੁੰਦੀ ਹੈ, ਇੰਨੇ ਜਾਮ ਲੱਗਣ ਲੱਗ ਪਏ। ਮੈਂ ਕੱਲ੍ਹ ਉੱਥੇ ਦੁਖਨਿਵਾਰਨ ਸਾਹਿਬ ਮੁਲਾਜ਼ਮ ਕੋਲ ਕਹਿੰਦਾ ਕੀ ਕਰੀਏ ਬਾਈ ਜੀ, ਜਣਾ ਖਣਾ ਹੀ ਗੱਡੀ ਤੋਂ ਥੱਲੇ ਪੈਰ ਨਹੀਂ ਲਾਉਂਦਾ, ਇੰਨੇ ਏਸੀ ਚੱਲਦੇ ਨੇ, ਅਤੇ ਉੱਥੇ ਨਾ ਮਤਲਬ ਸਕੂਟਰ ਵਾਲੇ ਦਾ ਤਾਂ ਚੌਂਕ 'ਚ ਖੜ੍ਹਨਾ ਦੁੱਬਰ ਹੋ ਜਾਂਦਾ ਜਿੰਨੇ ਏਸੀ ਚੱਲਦੇ ਨੇ, ਜਿੰਨੀ ਉੱਥੇ ਗਰਮਾਇਸ਼ ਆ ਜਾਂ ਪ੍ਰਦੂਸ਼ਣ ਹੈ। ਧੰਨ ਹੈ ਉਹ ਵਿਚਾਰੇ ਟ੍ਰੈਫਿਕ ਵਾਲੇ। ਹਾਂ ਲੈ ਜਾ, ਮਤਲਬ ਇੱਕ ਸਟੈਂਡਰਡ ਬਣ ਗਿਆ ਕਿ ਕਾਰ 'ਤੇ ਜਾਣਾ ਇੱਕ ਸਟੈਂਡਰਡ ਬਣ ਗਿਆ, ਹੈ ਨਾ। ਸਰੂਪ ਸਿੰਘ ਦੀ ਗੱਲ ਕਰਕੇ ਗਿਆ ਵੀਰ, ਬਹੁਤ ਰੌਲਾ ਪੈ ਰਿਹਾ ਤਾਂ ਸਰੂਪ ਸਿੰਘ ਦਾ ਤਾਂ ਕੰਮ ਸਿਰੇ ਹੀ ਹੈ। ਬਿਲਕੁਲ, ਧਰਮ ਦੇ ਨਾਂ ਤੇ ਤਾਂ ਬਾਈ ਜੀ ਸਿਰ ਹੀ ਆ, ਤੁਸੀਂ ਕੀ ਕਰੋਗੇ। ਬਿਲਕੁਲ ਬਿਲਕੁਲ ਬਿਲਕੁਲ, ਜੀ ਜੀ, ਥੈਂਕ ਯੂ, ਮਿਹਰਬਾਨੀ ਮਿਹਰਬਾਨੀ। ਧਰਮ ਕਰਮ ਦੀ ਗੱਲ ਚੱਲੀ ਹੈ, ਤੁਸੀਂ ਵੇਖੋ ਆ ਜਿਹੜੀ ਕਾਂਵੜ ਯਾਤਰਾ ਚੱਲ ਰਹੀ ਹੈ, ਇਸ ਵਾਰੀ ਰਾਤ ਮੈਂ ਵੀਡੀਓ ਵੇਖਦਾ ਸੀ, ਇਸ ਵਾਰੀ ਤਾਂ ਹੈਰਾਨ ਹੀ ਰਹਿ ਗਿਆ ਕਿੰਨੀਆਂ ਤਬਦੀਲੀਆਂ ਆ ਗਈਆਂ ਨੇ। ਵੱਡੇ ਵੱਡੇ ਜਿਹੜੇ ਘੋੜੇ ਨੇ
20 ਚੱਕੇ 15 ਚੱਕੇ ਉਹਨਾਂ 'ਤੇ ਡੀਜ਼ਲ ਲਾ ਕੇ ਸਾਰਾ ਸਿਲਸਿਲਾ ਚੱਲ ਰਿਹਾ। ਅਤੇ ਉੱਧਰੋਂ ਜਿਹੜਾ ਕਾਂਵੜ ਠੀਕ ਹੈ ਅਤੇ ਤੁਹਾਡਾ ਧਰਮ ਕਰਮ ਦਾ ਸਿਲਸਿਲਾ ਕਰੋ ਜੀ, ਸਦਕੇ ਕਰੋ, ਪਰ ਇਸ ਸਿਲਸਿਲੇ ਵਿੱਚ ਜਿਹੜੀਆਂ ਕਹਾਣੀਆਂ ਬਣ ਰਹੀਆਂ ਨੇ ਉਹ ਸਿਰਾ ਹੀ ਹੈ। ਇੱਕ ਬੰਦਾ ਮਤਲਬ ਇੱਕ ਤਾਂ ਹੁੰਦਾ ਕਾਂਵੜ ਯਾਤਰਾ ਦੇ ਦੌਰਾਨ, ਇੱਕ ਤਾਂ ਜਿਵੇਂ ਰਲੇ ਰੇਸ ਹੁੰਦੀ ਹੈ ਨਾ ਕਿ ਇੱਕ ਡੰਡਾ ਜਿਹਾ ਫੜ ਕੇ ਚਾਰ ਬੰਦੇ ਉਹ ਰਲੇ ਰੇਸ ਕਰਦੇ ਨੇ, ਇਸੇ ਤਰ੍ਹਾਂ ਕਾਂਵੜ ਡਾਕ ਚੱਲ ਪਈ ਹੈ ਅਤੇ ਨਵੇਂ ਨਵੇਂ ਟਰੈਂਡ ਇਸ ਦੇ ਵਿੱਚ ਆ ਗਏ ਨੇ। ਅਤੇ ਉਸ ਸਿਲਸਿਲੇ ਵਿੱਚ ਉਹ ਕੋਈ ਮਤਲਬ ਇੱਕ ਕਿਤੇ ਹੋ ਗਿਆ ਕਿ ਤੁਸੀਂ ਕਾਂਵੜ ਸਾਡਾ ਖੰਡਿਤ ਕਰ ਦਿੱਤਾ, ਕਿਤੇ ਦੋ ਪੁਲਿਸ ਮੁਲਾਜ਼ਮਾਂ ਤੋਂ ਪਤਾ ਨਹੀਂ ਕੀ ਕਾਰਨ ਹੋਇਆ ਉਹਨਾਂ ਦੇ ਜੋ ਕਾਂਵੜ ਵਾਲੀ ਜੋ ਪਾਣੀ ਚੱਕਿਆ ਹੋਇਆ ਸੀ ਉਹ ਡਿੱਗ ਗਿਆ ਜਾਂ ਕੀ ਹੋ ਗਿਆ। ਅਤੇ ਉਸ ਸਿਲਸਿਲੇ ਵਿੱਚ ਦੋ ਪੁਲਿਸ ਮੁਲਾਜ਼ਮਾਂ ਦਾ ਰੌਲਾ ਪਿਆ, ਹਾਲਾਂਕਿ ਉਹ ਹਿੰਦੂ ਹੀ ਜਾਪਦੇ ਆ ਪਹਿਲੀ ਨਜ਼ਰੇ ਤਾਂ। ਅਤੇ ਫਿਰ ਕਾਂਵੜ ਵਾਲੇ ਜਿਹੜੇ ਲੋਕ ਨੇ ਉਹਨਾਂ ਨੇ ਫਿਰ ਸਮਝੌਤਾ ਕੀਤਾ ਕਿ ਇਹ ਪੁਲਿਸ ਵਾਲਿਆਂ ਨੂੰ ਇਹੀ ਸਜ਼ਾ ਕਿ ਹਰਿਦੁਆਰ ਤੋਂ ਮੁੜ ਪਾਣੀ ਪਤਾ ਨਹੀਂ 50 ਕਿਲੋ ਆ ਉਹ 'ਚ ਜਾਂ ਕਿੰਨਾ ਆ, ਉਹ ਕਾਂਵੜ ਚੱਕ ਕੇ 50 ਕਿਲੋਮੀਟਰ ਪੈਦਲ ਚੱਲ ਕੇ ਉੱਥੇ ਹੀ ਲਿਆ ਕੇ ਛੱਡੋ ਜਿੱਥੇ ਤੁਸੀਂ ਸਾਡਾ ਕਾਂਵੜ ਖੰਡਿਤ ਕੀਤਾ। ਅਤੇ ਇਸ ਸਿਲਸਿਲੇ ਦੇ ਵਿੱਚ ਉਹਨਾਂ ਦੋਨੇ ਪੁਲਿਸ ਮੁਲਾਜ਼ਮ ਫਿਰ ਆਪਣੀਆਂ ਵਰਦੀਆਂ ਲਾ ਕੇ ਅਤੇ ਆਪਣੇ ਭਗਵੇਂ ਕੱਪੜੇ ਪਾ ਕੇ ਆਪਣੇ ਮੋਢਿਆਂ 'ਤੇ ਵਹਿੰਗੀ ਦੀ ਤਰ੍ਹਾਂ ਉਹ ਕਾਂਵੜ ਦੀਆਂ ਬਾਲਟੀਆਂ ਪਾਣੀ ਦੀਆਂ ਭਰ ਕੇ 50 ਕਿਲੋਮੀਟਰ ਪੈਦਲ ਆਉਂਦੇ ਨੇ। ਉਹਨਾਂ ਨੂੰ ਇਹ ਫਿਜ਼ੀਕਲੀ ਪਨਿਸ਼ਮੈਂਟ ਇੱਕ ਤਰੀਕੇ ਨਾਲ ਲਾਈ ਗਈ ਆ। ਇੱਕ ਹੋਰ ਵੇਖ ਰਿਹਾ ਮੈਂ ਕਿ ਛੋਟੇ ਛੋਟੇ ਬੱਚੇ ਆ ਜਾਂ ਹੋਰ ਹੈ, ਇੱਕ ਡਾਕ ਦਾ ਸਿਲਸਿਲਾ ਚੱਲ ਪਿਆ ਇਸ ਵਾਰੀ ਕਿ ਜਿਵੇਂ ਰਲੇ ਰੇਸ ਹੁੰਦੀ ਹੈ ਕਿ ਚਾਰ ਜਣੇ ਉਸ ਟੀਮ 'ਚ ਹੁੰਦੇ ਨੇ ਅਤੇ ਉਹ ਇੱਕ ਦੂਸਰੇ ਤੋਂ ਕਾਂਵੜ ਫੜ ਕੇ ਦੌੜ ਰਹੇ ਨੇ। ਅਤੇ ਇੱਕ ਵਿਅਕਤੀ 500 ਲੀਟਰ ਪਾਣੀ ਦੀ ਟੈਂਕੀ ਦਾ ਕਾਂਵੜ ਲੈ ਕੇ ਜਾ ਰਿਹਾ। ਅਤੇ ਇਸ ਦੇ ਵਿੱਚ ਦੱਸਿਆ ਜਾ ਰਿਹਾ ਕਿ 5 ਕਰੋੜ ਤੋਂ ਵੱਧ ਇਸ ਵਾਰੀ ਕਾਂਵੜੀਏ ਨੇ ਜਿਹੜੇ ਹਰਿਦੁਆਰ ਤੋਂ ਗੰਗਾ ਦਾ ਪਾਣੀ ਲੈ ਕੇ ਸ਼ਿਵਜੀ ਦੇ ਮੰਦਰ ਦੇ ਵਿੱਚ ਉਹ ਜਲ ਅਰਪਿਤ ਕਰਦੇ ਨੇ। ਇਹਦੇ ਵਿੱਚ ਦੇਖੋ ਦੋ ਗੱਲਾਂ ਨੇ, ਇੱਕ ਤਾਂ ਇਹ ਹੈ ਕਿ ਚਲੋ ਤੁਹਾਡਾ ਅਧਿਆਤਮਿਕ ਸਿਲਸਿਲਾ ਹੈ, ਤੁਹਾਡੀ ਰੋਜ਼ਮਰਾ ਦੀ ਜਿਹੜੀ ਲਾਈਫ ਹੈ, ਤੁਸੀਂ ਦੁਕਾਨ ਕਰਦੇ ਹੋ, ਖੇਤੀ ਕਰਦੇ ਹੋ, ਕੋਈ ਵੀ ਕਰਦੇ ਹੋ, ਇੱਕ ਤੁਹਾਨੂੰ ਚੇਂਜ ਹੋ ਜਾਂਦੀ ਹੈ ਕਿਉਂਕਿ ਸਾਡੇ ਟੂਰਿਜ਼ਮ ਰਿਲੀਜੀਅਸ ਹੈ। ਇਸ ਪੱਖੋਂ ਇਹ ਚੰਗਾ ਵੀ ਹੈ, ਤੁਸੀਂ ਪੈਦਲ ਯਾਤਰਾ ਕਰਦੇ ਹੋ ਅਤੇ ਉਸ ਦੌਰਾਨ ਤੁਹਾਡੇ ਛਾਲੇ ਪੈ ਜਾਂਦੇ ਨੇ, ਹਾਲਾਂਕਿ ਯੋਗੀ ਨੇ ਤਾਂ ਕਿਹਾ ਸੀ ਕਿ ਸਿਰਫ ਧਾਰਮਿਕ ਗਾਣੇ ਗਾਉਣੇ ਨੇ ਅਤੇ ਉੱਥੇ ਦੂਸਰੇ ਫਿਲਮੀ ਗਾਣੇ ਵੀ ਚੱਲ ਰਹੇ ਨੇ, ਪਰ ਦੂਸਰੇ ਪਾਸੇ ਸੜਕਾਂ 'ਤੇ ਜਿਹੜੀ ਅਰਥ ਜਿਹੜੀ ਮਤਲਬ ਵਿਵਸਥਾ ਆ ਆਵਾਜਾਈ ਦੀ ਉਹ ਪੂਰੀ ਤਰ੍ਹਾਂ ਹਿੱਲੀ ਪਈ ਹੈ। ਅਤੇ ਇੱਕ ਬੰਦਾ ਜਿਵੇਂ ਆਪਣੇ ਡੰਡੌਤ ਕਰਦੇ ਹੁੰਦੇ ਆ, ਮੈਂ ਉਹ ਵੇਖਿਆ ਕਿ ਉਸ ਨੇ ਦੋ ਫੱਟਿਆਂ 'ਤੇ ਨਾ 15 ਮਤਲਬ 6-6 ਫੁੱਟ ਦੇ ਦੋ ਫੱਟੇ ਨੇ, ਉਹਨਾਂ 'ਤੇ ਮੇਖਾਂ ਗੱਡੀਆਂ ਹੋਈਆਂ ਨੇ ਅਤੇ ਉਹ ਉਹਨਾਂ ਮੇਖਾਂ 'ਤੇ ਡੰਡੌਤ ਬੰਦਨਾ ਕਰਦਾ ਜਾਂਦਾ ਕਿ ਉਹ ਇੱਕ ਫੱਟਾ ਚੱਕ ਕੇ ਅੱਗੇ ਰੱਖ ਦਿੱਤਾ ਜਾਂਦਾ, ਫਿਰ ਦੂਸਰਾ ਫੱਟਾ, ਫਿਰ ਉਹ ਡੰਡੌਤ ਫਿਰ ਕਰਦਾ, ਜਿਵੇਂ ਧਰਤੀ 'ਤੇ ਲੀਕ ਮਾਰ ਕੇ ਨਹੀਂ ਆਪਾਂ ਡੰਡੌਤ ਕਰਦੇ ਜਾਂਦੇ ਹੁੰਦੇ। ਅਤੇ ਬਹੁਤ ਸਾਰਾ ਇੱਕ ਮੈਂ ਹੋਰ ਵੇਖਿਆ ਸੱਜਣ, ਅਤੇ ਉਹ ਮਤਲਬ ਡੰਡੌਤ ਕਰਦਾ ਕਰਦਾ ਮਤਲਬ ਛੋਟੇ ਲੋਟ ਰੋੜਨ ਲੱਗ ਜਾਂਦਾ। ਇੱਕ ਤਾਂ ਹੁੰਦਾ ਲੰਬੇ ਲੋਟ, ਇੱਕ ਮਤਲਬ ਐਂ ਜਿਵੇਂ ਬੱਖੀ ਭਾਰ ਅਸੀਂ ਪਾਸਾ ਲੈਂਦੇ ਹਾਂ ਨਾ, ਐਂ ਪਾਸੇ ਲੈ ਕੇ ਰੁੜ ਰੁੜ ਕੇ ਯਾਤਰਾ ਕਰ ਰਿਹਾ। ਅਤੇ ਇੱਕ ਗਾਂ ਉਸਨੂੰ ਵੇਖਦੀ ਹੈ ਕਿ ਹੈ ਇਹ ਕੀ ਕਰੀ ਜਾਂਦਾ। ਉਹ ਪਹਿਲਾਂ ਤਾਂ ਗਾਂ ਡਰ ਗਈ ਕਿ ਉਹ ਬੰਦਾ ਸੜਕ 'ਤੇ ਰੁੜਿਆ ਜਾਂਦਾ ਰੋਡ ਰੂਲਰਾਂ ਨੂੰ, ਅਤੇ ਫਿਰ ਗਾਂ ਉਸਨੂੰ ਸੁੰਘਣ ਆਉਂਦੀ ਹੈ। ਉਹ ਹਾਲਾਂਕਿ ਅਮਰੀਕਨ ਗਾਂ ਆ, ਉਹਨੂੰ ਪਤਾ ਨਹੀਂ ਕੀ ਵਹਿਮ ਪਿਆ, ਪਹਿਲਾਂ ਤੋਂ ਡਰ ਗਈ ਵੀ ਇਹ ਬੰਦਾ ਐਂ ਕਿਉਂ ਰੁੜਿਆ ਜਾਂਦਾ, ਅਤੇ ਫਿਰ ਗਾਂ ਉਸਨੂੰ ਸੁੰਘਣ ਆਉਂਦੀ ਹੈ ਅਤੇ ਉਹ ਕਹਿੰਦੇ ਦੇਖੋ ਵੀ ਆ ਗਊ ਮਾਤਾ, ਇਹਨੂੰ ਆਸ਼ੀਰਵਾਦ ਦੇਣ ਆ ਗਈ ਆ। ਅਤੇ ਇਸ ਤਰ੍ਹਾਂ ਬੜਾ ਕੁਛ ਕਾਂਵੜ ਦੇ ਨਾਂ 'ਤੇ ਜਿਹੜਾ ਇਸ ਦੇਸ਼ ਦੇ ਵਿੱਚ ਹੋ ਰਿਹਾ, ਧਰਮ ਆਸਥਾ ਆ,
ਸਿੱਖਾਂ ਦੀ ਆਪਣੀ ਹੈ, ਹਿੰਦੂਆਂ ਦੀ ਆਪਣੀ ਹੈ। ਅਤੇ ਇਹ ਧਰਮ ਆਸਥਾ ਠੀਕ ਹੈ, ਆਪਣਾ ਆਪਣਾ ਨਿਭਾਓ, ਪਰ ਦੂਸਰੇ ਦੀ ਜ਼ਿੰਦਗੀ ਦੇ ਵਿੱਚ ਕੋਈ ਖਲਲ ਨਾ ਪਾਏ, ਇੰਨਾ ਕੁ ਧਿਆਨ ਜ਼ਰੂਰ ਰੱਖੋ। ਹੁਣ ਉੱਤਰ ਪ੍ਰਦੇਸ਼ ਦੇ ਨਾਲ ਨਾਲ ਇਹ ਹੁਣ ਕਾਂਵੜ ਯਾਤਰਾ ਦਾ ਪ੍ਰੋਟੋਕੋਲ ਉੱਤਰਾਖੰਡ 'ਚ ਵੀ ਲਾਗੂ ਹੋ ਗਿਆ ਕਿ ਉੱਥੇ ਵੀ ਜਿਹੜੇ ਲੋਕ ਦੁਕਾਨਾਂ ਚਲਾਉਂਦੇ ਨੇ ਉਹਨਾਂ ਨੂੰ ਆਪਣੀਆਂ ਦੁਕਾਨਾਂ ਦੇ ਉੱਤੇ ਬੋਰਡ ਲਿਖਣਾ ਪਏਗਾ ਕਿ ਅਸੀਂ ਫਲਾਂ ਧਰਮ ਦੇ ਹਾਂ। ਜਾਣੀ ਇਹ ਜਿਹੜੀ ਹਵਾ ਚੱਲੀ ਹੈ ਮਜ਼ਹਬ ਦੀ, ਅਤੇ ਇਹ ਉੱਤਰਾਖੰਡ 'ਚ ਵੀ ਫੈਲ ਗਈ ਹੈ। ਹੁਣ ਗੁਆਂਢੀ ਸੂਬਾ ਹਰਿਆਣਾ, ਇੱਥੇ ਵੀ ਨੂੰਹ ਦੇ ਵਿੱਚ ਹਿੰਦੂ ਮੁਸਲਿਮ ਦੰਗੇ ਹੋਏ ਸੀ, ਇੱਥੇ ਵੀ ਇਹ ਗੱਲ ਕਿਤੇ ਨਾ ਕਿਤੇ ਘਰ ਕਰ ਰਹੀ ਹੈ ਕਿ ਇੱਥੇ ਵੀ ਲਾਗੂ ਕੀਤਾ ਜਾਵੇ, ਹੌਲੀ ਹੌਲੀ ਪੰਜਾਬ 'ਚ ਵੀ ਇਹ ਮੰਗ ਕੀਤੀ ਜਾਏਗੀ। ਖੈਰ, ਉੱਧਰੋਂ ਪੰਜਾਬ ਦੀਆਂ ਖਬਰਾਂ ਦੀ ਅਗਰ ਗੱਲਬਾਤ ਕਰੀਏ ਤਾਂ ਰਣਬੀਰ ਸਿੰਘ ਖੱਟੜਾ ਸਾਹਿਬ ਸਾਬਕਾ ਆਈ ਜੀ ਨੇ ਅਤੇ ਗੁਰਸਿੱਖ ਨੇ, ਅਤੇ ਇਹਨਾਂ ਦੀ ਮੁਲਾਕਾਤ ਹੋਈ ਹੈ ਸਿੰਘ ਸਾਹਿਬਾਨ ਦੇ ਨਾਲ, ਅਤੇ ਜਿਸ ਤੋਂ ਬਾਅਦ ਸਰਕਾਰ ਦੇ ਵਿੱਚ ਘਬਰਾਹਟ ਵੀ ਹੈ। ਰਣਬੀਰ ਸਿੰਘ ਖੱਟੜਾ ਇਸ ਮਹਿੰਦਰਪਾਲ ਬਿੱਟੂ ਕਤਲ ਕੇਸ ਦੇ ਵਿੱਚ ਪੁੱਛ ਪੜਤਾਲ ਦੇ ਲਈ ਸਰਕਾਰ ਨੇ ਕਾਹਲੀ ਦੇ ਨਾਲ ਇਹਨਾਂ ਨੂੰ ਸੱਦਿਆ। ਸੋ ਜਿਸ ਸੰਬੰਧੀ ਰਣਬੀਰ ਸਿੰਘ ਖੱਟੜਾ ਐੱਸ ਆਈ ਟੀ ਦੇ ਮੈਂਬਰ ਰਜਿੰਦਰ ਸਿੰਘ ਸੋਹਲ ਅਤੇ ਸੁਲੱਖਣ ਸਿੰਘ ਤੋਂ ਪੁੱਛਗਿੱਛ ਤੋਂ ਬਾਅਦ ਜਿਹੜੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਹਨਾਂ ਨੇ ਖੁਲਾਸੇ ਕੀਤੇ ਨੇ। ਰਜਿੰਦਰ ਸਿੰਘ ਸੋਹਲ ਵੀ ਇਸ ਕਮੇਟੀ ਦੇ ਮੈਂਬਰ ਸਨ, ਰਣਬੀਰ ਸਿੰਘ ਖੱਟੜਾ ਸਨ ਇਸ ਕਮੇਟੀ ਦੇ ਮੈਂਬਰ, ਸੁਲੱਖਣ ਸਿੰਘ ਸੀ। ਅਤੇ ਇਸ ਸੰਸਥਾ ਦੇ ਵਿੱਚ ਪੰਜਾਬ ਦੇ ਰਿਟਾਇਰਡ ਆਈ ਜੀ ਰਣਬੀਰ ਸਿੰਘ ਖੱਟੜਾ, ਜਿਨ੍ਹਾਂ ਦੀ ਅਗਵਾਈ ਦੇ ਵਿੱਚ ਵਿਸ਼ੇਸ਼ ਜਾਂਚ ਟੀਮ ਵੱਲੋਂ ਬੇਅਦਬੀਆਂ ਦੇ ਕੇਸਾਂ ਦੀ ਅਤੇ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਅਤੇ ਉਹਨਾਂ ਦੇ ਡੇਰੇ ਨਾਲ ਸੰਬੰਧਿਤ ਕਾਰਕੁਨਾਂ ਨੂੰ ਕਥਿਤ ਤੌਰ 'ਤੇ ਦੋਸ਼ੀਆਂ ਵਜੋਂ ਨਾਮਜ਼ਦ ਕੀਤੇ ਜਾਣ ਦੀ ਜਾਂਚ ਕੀਤੀ ਸੀ। ਅਤੇ ਬੀਤੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘੁਵੀਰ ਸਿੰਘ ਨਾਲ ਵੀ ਇਹਨਾਂ ਦੀ ਮੁਲਾਕਾਤ ਹੋਈ ਹੈ। ਸੂਚਨਾ ਦੌਰਾਨ ਇਸ ਦੇ ਵਿੱਚ ਬੇਅਦਬੀਆਂ ਦੇ ਕੇਸ ਬਾਰੇ ਡੇਰਾ ਮੁਖੀ ਦੇ ਵਿਰੁੱਧ ਅਦਾਲਤੀ ਕੇਸ ਚਲਾਉਣ ਦੀ ਪ੍ਰਵਾਨਗੀ ਲੈਣ ਸੰਬੰਧੀ ਜਿਹੜੀ ਫਾਈਲ May 2022 ਤੋਂ ਗ੍ਰਹਿ ਮੰਤਰਾਲੇ ਦੇ ਵਿੱਚ ਹੀ ਪਈ ਹੈ ਮਾਨ ਸਾਹਿਬ ਕੋਲ, ਜਿਸ ਦਾ ਚਾਰਜ ਭਗਵੰਤ ਮਾਨ ਕੋਲ ਹੈ। ਇਸ ਤਰ੍ਹਾਂ ਬਰਗਾੜੀ ਬੇਅਦਬੀਆਂ ਦੀ FIR 63, 117, 128 ਥਾਣਾ ਬਾਜਾਖਾਨਾ ਦੇ ਵਿੱਚ ਜਿਹੜੇ ਪਾਵਨ ਸਰੂਪਾਂ ਦੀ ਚੋਰੀ, ਪੋਸਟ ਲਾਉਣ, ਅੰਗ ਖੰਡਾਉਣ ਦੇ ਨਾਲ ਸੰਬੰਧਿਤ ਹੈ। ਉਸ ਦੇ ਵਿੱਚ ਡੇਰਾ ਮੁਖੀ ਦੀ ਪਟੀਸ਼ਨ 'ਤੇ ਹਾਈਕੋਰਟ ਵੱਲੋਂ ਅੱਗੇ ਸੁਣਵਾਈ 'ਤੇ ਰੋਕ ਲਗਾ ਦਿੱਤੀ ਹੈ, ਜਿਸ ਨੂੰ ਸਰਕਾਰ ਵੱਲੋਂ ਨਿਰਧਾਰਤ 3 ਮਹੀਨਿਆਂ ਦੇ ਸਮੇਂ ਦੇ ਵਿੱਚ ਚੁਣੌਤੀ ਨਾ ਦੇਣ ਕਾਰਨ ਇਹ ਕੇਸ ਲੰਮੇ ਸਮੇਂ ਲਈ ਲਟਕ ਜਾਣੇ ਨੇ। ਇਸੇ ਤਰ੍ਹਾਂ ਇਸ ਟੀਮ ਵੱਲੋਂ ਬੇਅਦਬੀ ਦੇ ਕੇਸਾਂ ਦੇ ਵਿੱਚ ਜਿਹੜੀ ਮੁੱਖ ਸਾਜਿਸ਼ਕਰਤਾ ਪ੍ਰਦੀਪ ਕਲੇਰ ਸੀ, ਡੇਰਾ ਸਿਰਸਾ ਦਾ ਮੈਂਬਰ ਹੈ ਜੋ ਕਮੇਟੀ ਦਾ, ਉਸ ਦੀ ਗ੍ਰਿਫਤਾਰੀ ਅਤੇ ਉਸ ਵੱਲੋਂ ਧਾਰਾ 164 ਦੇ ਅਧੀਨ ਜੋ ਅਦਾਲਤ ਵਿੱਚ ਬਿਆਨ ਦਿੱਤਾ ਗਿਆ, ਬੇਅਦਬੀ ਦੀ ਸਾਜਿਸ਼ ਵਾਲੀ ਮੀਟਿੰਗ ਜਿਸ ਦੇ ਵਿੱਚ ਇਹਨੂੰ ਉਸਨੂੰ ਬੁਲਾਇਆ ਗਿਆ ਸੀਗਾ, ਉਸ ਵਿੱਚ ਡੇਰਾ ਮੁਖੀ ਅਤੇ ਉਹਨਾਂ ਦੀ ਮੂੰਹ ਬਿੱਲੀ ਬੇਟੀ ਹਨੀਪ੍ਰੀਤ, ਰਕੇਸ਼ ਦੜਵਾ, ਮਹਿੰਦਰਪਾਲ ਬਿੱਟੂ, ਗੁਲਾਬ ਸਿੰਘ ਗੁਲਾਬੂ ਜੋ ਖਜਾਨਚੀ ਸੀ ਜਾਂ ਗੁਰਲੀਨ ਆਦਿ ਹਾਜ਼ਰ ਸਨ। ਉਸ ਦੇ ਵਿੱਚ ਹਨੀਪ੍ਰੀਤ ਨੇ ਕਿਹਾ ਕਿ ਜੇ ਬਾਬੇ ਦੀ ਤਸਵੀਰ ਵਾਲੇ ਲਾਕਟ ਪੈਰਾਂ ਦੇ ਵਿੱਚ ਰੋਲੇ ਗਏ ਨੇ ਤਾਂ ਫਿਰ ਸਿੱਖ ਗੁਰੂਆਂ ਨੂੰ ਵੀ ਪੈਰਾਂ ਦੇ ਵਿੱਚ ਉਸੇ ਤਰ੍ਹਾਂ ਰੋਲਿਆ ਜਾਵੇ। ਅਤੇ ਇਸ ਬਿਆਨ ਦੇ ਅਨੁਸਾਰ ਡੇਰਾ ਮੁਖੀ ਨੇ ਕਿਹਾ ਕਿ ਜੋ ਹਨੀਪ੍ਰੀਤ ਨੇ ਕਿਹਾ ਉਸ 'ਤੇ ਅਮਲ ਕਰੋ, ਪਰ ਦਿਲਚਸਪ ਗੱਲ ਇਹ ਹੈ ਕਿ ਪੰਜਾਬ ਪੁਲਿਸ ਵੱਲੋਂ ਇਸ ਬਿਆਨ ਦੇ ਵਿੱਚ ਜੋ ਸਾਹਮਣੇ ਆਏ ਨਵੇਂ ਨਾਂ ਨੇ ਹੁਣ ਉਸ ਸੰਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ। ਜਾਣੀ ਇਸ ਮਾਮਲੇ ਦੇ ਵਿੱਚ ਸਿੰਘ ਸਾਹਿਬਾਨ ਨਾਲ ਜਿਹੜੀ ਮੀਟਿੰਗ ਹੋਈ ਹੈ ਆਈ ਜੀ ਖੱਟੜਾ ਹੋਰਾਂ ਦੀ, ਉਸ ਤੋਂ ਸਰਕਾਰ ਘਬਰਾਹਟ 'ਚ ਹੈ ਕਿ ਇਸ ਸੰਬੰਧੀ ਕੋਈ ਵੀ ਪੰਥਕ ਧਿਰ ਵੱਲੋਂ ਜੋ ਬਿਆਨਤ ਆ ਸਕਦਾ ਅਤੇ ਇਸ ਦੇ ਨਾਲ ਪੰਜਾਬ ਸਰਕਾਰ ਨੂੰ ਸਮੱਸਿਆ ਆ ਸਕਦੀ ਹੈ। ਸੋ ਇਸ ਮੁਤਲਕ ਆਈ ਜੀ ਸਾਬਕਾ ਰਣਬੀਰ ਸਿੰਘ ਖੱਟੜਾ ਦੀ ਇਸ ਮੀਟਿੰਗ ਤੋਂ ਬਾਅਦ ਪੰਜਾਬ ਦੇ ਵਿੱਚ ਬੇਅਦਬੀ ਦੇ ਮੁੱਦੇ 'ਤੇ ਇੱਕ ਵਾਰੀ ਫਿਰ ਸਰਕਾਰ ਅਤੇ ਅਕਾਲੀ ਦਲ ਦੇ ਪੇਚ ਫਸਣ ਦੀਆਂ ਉਮੀਦਾਂ ਨੇ। SDO ਜਗਦੀਸ਼ ਭਾਅ ਜੀ, ਸਤਿ ਸ਼੍ਰੀ ਅਕਾਲ।
ਰਾਜੇਵਾਲ ਸਾਹਿਬ ਦੀ ਵੀ ਪ੍ਰੈਸ ਕਾਨਫਰੰਸ ਵੇਖੀ ਜੀ ਮੈਂ ਕੱਲ। ਹਾਂਜੀ ਹਾਂ, ਗੱਲ ਇਹ ਹੈ ਜੀ ਮੈਂ ਆਪਦੇ ਪਿੰਡ ਪੰਜ ਗ੍ਰਾਈ ਦੀ ਮਿਸਾਲ ਦੇਣਾ ਚਾਹੁੰਦਾ ਜੀ। ਪੰਜ ਗ੍ਰਾਈ ਦੇ ਵਿੱਚ ਇਸ ਵਕਤ 2100 ਘਰ ਹੈ ਜੀ। ਆਪਣਾ ਜਿਹੜਾ ਤੁਹਾਡਾ ਫਰੀਦਕੋਟ ਵਾਲਾ ਪਿੰਡ ਪੰਜ ਗ੍ਰਾਈ? ਹਾਂਜੀ ਹਾਂਜੀ, ਪੁਰਾਣਾ ਪਿੰਡ। ਉਹਦੇ ਵਿੱਚ 11,000 ਦੀ ਆਬਾਦੀ ਤੇ ਮੈਂ ਜਦੋਂ ਜਾਣਾ ਮੈਂ ਪੁੱਛਦਾ ਰਹਿੰਦਾ ਹੈ। ਅੱਜ ਤੋਂ 40 ਸਾਲ ਪਹਿਲਾਂ 4-5 ਛੱਪੜ ਹੈ ਜੀ, ਬਹੁਤ ਵੱਡੇ ਵੱਡੇ। ਅੱਛਾ ਜੀ। ਉਹ ਸਾਰੇ ਖਤਮ ਹੋ ਚੁੱਕੇ ਆ ਜੀ। ਤੇ ਉਦੋਂ ਵੇਖਦੇ ਸੀ 3-4 ਵਜੇ ਨਾ ਵੱਗਾਂ ਦੇ ਵੱਗ ਲੋਕਾਂ ਨੇ ਛੱਪੜਾਂ ਚ ਨਵਾਉਣ ਜਾਣਾ ਪਸ਼ੂ ਜੀ। ਪਰ ਮੈਂ ਹੁਣ ਵੇਖਿਆ ਜੀ ਗਲੀਆਂ ਦੇ ਵਿੱਚ ਕਿਤੇ ਵੀ ਕੋਈ ਗੋਹੇ ਦਾ ਹੈ ਨੀ ਜੀ, ਆਪਣਾ ਰੂੜੀ ਜਿਹੜੇ ਬੇਟੇ ਬਹੁਤ ਦੋਸਤੀ ਆ ਉਹਨਾਂ ਨਾਲ। ਮੈਂ ਕਿਹਾ ਬਰਾੜ ਯਾਰ ਤੁਸੀਂ ਦੁੱਧ ਮੁੱਲ ਲੈਂਦੇ ਆ ਤੇ ਜਿਹੜਾ ਕੋਟਕਪੂਰੇ ਤੋਂ ਆਊਗਾ ਉਹ ਕਿੱਥੋਂ ਆਊਗਾ? ਗੱਲ ਤਾਂ ਸਹੀ ਹੈ। ਮਤਲਬ ਕੋਈ ਪਸ਼ੂ ਨੂੰ ਜੀ, ਜਿਹੜਾ ਮੇਰਾ ਘਰ ਹੈ ਜੀ ਉਹ ਜੱਟਾਂ ਦੇ ਘਰਾਂ ਦੇ ਵਿੱਚ ਹੀ ਹੈ। ਕਿਸੇ ਕੋਈ ਘਰ ਇੱਕ ਅੱਧੇ ਮੱਝ ਭਾਵੇਂ ਹੋਵੇ ਨਹੀਂ ਤਾਂ ਸਾਰੇ ਕਿਸੇ ਵੀ ਘਰ ਹੈ ਨੀ ਜੀ, ਸਾਰਿਆਂ ਦੇ ਸਾਰਾ ਦੁੱਧ ਆਉਂਦਾ ਹੈ। ਅੱਜ ਤੋਂ 40 ਸਾਲ ਪਹਿਲਾਂ ਜੀ 80-82 ਤੱਕ 84 ਜਮਾਂ ਰੋਪੜ ਆ ਗਿਆ, ਸਾਡੇ ਪਿੰਡ ਤੋਂ ਕੋਟਕਪੂਰੇ ਤੋਂ ਦੁੱਧ ਹੀ ਆਉਂਦੇ ਸੀ। ਉਹ ਡਰੰਮਾਂ ਦੇ ਡਰੰਮ ਲੈ ਕੇ ਘਰ ਘਰ ਚੋ ਇਕੱਠਾ ਕਰਕੇ, ਉਦੋਂ ਇੱਕ ਮਾਲਵਾ ਬੱਸ ਚੱਲਦੀ ਹੁੰਦੀ ਸੀ, ਇੱਕ ਸਿੰਡੀਕੇਟ, ਲਾਸਟ ਬੱਸ ਦੇ ਵਿੱਚ ਉਹਨਾਂ ਨੇ ਡਰੰਮ ਚੜਾ ਕੇ ਕੋਟਕਪੂਰੇ ਸਪਲਾਈ ਕਰਨੀ। ਉਹ ਸਾਰੇ ਹੁਣ ਜੀ ਦੁੱਧ ਮੁੱਲ ਲੈਂਦੇ ਆ ਜੀ ਪਿੰਡਾਂ ਵਾਲੇ ਵੀ ਲੋਕਾਂ ਤੋਂ। ਤੇ ਮਤਲਬ ਜਿਹੜੀ ਸਾਡਾ ਕੋਆਪਰੇਟ ਸੈਕਟਰ ਸੀਗਾ ਪਿੰਡਾਂ ਦੇ ਵਿੱਚ, ਉਦੋਂ ਸੋਸਾਇਟੀਆਂ ਇੰਨੀਆਂ ਮਜ਼ਬੂਤ ਸੀਗੀਆਂ, ਉਹ ਸਾਰੀਆਂ ਖਤਮ ਹੋ ਗਈਆਂ ਜੀ। ਉਹ ਹੁਣ ਜੇ ਆਪਾਂ ਲਾਈਏ ਇਹਨਾਂ ਪੋਲੀਟੀਸ਼ੀਅਨਾਂ ਨੂੰ ਵੀ ਕੀ ਉਹ ਸੈਂਟਰ ਗੌਰਮੈਂਟ ਨੇ ਬੰਦ ਕਰਾ ਦਿੱਤੀਆਂ ਜੀ, ਉਹਦਾ ਸਾਡੇ ਆਮ ਲੋਕਾਂ ਨੇ ਜਿਹਨਾਂ ਨੇ ਇਹਨਾਂ ਨੂੰ ਚਲਾਉਣਾ ਸੀ, ਉਹ ਸਾਡੀ ਅਫਸਰ ਸ਼ਾਹੀ, ਸਾਡੇ ਜਿਹੜੇ ਹੈ ਪਿੰਡਾਂ ਦੇ ਹੈ, ਪਿੰਡਾਂ ਚ ਚੁਣ ਕੇ ਜਾਂਦੇ ਸੀ ਨੁਮਾਇੰਦੇ, ਉਹ ਸਾਰੇ ਖਤਮ ਹੋ ਗਏ। ਸ਼ੂਗਰ ਮਿੱਲਾਂ ਕੋਆਪਰੇਟਿਵ ਖਤਮ ਹੋ ਗਈਆਂ ਜੀ। ਮਤਲਬ ਸਰਕਾਰ ਦੀ ਪੋਲਿਸੀ ਇੱਕ ਕਾਰਪੋਰੇਟਾਂ ਦੀ ਆ ਗਈ ਹੈ, ਉਹਦੇ ਵਿੱਚ ਸਾਡਾ ਲੋਕਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਜੀ। ਧੰਨਵਾਦ ਜੀ, ਮਿਹਰਬਾਨੀ। ਇਹਦੇ ਚ ਦੇਖੋ ਭਾਜੀ, ਜਿਹੜਾ ਮਿਹਰਬਾਨੀ, ਸਤਿ ਸ਼੍ਰੀ ਅਕਾਲ। ਇਹਦੇ 'ਚ ਜਿਹੜਾ ਦੂਸਰਾ ਪੱਖ ਹੈ ਨਾ, ਮੇਰੀ ਗੱਲ ਕਈ ਖਾਲਿਸਤਾਨੀਆਂ ਨੂੰ ਬੁਰੀ ਲੱਗਣੀ ਹੈ ਜਾਂ ਸਿੱਖਾਂ ਨੂੰ, ਕਿਉਂਕਿ ਦੁੱਧ ਦਾ ਕੰਮ ਹੈਗਾ ਸੀ ਦੇਰ ਸਵੇਰ ਦਾ। ਸਵੇਰੇ 5 ਵਜੇ ਢੋਲੀਆਂ ਨੇ ਜਿਹੜਾ ਦੋਧੀਆਂ ਨੇ ਚੱਲ ਪੈਣਾ ਅਤੇ ਰਾਤ ਨੂੰ 12 ਵਜੇ ਤੱਕ ਉਹਨਾਂ ਨੇ ਸੈਂਟਰਾਂ ਤੋਂ ਵਾਪਸ ਆਉਣਾ। ਅਤੇ ਇਸ ਸਿਲਸਿਲੇ ਵਿੱਚ ਜੇ ਕੋਈ ਰਾਤ ਨੂੰ ਜਾਂ ਸਵੇਰੇ ਇਸ ਵਕਤ 'ਤੇ ਜਾਂਦਾ ਸੀ ਤਾਂ ਉਹ ਦੋਧੀ ਭਾਈਚਾਰਾ ਹੀ ਸੀਗਾ। ਇਸ ਦੌਰਾਨ ਜਿਹੜਾ ਇਹ ਸਾਰਾ ਵਰਤਾਰਾ ਚੱਲਿਆ, ਉਸ ਵਰਤਾਰੇ ਦੇ ਦੌਰਾਨ ਜਿਹੜਾ ਪੰਜਾਬ ਦੇ ਵਿੱਚ ਕਾਲਾ ਦੌਰ ਚੱਲਿਆ, ਉਸ ਦੌਰਾਨ ਇਹ ਲੋਕ ਬੜੇ ਪੀੜਿਤ ਰਹੇ। ਤੁਸੀਂ ਵੇਖੋ ਜਗਰਾਜ ਤੂਫਾਨ ਹੋਰਾਂ ਦੀ ਜਾਂ ਕਿਹਨਾਂ ਦੀ ਫਿਲਮ ਹੈ, ਉਹਦੇ ਵਿੱਚ ਵੀ ਦਿਖਾਇਆ ਗਿਆ ਕਿ ਜਿਹੜੇ ਦੋਧੀ ਨੇ ਉਸ ਡਰੰਮ ਦੇ ਵਿੱਚੋਂ, ਮੇਰੇ ਖਿਆਲ ਜਗਰਾਜ ਤੂਫਾਨ ਦਾ ਹੀ ਇਹ ਸੀਨ ਹੈ, ਉਹ ਡਰੰਮ ਦੇ ਵਿੱਚੋਂ ਆਪਣੀ ਅਸਾਲਟ ਕੱਢਦਾ ਦੁੱਧ ਵਾਲੇ ਡਰੰਮ 'ਚੋਂ। ਯਾਨੀ ਉਹ ਡਰੰਮਾਂ ਵਾਲੇ ਵੀ ਵਿਚਾਰੇ ਧੰਦੇ ਛੱਡ ਗਏ ਸੀ ਜਿਸ ਤਰ੍ਹਾਂ ਦੇ ਹਾਲਾਤ ਸੀਗੇ,
ਕਿਉਂਕਿ ਉਹ ਪਤਾ ਨਹੀਂ ਕਿੱਥੇ ਕਿਹਨੇ ਮੋਟਰਸਾਈਕਲ ਖੋਹ ਲੈਣਾ, ਪੁਲਿਸ ਵਾਲਿਆਂ ਨੇ ਉਦੋਂ ਥੱਪੜ ਮਾਰ ਕੇ ਦੁੱਧ ਲੈ ਲੈਣਾ। ਸੋ ਇਸ ਸਿਲਸਿਲੇ ਵਿੱਚ ਉਸ ਵਕਤ ਇਹਨਾਂ ਸਾਰੇ ਬਿਜ਼ਨਸ ਨੂੰ ਬਹੁਤ ਵੱਡੀ ਸੱਟ ਵੱਜੀ ਹੈ, ਕਿਉਂਕਿ ਸਾਰਾ ਟਰਾਂਸਪੋਰਟ ਦਾ ਕੰਮ ਸੀ। ਹੁਣ ਦੁੱਧ ਤੁਸੀਂ ਕਿਵੇਂ ਰੋਕ ਲਓਗੇ? ਉਹਦਾ ਤਾਂ ਉਹੀ ਟਾਈਮ ਹੈ ਕਿ ਸਵੇਰੇ 5 ਵਜੇ ਉਹਨਾਂ ਨੇ ਸ਼ੁਰੂ ਹੋ ਜਾਣਾ ਅਤੇ ਰਾਤ ਦੇ 12 ਵਜੇ ਤੱਕ ਉਹਨਾਂ ਨੇ ਆਪਣਾ ਢੋਟਵਾਈ ਹੋਣਾ। ਜਾਣੀ ਉਹ 10 ਸਾਲ ਦਾ ਜਿਹੜਾ ਕਾਲਾ ਦੌਰ ਪੰਜਾਬ 'ਚ ਰਿਹਾ, ਜਿਸ ਦੌਰਾਨ ਫਿਰ ਇਸ ਤਰ੍ਹਾਂ ਦੀਆਂ ਗੱਡੀਆਂ ਟਾਰਗੇਟ ਹੋਈਆਂ, ਉਹਨਾਂ ਦੇ ਵਿੱਚ ਭਾਵੇਂ ਅਸਲਾ ਢੋਇਆ ਗਿਆ ਜਾਂ ਫਿਰ ਪੁਲਿਸ ਵਾਲਿਆਂ ਨੇ ਉਹਨਾਂ ਦੇ ਉੱਤੇ ਕਾਰਵਾਈਆਂ ਕੀਤੀਆਂ, ਅਤੇ ਉਹ ਇੱਕ ਵੱਡਾ ਡਰਾਬੈਕ ਸੀਗਾ ਸਾਡੀ ਇਸ ਤ੍ਰਾਸਦੀ ਦਾ। ਜਾਣੀ ਇਸ ਕਾਲੇ ਦੌਰ ਨੇ ਕਹਿ ਲਈਏ ਜਾਂ ਖਾਲਿਸਤਾਨ ਮੂਵਮੈਂਟ ਨੇ ਸਿਰਫ ਉੱਦਾਂ ਹੀ ਨੁਕਸਾਨ ਨਹੀਂ ਕੀਤਾ, ਪੰਜਾਬ ਦੇ ਕਲਚਰ 'ਤੇ ਉਸਦਾ ਬਹੁਤ ਵੱਡਾ ਅਸਰ ਪਿਆ। ਉਸ ਤੋਂ ਬਾਅਦ ਫਿਰ ਕੀ ਹੋਇਆ? ਉਸ ਤੋਂ ਬਾਅਦ ਜਦੋਂ ਟੈਲੀਵਿਜ਼ਨ ਆ ਗਿਆ, ਟੈਲੀਵਿਜ਼ਨ ਨੇ ਮੰਨ ਲਓ ਘਰ ਬੈਠ ਕੇ ਟੈਲੀਵਿਜ਼ਨ ਚੱਲਦਾ ਰਿਹਾ, ਫਿਰ ਅਸੀਂ ਗਾਣੇ ਸੁਣਨੇ, ਫਿਰ ਸਾਡੇ 'ਚ ਸੁਹੱਪਣ ਵੱਧ ਗਿਆ ਅਤੇ ਲੋਕ ਅਖੌਤੀ ਸਰਦਾਰ ਹੋ ਗਏ। ਕਿਉਂਕਿ ਜਦੋਂ ਤੁਸੀਂ ਟੈਲੀਵਿਜ਼ਨ 'ਤੇ ਸੋਹਣੀਆਂ ਸੋਹਣੀਆਂ ਡਰੈਸਸ ਵੇਖਦੇ ਹੋ, ਜਦੋਂ ਪਾਕਿਸਤਾਨ ਦੀ ਐਂਕਰ ਵੇਖਦੇ ਸੀ ਕਿ ਉਹ ਕਿੰਨੇ ਸਲੀਕੇ ਨਾਲ ਸਿਰ ਢੱਕ ਕੇ ਸਾਫ਼ ਸੁਥਰੇ ਚਿਹਰੇ, ਅਤੇ ਉਹ ਖਬਰਾਂ ਪੜ੍ਹਦੀਆਂ ਸੀ ਜਦੋਂ ਦੂਰਦਰਸ਼ਨ ਆਇਆ ਸਾਡੇ, ਅਤੇ ਫਿਰ ਸਾਡੇ ਵਾਲੀਆਂ ਬੀਬੀਆਂ ਨੂੰ ਵੀ ਲੱਗਿਆ ਕਿ ਅਸੀਂ ਕਿਉਂ ਮਤਰਾਲ 'ਚ ਲਿਬੜੀਆਂ ਫਿਰੀ, ਅਤੇ ਸਾਡੇ ਬਾਬਿਆਂ ਨੂੰ ਵੀ ਲੱਗਿਆ ਅਸੀਂ ਕਿਉਂ ਸਾਰਾ ਦਿਨ ਡੰਗਰਾਂ ਨਾਲ ਡੰਗਰ ਹੋਈਏ। ਅਤੇ ਉਸ ਦੌਰਾਨ ਸਾਡੇ 'ਚ ਜਿਹੜੀ ਤਬਦੀਲੀ ਸੋਹਣੇ ਬਣਨ ਦੀ ਆਈ, ਉਸ ਨੇ ਸਾਨੂੰ ਜਲੀਲ ਕੀਤਾ। ਮੈਂ ਤੁਹਾਨੂੰ ਆਪਣੀ ਗੱਲ ਦੱਸਾਂਗਾ, ਅਸੀਂ ਬਹੁਤ, ਮੈਂ ਕਿਉਂਕਿ ਮਾਂ ਨੇ ਬਿਮਾਰ ਜਦੋਂ ਹੁੰਦੀ ਸੀ, ਮਾਂ ਮੇਰੀ, ਮੈਨੂੰ ਯਾਦ ਹੈ 1.5 ਮਹੀਨਾ ਉਹ ਹੋਸਪਿਟਲ 'ਚ ਰਹੇ, ਮੈਂ ਘਰ ਇਕੱਲਾ ਸੀ। ਸਾਰੀਆਂ 3-4 ਮੱਝਾਂ ਗਾਵਾਂ ਚੋਣੀਆਂ, ਉਹਨਾਂ ਦਾ ਦੁੱਧ ਸਾਂਭਣਾ, ਸਵੇਰੇ ਮਧਾਣੀ ਬਿਜਲੀ ਵਾਲੀ ਨਹੀਂ ਸੀ ਉਹਦੀ ਉਦੋਂ ਹੁੰਦੀ, ਹੱਥੀਂ ਰਿੜਕ ਕੇ ਘਿਓ ਸਾਂਭ ਕੇ ਲੱਸੀ ਸਾਂਭ ਕੇ ਪਾਪਾ ਨੇ ਸਕੂਲ ਚਲਾ ਜਾਣਾ ਅਤੇ ਘਰ ਜਿੰਦਾ ਲਾ ਕੇ, ਉਦੋਂ ਮਤਲਬ ਜਿੰਦਾ ਵੀ ਬਹੁਤ ਘੱਟ ਲਾਉਂਦੇ ਸੀ, ਖੁੱਲ੍ਹਾ ਹੀ ਹੁੰਦਾ ਸੀ ਘਰ, ਗੇਟ ਨੂੰ ਜਿੰਦਾ ਨਹੀਂ ਸੀ ਲੱਗਦਾ ਉਦੋਂ ਆਮ ਪਿੰਡਾਂ 'ਚ। ਅਤੇ ਉਹ ਫਿਰ ਕਾਲਜ ਪੜ੍ਹਨ ਆਉਣਾ, ਮੱਖਣ ਆਪ ਕੱਢਣਾ, ਤੌਲਾ ਆਪ ਧੋਣਾ, ਰਾਤ ਨੂੰ ਦਹੀਂ ਆਪ ਜਵਾਉਣਾ, ਜਿੰਨਾ ਕੁ ਵੇਚਿਆ ਜਾਂਦਾ ਵੇਚ ਦੇਣਾ, ਬਾਕੀ ਦਾ ਆਪਣਾ ਸਾਂਭਣਾ। ਸੋ ਇਸ ਸਿਲਸਿਲੇ ਦੇ ਵਿੱਚ ਕੰਮ ਆਮ ਕਰਦੇ ਸੀ, ਗੋਹਾ ਚੱਕ ਕੇ ਜਾਣਾ। ਸੋ ਉਹ ਜਿਹੜਾ ਸਾਰਾ ਵਰਤਾਰਾ ਸੀ, ਮੈਂ ਤੁਹਾਨੂੰ ਇੱਥੇ ਪਟਿਆਲੇ ਦੀ ਸੁਣਾਵਾਂ, ਪਟਿਆਲੇ ਆ ਕੇ ਵੀ ਅਸੀਂ ਕਾਫੀ ਸਾਲ ਮੱਝਾਂ ਰੱਖੀਆਂ, ਹੁਣ ਵੀ ਚਲੋ ਹੈਗੀਆਂ, ਸਾਡਾ ਅਮਰੀਕ ਸਿੰਘ ਸੰਭਾਲਦਾ, ਉਸੇ ਕੋਲ ਐਲਾਨੇਦਾਰੀ, ਉਹਨੇ ਆਪਣੀਆਂ ਗਾਵਾਂ ਖਰੀਦ ਲਈਆਂ, ਦੁੱਧ ਤੋਂ ਮੁੱਲ ਲੈ ਲਈਦਾ, 4 ਗਾਵਾਂ ਉਹਨੇ ਰੱਖੀਆਂ, ਵਧੀਆ ਕੰਮ ਕਰਦੇ ਆ, 2 ਬੱਚੇ ਆ ਉਹਦੇ, ਅਤੇ ਉਸ ਸਿਲਸਿਲੇ ਵਿੱਚ ਵਧੀਆ ਉਹਨਾਂ ਦਾ ਗੁਜ਼ਾਰਾ ਹੁੰਦਾ। ਪਰ ਗੱਲ ਇਹ ਹੈ ਕਿ ਮੈਂ ਜਦੋਂ ਸਾਡੇ ਕੋਲ ਮੱਝਾਂ ਸੀਗੀਆਂ ਨਾ, ਮੇਰੇ ਖਿਆਲ ਸੰਨ 2000 ਦੀ ਗੱਲ ਹੋਣੀ ਹੈ, 1-2 ਦੀ, ਮੈਂ ਨਾ ਡੈਰੀ 'ਚ ਦੁੱਧ ਪਾਉਣ ਚਲਿਆ ਗਿਆ। ਉੱਥੇ ਡੈਰੀ 'ਤੇ 2 ਲੇਡੀਜ਼ ਦੁੱਧ ਲੈਣ ਆਈਆਂ ਖੜੀਆਂ, ਬੜੀਆਂ ਵੈਲ ਡਰੈਸਡ, ਅਤੇ ਉਹ ਜਿਹੜਾ ਛੋਟਾ ਜਿਹਾ ਮੁੰਡੂ, ਉਹ ਬੁਲਾਰ ਭੌਂਕਾ ਬਹੁਤ ਸੀ, ਜਿਵੇਂ ਕਹਿ ਦਈਏ ਬੜਬੋਲਾ ਬਹੁਤ ਸੀ ਉਹ। ਮੈਂ ਜਦੋਂ ਉਹਦੇ ਕੋਲ ਫੈਟ ਲਵਾਉਣ ਲਈ ਆਪਣੀ ਕੇਨੀ ਰੱਖੀ, ਉਹ ਮੈਨੂੰ ਕਹਿੰਦਾ ਅਪਰਾਂ ਹੋ ਕੇ ਖੜੋ ਜੀ। ਮੈਂ ਯਾਰ ਕੀ ਹੋ ਗਿਆ ਤੈਨੂੰ? ਛੋਟਾ ਜਿਹਾ ਜਵਾਕ ਕਹਿੰਦਾ ਤੁਹਾਡੇ ਕੋਲ ਮੁਸ਼ਕ ਆਉਂਦਾ। ਉਹ ਲੇਡੀਜ਼ ਹੱਸ ਪਈਆਂ। ਚਲੋ ਅਸੀਂ ਤਾਂ ਇਹ ਕਿ ਭਾਈ ਸਾਡੀ ਤਾਂ ਜਲਾਲਤ ਕਹਿ ਲਓ ਜਾਂ ਬੇਸ਼ਰਮੀ ਦਾ ਮਾਦਾ ਵਧਿਆ ਕਹਿ ਲਓ, ਮੈਂ ਹਾਂ ਆਹ ਜਿਹੜਾ ਤੈਨੂੰ ਮੁਸ਼ਕ ਆਉਂਦਾ ਨਾ, ਇਸੇ ਮੁਸ਼ਕ 'ਚੋਂ ਇਹ ਦੁੱਧ ਨਿਕਲਦਾ, ਇਸੇ ਮੁਸ਼ਕ 'ਚੋਂ ਤੇਰੀ ਜੌਬ ਚੱਲਦੀ ਹੈ। ਖੈਰ ਉਹ ਵੀ ਆਪਣੀ ਜਗ੍ਹਾ ਠੀਕ ਸੀ। ਹੁਣ ਜਦੋਂ ਮੈਂ ਮੱਝਾਂ ਚੋ ਕੇ ਆਪ ਲਿਆਇਆ, ਅਤੇ ਉਹ ਕੁਦਰਤੀ ਹੈ ਕਿ ਜਦੋਂ ਮੈਂ ਮੱਝਾਂ ਕੋਲੋਂ ਨਿਕਲਾਂ ਤਾਂ ਮੇਰੀ ਬੋਡੀ 'ਚੋਂ ਸਮੈਲ ਆਉਣੀ ਹੈ। ਹੁਣ ਮੈਂ ਕਿਹੜਾ ਉੱਥੇ ਵਾਸ਼ਰੂਮ ਜਾ ਕੇ ਜਾਂ ਡੀਓ ਲਾ ਕੇ ਆ ਗਿਆ ਨਾਲ ਦੀ ਨਾਲ? ਜਾਣੀ ਉੱਥੇ 2 ਲੇਡੀਜ਼ ਦੇ ਸਾਹਮਣੇ ਉਹਨੇ ਮੇਰੀ ਛੋਤ ਲਾ ਤੀ। ਚਲੋ ਮੈਂ ਤਾਂ ਹੱਸ ਕੇ ਉਹਨੂੰ ਲੌਜਿਕ ਨਾਲ ਸੰਭਾਲ ਦਿੱਤਾ, ਮੈਂ ਦੇਖ ਕਾਕਾ ਇਹ ਜਿਹੜਾ
ਤੇਰੀ ਦੁਕਾਨ ਚੱਲਦੀ ਹੈ, ਜਿਹੜਾ ਤੈਨੂੰ ਤੇਰਾ ਮਾਲਕ 2-4 ਹਜ਼ਾਰ ਰੁਪਈਆ ਦਿੰਦਾ ਨਾ, ਇਹ ਇਸੇ ਬਿਜ਼ਨਸ ਨਾਲ ਹੈ। ਜੇ ਤੈਨੂੰ ਵੀ ਇਸ ਤਰ੍ਹਾਂ ਮੁਸ਼ਕ ਆਉਣ ਲੱਗ ਗਿਆ ਨਾ, ਤਾਂ ਫਿਰ ਇਹ ਧੰਦਾ ਨਹੀਂ ਚੱਲਣਾ। ਕਹਿੰਦਾ ਜੀ ਉਹ ਤਾਂ ਠੀਕ ਹੈ ਪਰ ਮੁਸ਼ਕ ਆਉਂਦੀ ਹੈ। ਮੈਂ ਤਾਂ ਕਹਿਣਾ ਹੀ ਹੈ, ਮੈਂ ਮੁਸ਼ਕ ਆਉਂਦੀ ਹੈ ਬਿਲਕੁਲ ਮੈਂ ਮੰਨਦਾ। ਸੋ ਇਹ ਜਿਹੜਾ ਸਾਡੇ 'ਚ ਮੁਸ਼ਕ ਵੜ ਗਿਆ, ਆ ਮੈਂ ਗਲੋਬਲ ਪੰਜਾਬ 'ਤੇ ਸੀ, ਕੁੱਕੜ ਰੱਖੇ ਹੋਏ ਆ, ਹੁਣ ਵੀ ਮਤਲਬ ਇੱਕ ਵਾਰੀ ਜਾਈਦੇ, ਕੱਪੜੇ ਬਦਲੀਦੇ ਆ, ਖੋਡੇ 'ਚ ਵੱਡਾ ਖੋਡਾ ਚਲੋ ਵਿੱਚ ਵੜ ਜਾਈਦਾ, ਅਤੇ ਗੇਟ ਲਾਏ ਨੇ ਵੱਡੇ 6 ਫੁੱਟ ਦੇ, ਜਿਹੜੇ ਪੁਰਾਣਾ ਟੁੱਟਿਆ ਕਬਾੜ ਆਪ ਹੀ ਬਣਾਇਆ ਖੋਡਾ ਵੀ ਆਪਾਂ। ਉਹ ਮੁਰਗਿਆਂ ਨੂੰ ਜਦੋਂ ਦਾਣੇ ਪਾਉਣ ਜਾਈਦਾ ਤਾਂ ਉਹ ਕੱਪੜੇ ਸਾਰੇ ਉਤਾਰਨੇ ਪੈਂਦੇ ਆ, ਇੰਨੀ ਖੇਚਲ ਕਰਨੀ ਪੈਂਦੀ ਹੈ ਜੇ ਤੁਸੀਂ ਉਹ। ਇੱਕ ਵਾਰੀ ਗਲੋਬਲ ਪੰਜਾਬ 'ਤੇ ਕੋਈ ਕਹਿੰਦਾ ਜੀ ਫਿਰ ਉਹ ਬਿੱਠਾ ਕੌਣ ਚੁੱਕਦਾ, ਮੈਂ ਕਿਹਾ ਆਹੀ ਚੁੱਕਦਾ ਜਿਹੜਾ ਸਕਾਫ ਲਾਈਨ ਤੁਹਾਡੇ ਮੁੱਛਾਂ ਕੁੰਡੀਆਂ ਕਰੀ ਬੈਠਾ ਟਵਾਣਾ ਸਾਹਿਬ। ਹੁਣ ਜੇ ਆਂਡੇ ਭਾਈ ਖਾਣੇ ਆ ਰੋਜ਼, ਹੁਣ ਤੁਸੀਂ ਇੱਕ 12 ਮੁਰਗੀਆਂ 'ਤੇ ਰਾਮੂ ਤਾਂ ਰੱਖ ਨਹੀਂ ਸਕਦੇ। ਸੋ ਉਹ ਜਿਹੜਾ ਸਾਡੇ 'ਚੋਂ ਕਿਰਤ ਦਾ ਕਲਚਰ ਖਤਮ ਹੋਇਆ, ਉਹਨੇ ਸਾਡਾ ਬਹੁਤ ਬੇੜਾ ਗਰਕ ਕੀਤਾ। ਕਦੇ ਸਾਡਾ ਕਲਚਰ ਸੀ ਕਿ ਵਿਹਲ ਨਾਲੋਂ ਬਗਾਰ ਭਲੀ। ਹੁਣ ਇੱਥੇ ਕੰਮ ਕਰਨ ਵਾਲੇ ਨੂੰ ਕੰਜੂਸ ਸਮਝਿਆ ਜਾਂਦਾ, ਲੀਚੜ ਸਮਝਿਆ ਜਾਂਦਾ। ਕੀ ਗੁਰੂ ਨਾਨਕ ਸਾਹਿਬ ਨੇ ਮੱਝਾਂ ਨਹੀਂ ਚਾਰੀਆਂ, ਕ੍ਰਿਸ਼ਨ ਜੀ ਨੇ ਗਾਈਆਂ ਨਹੀਂ ਚਾਰੀਆਂ, ਹਜ਼ਰਤ ਮੁਹੰਮਦ ਸਾਹਿਬ ਨੇ ਗਧੇ ਨਹੀਂ ਚਾਰੇ, ਪਰ ਧਰਮਾਂ ਦੇ ਨਾਂ 'ਤੇ ਗਧੇ ਬੰਦਿਆਂ ਨੂੰ ਚਾਰ ਰਹੇ ਨੇ। ਦੇਖੋ ਤਾਂ ਸਹੀ ਬਾਬੇ ਕਿਵੇਂ ਖੁੰਭ ਵਾਂਗੂ ਨਿਕਲੇ ਆ, ਪਾ ਪਾ ਕੇ 5-5, 7-7 ਹਜ਼ਾਰ ਦੀਆਂ ਚੱਪਲਾਂ। ਕਦੇ ਤੁਸੀਂ ਇਹਨਾਂ ਦੀ ਠੁੱਕ ਵੇਖੋ, ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਠੁੱਕ ਵੇਖੋ, ਦੂਸਰਿਆਂ ਦੀ ਟਕਸਾਲ ਵਾਲਿਆਂ ਦੀ ਠੁੱਕ ਵੇਖੋ। ਆਹ ਹੁਣ ਟਕਸਾਲ ਦੇ ਮੁਖੀ ਘੋੜੀ ਚੜੇ ਫਿਰਦੇ ਬਾਹਰ, ਕਿਤੇ ਇੰਗਲੈਂਡ ਗਲੂੰਡ ਦੀ ਯਾਤਰਾ 'ਤੇ ਗਏ ਨੇ, ਕਿਵੇਂ ਰੀਲਾਂ ਪੈ ਰਹੀਆਂ ਨੇ। ਇਹਨਾਂ 'ਚੋਂ ਕਿਹੜਾ ਕਿਰਤ ਕਰਦਾ ਬਈ? ਗੁਰੂ ਨਾਨਕ ਸਾਹਿਬ ਨੇ 18 ਸਾਲ ਖੇਤੀ ਕੀਤੀ, ਅਤੇ ਇਹਨਾਂ 'ਚੋਂ ਕਿਹੜਾ ਕਿਰਤ ਨਾਲ ਜੁੜਿਆ? ਇੱਕ ਸੀਚੇਵਾਲ ਹੁੰਦਾ ਸੀ ਜਿਹੜਾ ਵੇਈਂ 'ਚ ਵੜਿਆ ਹੁੰਦਾ ਸੀ, ਉਹ ਵੀ ਚਲੋ ਸਿਆਸਤਦਾਨ ਬਣ ਗਿਆ, ਅਤੇ ਬਾਕੀ ਕਿਹੜਾ ਇਹਨਾਂ 'ਚੋਂ ਕਦੇ ਤੁਹਾਨੂੰ ਲਿਬੜਿਆ ਨਜ਼ਰ ਆਉਂਦਾ? ਖੁੰਭ ਵਾਂਗੂ ਨਿਖਰੇ ਫਿਰਦੇ ਨੇ। ਅਤੇ ਫਿਰ ਜੇ ਬਾਬੇ ਖੁੰਭ ਵਾਂਗੂ ਨਿਖਰੇ ਨੇ, ਇਹਨਾਂ ਦਾ ਨੂਰ ਹੀ ਬਹੁਤ ਹੈ। ਜਿਵੇਂ ਉਹ ਬੀਬੀ ਜਿਹੜੀ ਸੂਰਜ 'ਤੇ ਜਾ ਕੇ ਆਈ ਆ, ਉਹਦਾ ਤਾਂ ਕਹਿੰਦੇ ਬੀਬੀ ਦਾ ਚਿਹਰਾ ਰੂਹਾਨੀ ਹੈ। ਭਾਈ ਚਿਹਰਾ ਰੂਹਾਨੀ ਆ, ਜਦੋਂ ਸਵੇਰੇ ਸਵੇਰੇ ਬਦਾਮ ਗਿਰੀਆਂ ਛੱਕ ਲੈਣੀਆਂ ਨੇ, ਜੇ ਉਹੀ ਬੀਬੀ ਨੂੰ ਹੁਣ ਕੰਮ ਕਰਨਾ ਪਵੇ, ਪੋਚੇ ਲਾਉਣੇ ਪੈਣ ਅਤੇ ਚੁੱਲ੍ਹੇ 'ਤੇ ਰੋਟੀਆਂ ਪਕਾਉਣੀਆਂ ਪੈਣ, ਤਾਂ ਪਤਾ ਲੱਗ ਜੂ ਸੂਰਜ 'ਤੇ ਜਾ ਕੇ ਆਈ ਹੈ ਕਿ ਨਹੀਂ। ਮਤਲਬ ਅਸੀਂ ਕਿਰਤ ਛੱਡ ਕੇ ਕੀਰਤਨ ਨਾਲ ਜੁੜ ਗਏ। ਕਲਯੁੱਗ ਮੈਂ ਕੀਰਤਨ ਪ੍ਰਧਾਨਾਂ ਸਾਰੇ ਕਹਿੰਦੇ ਆ, ਕਦੇ ਕਿਰਤ ਪ੍ਰਧਾਨ ਦੀ ਗੱਲ ਕੀਤੀ ਹੈ? ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਹੈ ਨਾ? ਉਹ ਚੀਜ਼ਾਂ ਕਿਰਤ ਅੱਗੇ ਹੋਣੀ ਚਾਹੀਦੀ ਹੈ, ਨਾਮ ਜਪੋ ਵੰਡ ਛਕੋ ਬਾਅਦ 'ਚ ਹੋਣਾ ਚਾਹੀਦਾ। ਪਰ ਕਿਰਤ ਅਸੀਂ ਗਰੀਬਾਂ ਦੇ ਪੱਲੇ ਪਾਤੀ ਹੈ ਕਿ ਤਾਂ ਪਿਛਲੇ ਕਰਮਾਂ 'ਚ ਜਿਹੜਾ ਇਹਨੇ ਪਾਪ ਕੀਤੇ ਨੇ ਉਹਨਾਂ ਦੀ ਇਹ ਭੋਗ ਰਿਹਾ। ਕਿਰਤ ਵਾਲੇ ਬੰਦੇ ਨੂੰ ਕਿੱਥੇ ਸਾਡੇ ਜਗ੍ਹਾ ਮਿਲਦੀ ਹੈ? ਲਾਹੌਰਾ ਸਿੰਘ ਪੰਧੇਰ, ਸਤਿ ਸ਼੍ਰੀ ਅਕਾਲ ਭਾਅ ਜੀ। ਸਰਦਾਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਮਹਾਰਾਜ। ਸਤਿ ਸ਼੍ਰੀ ਅਕਾਲ ਭਾਈ ਜੀ। ਹਾਂ, ਦੁੱਧ ਦੀ ਗੱਲ ਕਰਦੇ ਸੀਗੇ ਭਾਈ ਸਾਹਿਬ, ਪਹਿਲਾਂ 5 ਗਰਾਈਆਂ ਰਸ ਕੇ ਗਏ ਨੇ ਤੁਹਾਨੂੰ। ਹਾਂ ਜਗਦੀਸ਼ ਜੀ, ਐਸਪੀ ਸਾਹਿਬ। ਸਾਡੇ ਪਿੰਡ ਤਾਂ ਹੈ ਛੋਟੇ ਛੋਟੇ ਬੱਗੇ ਕਲਾਂ ਤੇ ਬੱਗੇ ਖੁਰਦ, ਤੇ ਇਹਨਾਂ ਦੇ ਵਿਚਾਲੇ ਇੱਕ ਐਸੀ ਪਿੰਡ ਆ ਜੀ, ਸਾਰਾ ਪਿੰਡ ਉਹ ਵਿਚਾਰੇ ਉਹੀ ਪਾਲਟੀ ਹੈਗੀ ਹੈ ਜੀ, ਆਪਣੇ ਜੀ ਐਸੀ ਪਾਲਟੀ, ਤੇ ਨਾਲ ਇੱਕ ਚਾੜਾ ਪਿੰਡ ਹੈਗਾ ਜੀ, ਉੱਥੇ ਸਾਰੇ ਰਾਜਪੂਤਾਂ ਦਾ ਪਿੰਡ ਆ ਜੀ ਉਹ। ਅੱਛਾ ਜੀ। ਇਹ ਰਾਜਪੂਤਾਂ ਦਾ ਦੁੱਧ ਦਾ ਕੰਮ ਡੈਰੀ ਦਾ ਕਰਦੇ ਹੁੰਦੇ ਸੀਗੇ, ਲੋਡੂਵਾਲ ਇਹਨਾਂ ਦੀਆਂ 2 ਡੈਰੀਆਂ ਹੁੰਦੀਆਂ ਸੀਗੀਆਂ, ਰੱਜੋਵਾਲ ਦੇ ਵਿੱਚ ਹੀ ਸਵੇਰੇ ਇਹਨਾਂ ਦੇ 3-4 ਮਤਲਬ ਮੋਟਰਸਾਈਕਲ ਜਿਹੜੇ ਹੁੰਦੇ ਸੀਗੇ ਉਹ ਪਿੰਡ 'ਚ ਫਿਰਦੇ ਹੁੰਦੇ ਸੀਗੇ, ਰੱਜੋਵਾਲ ਪਿੰਡ 'ਚ ਜੀ। ਅੱਛਾ, ਉੱਥੋਂ ਉਹਨਾਂ ਨੇ ਲਿਜਾਣਾ ਤੇ ਇਹ ਤਕਰੀਬਨ ਮੇਰੇ ਖਿਆਲ 70 ਤੋਂ ਲੈ ਕੇ 90 ਤੱਕ ਚੱਲਦਾ ਰਿਹਾ ਜੀ ਕੰਮ, ਇਸ ਤਰ੍ਹਾਂ 20 ਸਾਲ ਚੱਲਿਆ ਜੀ। ਅੱਛਾ ਜੀ। ਉਦੋਂ ਬਾਅਦ ਕੁਦਰਤੀ ਤੌਰ ਤੇ ਮੈਂ ਦੇਖਿਆ ਖੇਤੀ ਦਾ ਵੀ ਡਾਵਾਂ ਡੋਲ ਹੋ ਗਿਆ ਕੰਮ, ਖੇਤੀ ਦਾ ਵੀ ਕੰਮ ਜਿਹੜਾ 90 ਤੱਕ ਕਾਮਯਾਬ ਰਿਹਾ ਕੰਮ। ਹਾਂ ਭਾਜੀ, ਹਾਲਾਤ ਮਾੜੇ ਹੋ ਗਏ, ਕਿਉਂਕਿ ਜਦੋਂ ਕਿਸਾਨ ਨੇ 5 ਵਜੇ
ਘਰੇ ਵੜ ਜਾਣਾ ਸਵੇਰੇ 10 ਵਜੇ ਨਿਕਲਣਾ ਤੇ ਫਿਰ ਖੇਤੀ ਤੇ ਡੈਰੀ ਕਿੱਥੋਂ ਚੱਲ ਪੈਗੀ। ਕਰਫਿਊ ਲੱਗਦੇ ਸੀ, ਅੱਤਵਾਦ ਦਾ ਦੌਰ ਸੀ। ਰੱਜਵਾਲ ਪਿੰਡ ਦੇ ਵਿੱਚ 1.5 ਕੁਇੰਟਲ ਜਿਹੜਾ ਪੈਕਟਾਂ ਵਾਲਾ ਦੁੱਧ ਆ ਜੀ ਉਹ ਵਿਕਦਾ ਜਿੱਥੇ ਆ ਕਿ ਮੇਰੇ ਖਿਆਲ 4-5 ਕੁਇੰਟਲ ਉਹ ਡੈਰੀ ਵਾਲੇ ਲੈ ਕੇ ਜਾਂਦੇ ਸੀ ਲਹੂਗਾ ਨੂੰ ਭਾਈ। ਹਾਂ ਉਲਟਾ ਆ ਰਿਹਾ ਸਾਰਾ। ਅੱਛਾ ਸਾਡੇ ਪਿੰਡ ਵਿੱਚ ਸਾਡੇ ਦੋਨਾਂ ਭਰਾਵਾਂ ਦੇ ਮਤਲਬ ਮੱਝਾਂ ਮੁੱਝਾਂ ਦੀਆਂ ਰੱਖੀਆਂ ਹੋਈਆਂ ਨੇ। ਅਸੀਂ ਆਪਦਾ ਘਰੇ ਹੈ ਸਾਡਾ ਤਾਂ ਵੈਸੇ ਓਨਾ ਕਿ ਜਿੰਨਾ ਘਰੇ ਵਰਤਦੇ ਹੈਗੇ ਆ, ਪਰ ਬਾਕੀ ਸਾਡੇ ਪਿੰਡ ਦੇ ਜਿੰਨੇ ਜ਼ਿਮੀਂਦਾਰ ਵੀ ਨੇ ਨਾ ਜੀ ਉਹ ਵੀ ਇੱਕ ਦੂਏ ਦੇ ਘਰੋਂ ਲੈ ਕੇ ਕੰਮ ਚਲਾਉਂਦੇ ਨੇ ਜੀ। ਉਹਨਾਂ ਦੇ ਆਪਦੇ ਵੀ ਜਿਹੜੇ ਜ਼ਿਮੀਂਦਾਰ ਜ਼ਮੀਨਾਂ ਵਾਲੇ ਨੇ ਨਾ ਜੀ, ਮਤਲਬ ਉਹਨਾਂ ਦੇ ਵੀ ਹੈ ਨੀ ਦੁੱਧ ਜੀ ਘਰਾਂ ਚ। ਸਹੀ ਗੱਲ ਹੈ। ਅੱਛਾ ਰਹੀ ਗੱਲ ਨੌਜਵਾਨ ਤਬਕੇ ਦੀ ਜਿਹੜੀ ਕੰਮ ਵਾਲੀ ਗੱਲ ਹੈ ਨਾ ਜੀ, ਆਪਾਂ ਉਹ ਕਿਰਤ ਵਾਲਾ ਕੰਮ ਤਾਂ ਬਿਲਕੁਲ ਖਤਮ ਹੋ ਗਿਆ। ਹੁਣ ਕੋਈ ਨੌਜਵਾਨ ਕੰਮ ਕਰਕੇ ਕੁਛ ਨੀ ਗਾ ਜੀ। ਹੁਣ ਤਾਂ ਸਿਰਫ ਮਤਲਬ ਇਹੀ ਜ਼ਮੀਨ ਵੇਚਣ ਵਾਲੀ ਗੱਲ ਹੀ ਕਰਦੇ ਨੇ ਵੀ ਮੈਂ ਵੇਚਣਾ, ਸਾਡੇ ਮਹਿੰਗੀਆਂ ਹੋਈਆਂ ਹੋਈਆਂ ਨੇ ਉੱਥੇ ਪਿੰਡ ਦੇ ਆਪਣੇ ਦੁੱਧਣ ਦੇ ਕੋਲੇ, ਬਸ ਉਹ ਕੋਈ ਨਾ ਕੋਈ ਵੇਚ ਵੂਚ ਲੈਂਦੇ ਨੇ, ਥੋੜੀ ਬਹੁਤੀ ਗਾਹਾਂ ਲੈ ਲੈਂਦੇ ਨੇ, ਬਾਕੀ ਪੈਸੇ ਜਮ੍ਹਾਂ ਹੈਗੇ ਨੇ ਜਿਹੜੇ ਉਹ ਛੱਕ ਛੁੱਕ ਲੈਂਦੇ ਨੇ। ਉਸ ਤੋਂ ਬਾਅਦ ਫਿਰ ਗਾਂ ਉਹਨਾਂ ਨੇ ਇਹ ਨੀ ਹੈਗਾ ਵੀ ਸਾਡੀ ਅਗਲੀ ਪੀੜ੍ਹੀ ਕੀ ਕਰੂ ਜੀ। ਭਾਜੀ ਜੇ ਟਰੈਕਟਰ ਵੀ ਲੈਣਾ ਉਹ ਵੀ ਏਸੀ ਦੱਸੋ, ਏਸੀ ਟਰੈਕਟਰ ਆ ਗਏ। ਅੱਛਾ ਹੁਣ ਸਾਡੇ 2 ਘਰਾਂ ਕੋਲ ਹੀ ਪਿੰਡ ਚ ਜ਼ਮੀਨ ਰਹਿ ਗਈ ਆ, ਬਾਕੀ 4-5-6-7 ਘਰ ਸੀਗੇ ਜੋ ਇਥੋਂ ਕੁਛ ਵੇਚ ਛੱਡ ਗਏ ਅਸੀਂ, ਬਸ ਉਹ ਕੀਰਤਨ ਨਾਮ ਸਿਮਰਨ ਤੇ ਕਿਰਤ ਨੂੰ ਤਵੱਜੋ ਦੇਣੀ ਹਟ ਗਏ ਤੇ ਫਿਰ ਇਹੀ ਹਾਲਾਤ ਹੋਣੇ ਨੇ ਹੈਨਾ। ਅਸੀਂ ਕਹਿੰਦੇ ਕਿ ਬਸ ਬੈਠ ਕੇ ਚਿੱਟੇ ਕੱਪੜੇ ਪਾ ਕੇ ਸਿਮਰਨ ਫੇਰੀ ਜਾਓ ਤੇ ਕਿਰਤ ਕੋਈ ਕਰੋ ਨਾ, ਹੈਨਾ, ਰੱਬ ਆਪੇ ਦਊਗਾ ਗੱਪੇ। ਸਾਰੇ ਪਿੰਡ ਚੋਂ ਅਸੀਂ ਖੇਤੀ ਕਰਦੇ ਹਾਂ ਜੀ, ਅਸੀਂ ਤਾਂ ਸਿਰ ਪਾਪੂਲਰ ਹੀ ਲਾਉਂਦੇ ਹਾਂ। ਦੋਨੇ ਭਰਾ ਜਿਹੜੇ ਹੈਗੇ ਸਾਡੇ ਕੋਲ ਜਾਰੇ ਜ਼ਮੀਨਦਾਰੀ ਕਰਕੇ ਪਾਪੂਲਰ ਦੇ ਕੰਮ ਕਰਦੇ ਹੈਗੇ, ਇੱਕ ਮੁੰਡਾ ਹੋਰ ਖੇਤੀ ਕਰਦਾ, ਬਾਕੀ ਇੱਕ ਪਰਿਵਾਰ ਹੈਗਾ ਜਿਹੜੇ ਸਾਰੇ ਪਿੰਡ ਦੀ ਜ਼ਮੀਨ ਉਹੀ ਪਾਉਂਦੇ ਨਾ ਜੀ। ਬਿਲਕੁਲ ਬਿਲਕੁਲ, ਸਾਰੇ ਪਿੰਡ ਦੀ ਉਹੀ ਜ਼ਮੀਨ, ਉਹ ਦੇਖੋ ਉਹ ਕੱਲਾ ਉਹਦੇ ਕੋਲ 5-6 ਕਿੱਲੇ ਆਪਦੇ ਨੇ, ਬਾਕੀ ਸਾਰੇ ਪਿੰਡ ਦੀ ਬਹਿੰਦਾ ਹੈਗਾ। ਜਿਹੜੇ ਜਿਹੜੇ ਸਾਰੇ ਜ਼ਮੀਨਾਂ ਵਾਲੇ ਨੇ ਉਹ ਸਾਰੇ ਪੱਠੇ ਲੈ ਕੇ ਵੀ ਖੁਸ਼ ਨੀ, ਉਹਨਾਂ ਦਾ ਵੀ ਭਈਆ ਰੱਖਿਆ ਹੈਗਾ। ਉਹ ਪੱਠੇ ਕਿਹੜੀ ਮਾੜਾ ਮੋਟਾ, ਕਿਤੇ ਕਿਸੇ ਦੇ ਮਾੜਾ ਮੋਟਾ ਹੈਗਾ ਵੀ ਨਾ, ਕੋਈ ਕਦੀ ਮਾੜੀ ਮੋਟੀ ਮਜਬੂਜ ਰੱਖੀ, ਉਹ ਵੀ ਭਈਆ ਹੀ ਲੈ ਕੇ ਆਉਣਾ, ਉਹ ਵੀ ਲਿਆ ਕੇ ਪਾ ਪੂ ਲੈਂਦਾ ਜੀ। ਹਾਂ ਜਾਂ ਭਾਜੀ ਇਹ ਨਵਾਂ ਟ੍ਰੈਂਡ ਹੋ ਗਿਆ ਕਿ ਜਿਹੜੇ ਉਹ ਗੱਠਾਂ ਆਉਣ ਲੱਗ ਗਈਆਂ, ਮਹੀਨੇ ਦੀ ਲੈ ਕੇ ਰੱਖ ਲੈਂਦੇ ਨੇ, ਖੋਲ ਕੇ ਪਾ ਦਿੰਦੇ ਨੇ, ਉਹ ਸੁੰਡ ਪਏ ਹੁੰਦੇ ਨੇ ਉਹਦੇ 'ਚ ਜਿਹੜਾ ਮੱਕੀ ਦਾ ਚਾ। ਬਿਲਕੁਲ ਸਾਡੇ ਕੀਰਾ ਮੰਗਾ ਲਿਆ ਇਹਨੇ ਮੁੰਡੇ ਨੇ, ਅਮਰੀਕ ਨੇ, ਮੈਂ ਕਿਹਾ ਚੱਲ ਮੰਗਾ ਕੇ ਵੇਖ, ਉਹ ਚ ਭਾਜੀ ਐਡੇ ਐਡੇ ਸੁੰਡ ਚੱਲਣ ਉਹ ਚ। ਬਿਲਕੁਲ ਦੋਸਤੋ, ਕੋਈ ਵੀ ਕੰਮ ਹੈ ਕਿਰਤ ਨਾਲ ਜੁੜੀਏ, ਕਿਰਤ ਜਿਹੜੀ ਹੈ ਨਾ ਤੁਹਾਡੀਆਂ ਕਤਿੱਤਾਂ ਨੂੰ ਦੂਰ ਕਰਦੀ ਹੈ। ਜੇ ਤੁਸੀਂ ਮਤਲਬ ਤੁਹਾਨੂੰ ਕਿਸੇ ਨੂੰ ਭੁੱਸ ਪਿਆ ਕਿਸੇ ਚੀਜ਼ ਦਾ, ਕੋਈ ਬਹਿਬਤਾਂ ਪਈਆਂ ਨੇ, ਰੱਸੇ ਚੱਬਣ ਦੀ ਆਦਤ ਹੈ, ਕੰਧਾਂ ਟੱਪਣ ਦੀ ਆਦਤ ਹੈ, ਦਾਰੂ ਪਿਆਲੇ ਦੀ ਆਦਤ ਹੈ, ਜੇ ਤੁਸੀਂ ਥੱਕੇ ਟੁੱਟੇ ਹੋ ਨਾ, ਮਤਲਬ ਥੱਕ ਕੇ ਡਿੱਗੇ ਹੋ, ਤਾਂ ਫਿਰ ਤੁਹਾਡੀ ਲਲਕ ਨਹੀਂ ਰਹੇਗੀ ਕੋਈ ਵੀ ਬਹਿਬਤ ਦੀ, ਕਿ ਛੱਡ ਯਾਰ ਸੌਂਦੇ ਹਾਂ ਕਾਹਦੇ ਵਾਸਤੇ। ਕਿਰਤ ਨੂੰ ਤਵੱਜੋ ਦਿਓ, ਜਿੰਨਾ ਕੁ ਵੀ ਹੋ ਸਕਦਾ ਮੁਸ਼ੱਕਤ ਕਰੋ। ਜੇ ਸਾਈਕਲ 'ਤੇ ਜਾ ਕੇ ਸਰ ਸਕਦਾ ਤਾਂ ਸਕੂਟਰ ਨਾ ਚੱਕੋ,
ਜੇ ਸਕੂਟਰ 'ਤੇ ਸਰ ਸਕਦਾ ਤਾਂ ਵੱਡੀ ਕਾਰ ਨਾ ਚੱਕੋ, ਨਾਲੇ ਤਾਂ ਪੈਸੇ ਬਚਦੇ ਆ ਅਤੇ ਨਾਲੇ ਤੁਸੀਂ ਵਾਤਾਵਰਨ ਬਚਾਉਂਦੇ ਹੋ ਅਤੇ ਨਾਲੇ ਆਪਣੀ ਜੇਬ ਬਚਾਉਂਦੇ ਹੋ ਅਤੇ ਨਾਲੇ ਸਰੀਰ ਬਚਾਉਂਦੇ ਹੋ। ਸੋ ਇਸ ਕਰਕੇ ਵਿਦੇਸ਼ਾਂ 'ਚ ਕੰਮ ਦਾ ਕਲਚਰ ਹੈ, ਹਰ ਬੰਦਾ ਕੰਮ ਨਾਲ ਜੁੜਿਆ, ਪਰ ਸਾਡੇ ਹਰ ਬੰਦਾ ਕਿਤਿੱਤ ਨਾਲ ਜੁੜਿਆ। ਅਗਲਾ ਕਹਿੰਦਾ ਬਸ ਮੈਂ ਜੀ, ਕਿਸੇ ਨੂੰ ਪੁੱਛ ਲਓ, ਕਹੂਗਾ ਮੈਂ ਪਾਠ ਕਰਦਾ ਸੀ ਜੀ, ਜਾਂ ਕਹੂਗਾ ਮੈਂ ਮੀਟਿੰਗ 'ਚ ਸੀ ਜੀ, ਹੈ ਨਾ। ਸੋ ਹੁਣ ਇਹ ਜਿਹੜਾ ਕਿਰਤ ਦਾ ਕਨਸੈਪਟ ਹੈ ਨਾ, ਇਹ ਸਾਨੂੰ ਕਿਤੇ ਨਾ ਕਿਤੇ ਹੋਣਾ ਚਾਹੀਦਾ। ਇਹ ਰਾਜ ਦੀਆਂ ਗੱਲਾਂ ਮੈਂ ਕਿਹਨੂੰ ਦੱਸਾਂ। ਸੋ ਜ਼ਿੰਦਗੀ ਬੜਾ ਜਿੰਦਾ ਦਿਲੀ ਦਾ ਨਾਂ ਆ। ਸੋ ਇਸ ਕਰਕੇ ਜ਼ਿੰਦਗੀ ਨੂੰ ਜਿਉਣ ਦੀ ਕੋਸ਼ਿਸ਼ ਕਰੋ। ਅੱਜ ਜਿੰਨਾ ਡਿਪਰੈਸ਼ਨ ਆ ਰਿਹਾ, ਜਿਸ ਤਰ੍ਹਾਂ ਦੀ ਸਥਿਤੀ ਬਣ ਰਹੀ ਹੈ, ਅਤੇ ਉਹ ਸਮਝਣ ਦੀ ਜ਼ਰੂਰਤ ਹੈ। ਅਤੇ ਖਬਰਾਂ 'ਤੇ ਨਜ਼ਰ ਮਾਰੀਏ। ਸਰਦਾਰ ਸਾਹਿਬ ਏਅਰਫੋਰਸ ਵਾਲਿਆਂ ਦਾ ਬਿਆਨ ਆਇਆ, ਏਅਰ ਮਾਰਸ਼ਲ AP ਸਿੰਘ ਹੋਰਾਂ ਦਾ, ਕਿ ਦੇਸ਼ ਦੀ ਸੁਰੱਖਿਆ ਦੀ ਕੀਮਤ ਅਤੇ ਆਤਮ ਨਿਰਭਰਤਾ ਨਹੀਂ, ਤੇਜਸ ਜੰਗੀ ਹਵਾਈ ਜਹਾਜ਼ ਸੈਨਾ ਦੇ ਹਵਾਲੇ ਕਰਨ ਦੀ ਦੇਰੀ 'ਤੇ ਸਵਾਲ ਉਠਾ ਦਿੱਤੇ ਨੇ ਏਅਰ ਮਾਰਸ਼ਲ AP ਸਿੰਘ ਹੋਰਾਂ ਨੇ। ਇੱਕ ਪਾਸੇ ਜਿੱਥੇ ਭਾਰਤੀ ਹਵਾਈ ਸੈਨਾ ਦੇ ਵਿੱਚ ਜੰਗੀ ਜਹਾਜ਼ਾਂ ਦੀ ਘਾਟ ਹੈ, ਉੱਥੇ ਹੀ ਭਾਰਤ ਵਿੱਚ ਬਣੇ ਤੇਜਸ ਜੰਗੀ ਜਹਾਜ਼ ਨੂੰ ਹਵਾਈ ਸੈਨਾ ਦੇ ਹਵਾਲੇ ਕਰਨ ਦਾ ਕੰਮ ਪਛੜ ਗਿਆ, ਜਿਸ 'ਤੇ ਸਵਾਲ ਏਅਰ ਮਾਰਸ਼ਲ AP ਸਿੰਘ ਹੋਰਾਂ ਨੇ ਖੜ੍ਹੇ ਕੀਤੇ ਨੇ। ਭਾਰਤੀ ਹਵਾਈ ਸੈਨਾ ਦੇ ਉਪ ਮੁਖੀ ਏਅਰ ਮਾਰਸ਼ਲ AP ਸਿੰਘ ਨੇ ਇਸ ਸੰਬੰਧੀ ਬਿਆਨ ਦਿੱਤਾ ਕਿ ਦੇਸ਼ ਦੀ ਸੁਰੱਖਿਆ ਦੀ ਕੀਮਤ ਅਤੇ ਆਤਮ ਨਿਰਭਰਤਾ ਦਾ ਟੀਚਾ ਹਾਸਲ ਨਹੀਂ ਕੀਤਾ ਜਾ ਸਕਦਾ, ਅਤੇ ਦੇਸ਼ ਦੀ ਸੁਰੱਖਿਆ ਲਈ ਸਭ ਤੋਂ ਪਹਿਲਾਂ ਅਤੇ ਸਭ ਤੋਂ ਅੱਗੇ ਹੋਣੀ ਚਾਹੀਦੀ ਹੈ। ਅਸੀਂ ਆਤਮ ਨਿਰਭਰ ਦੇ ਚੱਕਰਾਂ ਦੇ ਵਿੱਚ ਕਿ ਨਹੀਂ ਜੀ, ਆਪਣੇ ਜਹਾਜ਼ ਆਪ ਬਣਾਵਾਂਗੇ, ਦੇਸ਼ ਦੀ ਸੁਰੱਖਿਆ ਦਾਅ 'ਤੇ ਨਹੀਂ ਲਾ ਸਕਦੇ। ਦਿੱਲੀ ਦੇ ਵਿੱਚ ਇੱਕ ਸੈਮੀਨਾਰ ਦੇ ਵਿੱਚ ਬੋਲਦਿਆਂ ਏਅਰ ਮਾਰਸ਼ਲ AP ਸਿੰਘ ਹੋਰਾਂ ਨੇ ਖੁਲਾਸਾ ਕੀਤਾ। ਉਹਨਾਂ ਨੇ ਆਖਿਆ ਕਿ ਆਤਮ ਨਿਰਭਰਤਾ, ਆਪਣੇ ਆਪ 'ਤੇ ਡਿਪੈਂਡ ਹੋਣਾ ਹਰ ਪਾਸੇ ਚਰਚਾ ਆ, ਪਰ ਦੇਸ਼ ਦੀ ਸੁਰੱਖਿਆ ਦੀ ਕੀਮਤ 'ਤੇ ਇਸ ਨੂੰ ਹਾਸਲ ਨਹੀਂ ਕੀਤਾ ਜਾ ਸਕਦਾ ਕਿ ਅਸੀਂ ਕਹੀ ਜਾਈਏ ਅਸੀਂ ਖੁਦ ਜਹਾਜ਼ ਬਣਾ ਰਹੇ ਹਾਂ, ਜਹਾਜ਼ ਅਸੀਂ ਦੇ ਨਹੀਂ ਸਕੇ। ਇੰਨੇ ਨੂੰ ਜੇ ਕੋਈ ਖਵੀ ਨਵੀਂ ਵਾਪਰ ਗਈ, ਦੇਸ਼ ਦੀ ਸੁਰੱਖਿਆ ਨੂੰ ਖਤਰਾ ਹੋ ਗਿਆ, ਤਾਂ ਫਿਰ ਕੀ ਕਰਾਂਗੇ? ਸਵਾਲ ਜਾਇਜ਼ ਹੈ। AP ਸਿੰਘ ਹੋਰਾਂ ਨੇ ਆਖਿਆ ਕਿ ਭਾਰਤੀ ਹਵਾਈ ਸੈਨਾ ਜਾਂ ਭਾਰਤੀ ਸੁਰੱਖਿਆ ਵੱਲ ਇਸ ਆਤਮ ਨਿਰਭਰਤਾ ਨੂੰ ਹਾਸਲ ਕਰਨਾ ਚਾਹੁੰਦੇ ਨੇ, ਤਾਂ ਇਹ ਉਦੋਂ ਹੀ ਸੰਭਵ ਹੈ ਜਦੋਂ ਡਿਫੈਂਸ ਖੋਜ ਵਿਕਾਸ ਸੰਸਥਾ ਤੋਂ ਲੈ ਕੇ ਰੱਖਿਆ ਖੇਤਰ ਵਿਚਲੀਆਂ ਜਨਤਕ ਖੇਤਰ ਦੀਆਂ ਇਕਾਈਆਂ ਅਤੇ ਨਿੱਜੀ ਸਨਅਤ ਦੇ ਹੱਥ ਮਿਲਾਉਣ ਨਾਲ ਸਾਨੂੰ ਉਸ ਰਾਹ 'ਤੇ ਲੈ ਕੇ ਚੱਲਣ, ਤਾਂ ਸਾਨੂੰ ਆਤਮ ਨਿਰਭਰਤਾ ਦੇ ਰਾਹ ਤੋਂ ਭਟਕਾਉਣ ਨਾ, ਯਾਨੀ ਸਾਡੀ ਸੈਲਫ ਡਿਫੈਂਸ ਨੂੰ ਖਤਰਾ ਨਾ ਹੋਵੇ, ਕਿਉਂਕਿ ਬਹੁਤ ਸਾਰੀਆਂ ਇਹ ਫੈਕਟਰੀਆਂ ਨੇ ਇਹਨਾਂ ਦਾ ਨਿੱਜੀਕਰਨ ਕਰ ਦਿੱਤਾ, ਹੁਣ ਆ ਰਿਲਾਇੰਸ ਵਾਲੇ ਜਾਂ ਹੋਰ ਸਾਰੇ ਹੱਥ ਉਹਨਾਂ ਦੇ ਰਹੇ ਆ ਸਾਰੀ ਕਮਾਂਡ। ਸੋ ਅਜੋਕੇ ਸੰਸਾਰ ਦੇ ਵਿੱਚ ਲੋੜੀਂਦੀਆਂ ਪ੍ਰਣਾਲੀਆਂ ਜਾਂ ਹਥਿਆਰ ਜਾਂ ਉਹਨਾਂ ਚੀਜ਼ਾਂ ਜਿਨ੍ਹਾਂ ਦੀ ਸਾਨੂੰ ਲੋੜ ਹੈ ਸਾਨੂੰ ਮਿਲਦੀਆਂ ਨਹੀਂ, ਤਾਂ ਇਹ ਆਤਮ ਨਿਰਭਰਤਾ ਦੇ ਰਾਹ ਤੋਂ ਭਟਕਣਾ ਜ਼ਰੂਰੀ ਹੋ ਜਾਂਦਾ। ਹਵਾਈ ਸੈਨਾ ਦੇ ਉਪ ਮੁਖੀ ਨੇ ਆਖਿਆ ਕਿ ਜਿਸ ਰਫ਼ਤਾਰ ਨਾਲ ਸਾਡੇ ਵਿਰੋਧੀ ਮੁਲਕ ਨਵੀਆਂ ਟੈਕਨੋਲੋਜੀ ਦੀਆਂ ਵਰਤੋਂ ਕਰਦੇ ਨੇ ਅਤੇ ਹਥਿਆਰਾਂ ਅਤੇ ਹੋਰ ਜੰਗੀ ਸਾਜੋ ਸਮਾਨ ਦੀ ਗਿਣਤੀ ਵਧਾ ਰਹੇ ਨੇ, ਉਸ ਨਾਲ ਸਮਰੱਥਾ ਦਾ ਪਾੜਾ ਲਗਾਤਾਰ ਵੱਧਦਾ ਜਾ ਰਿਹਾ। ਉਹਨਾਂ ਆਖਿਆ ਕਿ ਤਕਨੀਕੀ ਤਰੱਕੀ ਆਪਣੀ ਰਫ਼ਤਾਰ ਨਾਲ ਸਾਨੂੰ ਲਗਾਤਾਰ ਹੈਰਾਨ ਕਰ ਰਹੀ ਹੈ, ਅਤੇ ਜੰਗ ਦੇ ਵਿੱਚ ਟੈਕਨੋਲੋਜੀ ਨਿਵੇਸ਼ ਅਤੇ ਪ੍ਰਭਾਵ ਨੇ ਇਹ ਸ਼ੀਸ਼ੇ ਵਾਂਗੂ ਸਾਫ਼ ਕਰ ਦਿੱਤਾ ਕਿ ਜੰਗ ਦੀ ਰਣਨੀਤੀ ਅਤੇ ਉਸ 'ਤੇ ਅਮਲ ਦੇ ਵਿੱਚ ਚੁਸਤੀ ਅਤੇ ਲਚਕਤਾ ਚਾਹੀਦੀ ਹੈ। ਏਅਰ ਮਾਰਸ਼ਲ AP ਸਿੰਘ ਨੇ ਇਹ ਵਿਚਾਰ ਰੱਖਿਆ ਮੰਤਰਾਲੇ ਵੱਲੋਂ ਹਿੰਦੁਸਤਾਨ ਐਰੋਨੋਟਿਕ ਲਿਮਿਟਡ ਨੂੰ ਮਾਰਚ 2025 ਤੱਕ 18 ਤੇਜਸ ਮਾਰਕ 1A ਜੰਗੀ ਜਹਾਜ਼ ਫੌਜ ਦੇ ਹਵਾਲੇ ਕਰਨ ਲਈ ਕਹਿ ਜਾਣ ਤੋਂ 2 ਮਹੀਨੇ ਬਾਅਦ ਆਏ ਨੇ।
ਟ੍ਰਿਬਿਊਨ ਪ੍ਰਕਾਸ਼ਨ ਸਮੂਹ ਨੇ ਆਪਣੇ 16 ਮਈ ਦੇ ਇਸ ਅੰਕ ਦੇ ਵਿੱਚ ਇਸ ਖਬਰ ਨੂੰ ਛਾਪਿਆ ਸੀ। ਐਚ ਏ ਐਲ ਜਿਹੜੀ ਇਹ ਹਿੰਦੁਸਤਾਨ ਐਰੋਨੋਟਿਕ ਲਿਮਿਟਡ ਹੈ, ਇਸ ਦਾ ਹੈੱਡਕੁਆਰਟਰ ਬੰਗਲੌਰ ਦੇ ਵਿੱਚ ਹੈ। ਰੱਖਿਆ ਮੰਤਰਾਲੇ ਵੱਲੋਂ ਆਰਡਰ ਕੀਤੇ ਗਏ 83 ਤੇਜਸ ਜੰਗੀ ਜਹਾਜ਼, ਜੋ ਅਜੇ ਤੱਕ ਪਹਿਲੀ ਖੇਪ ਮੰਤਰਾਲੇ ਨੂੰ ਨਹੀਂ ਦਿੱਤੀ ਗਈ, ਸੋ ਐਚ ਏ ਐਲ ਵੱਲੋਂ 48,000 ਕਰੋੜ ਰੁਪਏ ਦਾ ਇਹ ਆਰਡਰ ਫਰਵਰੀ 21 ਦੇ ਵਿੱਚ ਦਿੱਤਾ ਗਿਆ ਸੀ। ਅਤੇ ਇਹ ਸਮਝੌਤਾ ਸਹੀਬੱਧ ਹੋਣ ਤੋਂ 3 ਸਾਲ ਬਾਅਦ ਇਸੇ ਸਾਲ ਮਾਰਚ ਦੇ ਵਿੱਚ ਐਚ ਏ ਐਲ ਨੇ ਭਾਰਤੀ ਹਵਾਈ ਸੈਨਾ ਨੂੰ ਦੇਸ਼ ਦੇ ਵਿੱਚ ਬਣੇ ਜੰਗੀ ਜਹਾਜ਼ਾਂ ਦੀ ਪਹਿਲੀ ਖੇਪ ਦੇਣੀ ਸੀ ਇਸੇ ਸਾਲ। ਸੁਰੱਖਿਆ ਮੰਤਰਾਲੇ ਦੀ ਇੱਕ ਸਮੀਖਿਆ ਮੀਟਿੰਗ ਕਰਨ ਤੋਂ ਬਾਅਦ ਐਚ ਏ ਐਲ ਨੇ ਹੁਣ 2025 ਤੱਕ 18 ਜੰਗੀ ਹਵਾਈ ਜਹਾਜ਼ ਦੇਣ ਦੀ ਸਮਾਂ ਸੀਮਾ ਹਾਸਲ ਕਰਨ ਲਈ ਕਿਹਾ। ਹਵਾਈ ਸੈਨਾ ਦੇ ਵਿੱਚ ਵਧੇਰੇ ਜੰਗੀ ਜਹਾਜ਼ ਸ਼ਾਮਲ ਕਰਨ ਦੀ ਲੋੜ ਇਸ ਤੱਥ ਤੋਂ ਪਤਾ ਲੱਗਦੀ ਕਿ ਇਸ ਵੇਲੇ ਭਾਰਤੀ ਹਵਾਈ ਸੈਨਾ ਕੋਲ ਜਹਾਜ਼ਾਂ ਦੀ ਵੱਡੀ ਘਾਟ ਹੈ, ਕਿਉਂਕਿ ਜਿਹੜੇ ਉਹ ਮਿਗ ਜਿਹੜੇ ਜਲਦੀ ਜਾਂਦੇ ਸੀ, ਡਿੱਗ ਉੱਡਦੇ ਕਫਨ ਉਹਨਾਂ ਨੂੰ ਕਿਹਾ ਜਾਂਦਾ ਸੀ, ਰਸ਼ੀਆ ਮੇਡ ਪੁਰਾਣੇ ਜਹਾਜ਼ ਨੇ। ਅਤੇ ਇਸ ਸੰਬੰਧੀ ਹਵਾਈ ਸੈਨਾ ਕੋਲ ਜੰਗੀ ਜਹਾਜ਼ਾਂ ਦੀਆਂ 31 ਸਕੁਐਡਰਨਾਂ ਨੇ। ਹਰੇਕ ਸਕੁਐਡਰਨ ਦੇ ਵਿੱਚ 16 ਤੋਂ 18 ਜੰਗੀ ਜਹਾਜ਼ ਨੇ। ਅਤੇ ਇਸ ਤੋਂ ਇਲਾਵਾ 1980ਵਿਆਂ ਦੇ ਵਿੱਚ ਪੜਾਵਾਰ ਭਾਰਤੀ ਹਵਾਈ ਫੌਜ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ ਜੈਗੂਅਰ MiG-29 ਅਤੇ ਮਿਰਾਜ 2000 ਜੋ ਫਰਾਂਸ ਤੋਂ ਲਏ ਸੀਗੇ। ਜੰਗੀ ਜਹਾਜ਼ਾਂ ਦੇ ਬੇੜਿਆਂ ਦੀ ਵੀ 2029-30 ਤੋਂ ਬਾਅਦ ਇਹਨਾਂ ਬੈਂਚਾਂ ਦੀ ਸੇਵਾ ਮੁਕਤੀ ਹੋਣੀ ਹੈ। ਇਸ ਤਰ੍ਹਾਂ 4 ਤਰ੍ਹਾਂ ਦੇ ਇਹਨਾਂ ਜੰਗੀ ਜਹਾਜ਼ਾਂ ਦੀ ਗਿਣਤੀ 250 ਦੇ ਕਰੀਬ ਹੈ। ਇਹ ਵੀ ਤਕਰੀਬਨ ਆਪਣੀ ਮਿਆਦ ਪੁਗਾ ਚੁੱਕੇ ਨੇ, ਜਾਣੀ ਹੁਣ ਜਿਹੜੇ ਉਹ ਮਿਰਾਜ ਵਗੈਰਾ ਲਏ ਸੀਗੇ 2000 ਦੇ ਵਿੱਚ, ਅਤੇ 2029-30 ਦੇ ਵਿੱਚ ਇਹਨਾਂ ਸਾਰਿਆਂ ਨੇ ਵੀ ਕੰਡਮ ਹੋ ਜਾਣਾ। ਸੋ ਇਹ 250 ਦੇ ਕਰੀਬ ਟੋਟਲ ਜਹਾਜ਼ ਨੇ ਜੋ ਆਪਣੀ ਮਿਆਦ ਪੁਗਾ ਚੁੱਕੇ ਨੇ। ਇਸ ਯੋਜਨਾ ਦੇ ਮੁਤਾਬਕ ਅਗਲੇ ਵਿੱਤ ਵਰ੍ਹੇ ਤੋਂ 14-15 ਸਾਲਾਂ ਦੇ ਵਿੱਚ, ਜਾਣੀ ਕਿ 2038-39 ਤੱਕ ਭਾਰਤੀ ਹਵਾਈ ਸੈਨਾ ਨੂੰ 390 ਦੇਸੀ ਜੰਗੀ ਜਹਾਜ਼ ਬਣਾਉਣੇ ਪੈਣਗੇ। ਭਾਰਤੀ ਹਵਾਈ ਸੈਨਾ ਕੋਲ ਪਹਿਲਾਂ ਹੀ 40 ਤੇਜਸ ਮਾਰਕ 1 ਜੰਗੀ ਜਹਾਜ਼ ਨੇ, ਅਤੇ ਤੇਜਸ ਮਾਰਕ 1A ਤੇਜਸ ਜੰਗੀ ਜਹਾਜ਼ ਦਾ ਸੋਧਿਆ ਹੋਇਆ ਰੂਪ ਹੈ, ਜਿਹੜਾ ਕਿ 2025 ਦੇ ਵਿੱਚ 18 ਜਹਾਜ਼ ਮਿਲਣੇ ਨੇ। ਸੋ ਇਸ ਸੰਬੰਧੀ ਉਹਨਾਂ ਨੇ ਜਿਹੜਾ ਤੌਖਲਾ ਪ੍ਰਗਟ ਕੀਤਾ ਕਿ ਸਾਨੂੰ ਕਿ ਦੇਖੋ ਜੀ ਹਮਾਰੇ ਲੋਕਲ ਮੇਕ ਇਨ ਇੰਡੀਆ ਸਾਡੇ ਇਹ ਜਹਾਜ਼ ਬਣ ਗਿਆ, ਅਸੀਂ ਆਤਮ ਨਿਰਭਰ ਹੋ ਗਏ, ਕਿਤੇ ਇਹ ਨਾ ਹੋਵੇ ਮਾਫ਼ ਕਰਨਾ ਕਿ ਆਤਮ ਨਿਰਭਰ ਦੇ ਚੱਕਰ ਦੇ ਵਿੱਚ ਫਿਰ ਟੰਬੇ ਖਾ ਲਈਏ, ਹੈ ਨਾ। ਵੈਸੇ ਜਿਸ ਤਰ੍ਹਾਂ ਇੰਟਰਨੈਸ਼ਨਲ ਪੋਲੀਟਿਕਸ ਦਾ ਸਿਲਸਿਲਾ ਚੱਲ ਰਿਹਾ ਕਿ ਕਿਤੇ ਨਾ ਕਿਤੇ ਉਸ ਦੇ ਵਿੱਚ ਇਹ ਚੀਜ਼ਾਂ ਨੁਕਸਾਨਦਾਇਕ ਵੀ ਹੋ ਸਕਦੀਆਂ ਨੇ, ਪਰ ਹੁਣ ਸਾਰਾ ਕੁਛ ਹੀ ਅੰਬਾਨੀਆਂ ਅਡਾਨੀਆਂ ਨੂੰ ਦੇਈ ਜਾਓਗੇ ਤਾਂ ਇਹੀ ਕੁਛ ਹੋਣਾ, ਕਿਉਂਕਿ ਵਿਸ਼ਵ ਪੋਲੀਟਿਕਸ ਜਿਵੇਂ ਰਸ਼ੀਆ ਦੇ ਨਾਲ ਭਾਰਤ ਦੇ ਰਿਸ਼ਤੇ ਅਤੇ ਨਾਲ ਚੀਨ ਦੇ ਨਾਲ ਇੱਟ ਖੜਕਾ, ਪਾਕਿਸਤਾਨ ਨਾਲ ਇੱਟ ਖੜਕਾ ਅਤੇ ਅਮੈਰੀਕਾ ਦੇ ਨਾਲ ਇੱਟ ਖੜਕਾ, ਕਿਤੇ ਨਾ ਕਿਤੇ ਜਿਹੜੀ ਅੰਤਰਰਾਸ਼ਟਰੀ ਸਿਆਸਤ ਆ ਉਹ ਬਹੁਤ ਕੁੱਤੀ ਸ਼ੈ ਹੈ। ਸੋ ਮੌਲਾ ਮਿਹਰ ਕਰੇ ਜੀ ਮੁਲਕ 'ਤੇ। ਅਤੇ ਉੱਧਰ ਅਮਿਤ ਸ਼ਾਹ ਕਹਿੰਦਾ ਅੱਤਵਾਦ ਦੇ ਖਾਤਮੇ ਲਈ ਬਿਹਤਰ ਤਾਲਮੇਲ ਜ਼ਰੂਰੀ ਹੈ। ਭਾਈ ਇਹ ਜਿਹੜਾ ਤੁਸੀਂ ਅੱਤਵਾਦ ਤਾਂ ਖੁਦ ਵਧਾਈ ਜਾਂਦੇ ਹੋ ਕਿ ਤੁਸੀਂ ਮੁਸਲਿਮ ਹੋ, ਤੁਸੀਂ ਆਪਣੀਆਂ ਦੁਕਾਨਾਂ 'ਤੇ ਲਿਖੋ, ਮੁਲਕ ਦੇ ਨਾਗਰਿਕ ਨੇ ਯਾਰ, ਜੰਮੇ ਪਲੇ ਨੇ, ਹਿੰਦੂ ਧਰਮ ਦੀਆਂ ਕਮਜ਼ੋਰੀਆਂ ਕਰਕੇ ਅਗਲੇ ਮੁਸਲਮਾਨ ਹੋਏ ਨੇ। ਹੁਣ ਠੀਕ ਹੈ ਬਹੁਤ ਸਾਰੇ ਲੋਕ ਜਬਰੀ ਬਣਾਏ ਗਏ, ਇਹ ਸਿਰਫ ਦਿੱਲੀ ਯੂਪੀ ਤੱਕ ਸੀ, ਬਾਕੀ ਤਾਂ ਲੋਕ ਆਪਣੀ ਸਹਿਮਤੀ ਨਾਲ ਵੀ ਬਣੇ ਨੇ। ਜਦੋਂ ਤੁਸੀਂ ਉਹਨਾਂ ਨੂੰ ਚੌਥੇ ਪੌੜੇ ਵਾਲੇ ਕਹੋਗੇ, ਫਿਰ ਜੋ ਸਿੱਖਾਂ 'ਚ ਚੌਥੇ ਪੌੜੇ ਵਾਲੇ ਨੇ ਭਾਈ, ਉਹ ਡੇਰਿਆਂ 'ਚ ਹੀ ਜਾਣਗੇ, ਬਰਾਬਰ ਤਾਂ ਦੋ ਬੰਦਿਆਂ ਨੂੰ। ਹੁਣ ਇਕੱਲਾ ਬ੍ਰਹਮ ਦਾ ਰੂਪ ਤਾਂ ਨਹੀਂ ਬ੍ਰਾਹਮਣ ਹੈਗਾ, ਹੁਣ ਬ੍ਰਹਮ ਗ੍ਰੰਥ ਤਾਂ ਆਮ ਇੱਕ ਦਲਿਤ ਵੀ ਪੜ੍ਹ ਸਕਦਾ, ਕਿਹੜੀ ਸੰਸਕ੍ਰਿਤ ਨਹੀਂ ਸਿੱਖ ਸਕਦਾ ਉਹ, ਕੋਈ ਠੇਕਾ ਥੋੜ੍ਹੀ ਲਿਆ ਕੇ ਬ੍ਰਾਹਮਣ ਨਹੀਂ ਸਿੱਖਣਾ ਜਾਂ ਉੱਚ ਜਾਤ ਦੇ ਹੀ ਬੰਦੇ ਨੇ ਗੁਰਦੁਆਰੇ ਦਾ ਪ੍ਰਧਾਨ ਬਣਨਾ, ਕੋਈ ਵੀ ਬਣ ਸਕਦਾ। ਸੋ ਇਸ ਕਰਕੇ ਫਿਰ ਅਗਲੇ ਛੱਡ ਕੇ ਹੀ ਭੱਜਣਗੇ। ਖੈਰ ਲਓ ਦੋਸਤੋ,
ਮੈਂ ਵੀ ਹੁਣ ਛੱਡ ਕੇ ਭੱਜਾਂ ਤੁਹਾਨੂੰ। ਵਿੱਕੀ ਖੰਗੂੜਾ ਸਾਹਿਬ ਕਹਿੰਦੇ ਅੱਜ ਤਾਂ ਮੈਂ ਵੀ ਪੈਗ ਲਾ ਲਿਆ। ਚਲੋ ਕੋਈ ਗੱਲ ਨਹੀਂ, ਖਾ ਪੀ ਲੈਣਾ ਚਾਹੀਦਾ ਜੋ ਵੀ ਹੈ। ਹਾਂ, ਲਿਮਿਟ ਦੇ ਵਿੱਚ ਹਰ ਚੀਜ਼ ਰੱਖੇ। ਅੱਜ ਖੇਤਾਂ 'ਚ ਮੱਕੀ ਦਾ ਅਚਾਰ ਬਣਾ ਰਹੇ ਹਾਂ, ਜਾਣੀਏ ਚਾਲ ਸਾਹਿਬ ਕਹਿੰਦੇ। ਰਣਜੀਤ ਬਾਬਾ ਦੀ ਫਿਲਮ ਹੈ ਤੂਫਾਨ ਸਿੰਘ, ਹਾਂ ਉਹਦੇ 'ਚ ਉਹ ਡਰੰਮ ਦੇ ਵਿੱਚੋਂ ਗਨ ਕੱਢਦਾ। ਸੋ ਉਸ ਜਿਹੜਾ ਤੁਸੀਂ ਵੇਖੋ ਨਾ, ਮੈਂ ਅਕਸਰ ਕਹਿਣਾ ਕਿ ਉਸ 80 ਤੋਂ ਲੈ ਕੇ 94 ਤੱਕ ਜਿਹੜਾ 14 ਸਾਲ ਸਿਲਸਿਲਾ ਚੱਲਿਆ, ਉਸ ਦੌਰਾਨ ਅਸੀਂ ਆਪਣੇ ਪਿਛੋਕੜ 'ਤੇ ਝਾਤ ਮਾਰੀਏ ਕਿ ਅਸੀਂ ਕਿੰਨੇ ਵਜੇ ਘਰ ਵੜ ਜਾਂਦੇ ਸੀ। ਜੇ ਖੇਡਣ ਵੀ ਜਾਣਾ, ਘਰਦਿਆਂ ਨੇ ਕਹਿਣਾ ਸੂਰਜ ਛਪਣ ਤੋਂ ਪਹਿਲਾਂ ਪਹਿਲਾਂ ਘਰ ਚਾਹੀਦੇ ਹੋ, ਅਤੇ ਸਵੇਰੇ 10 ਵਜੇ ਨਿਕਲਦੇ ਸੀ। ਉਸ ਦੌਰਾਨ ਅਸੀਂ ਆਰਾਮ ਪ੍ਰਸਤ ਹੋ ਗਏ। ਈਵਨ ਦੁਕਾਨਦਾਰ ਵੀ ਇਹ ਹੁੰਦਾ ਸੀ, ਐਤਵਾਰ ਨੂੰ ਦੁਕਾਨ 'ਤੇ ਨਹੀਂ ਸੀ ਆਉਂਦਾ ਕੋਈ। ਅੱਗੇ ਇਹ ਸੀ ਕਿ ਐਤਵਾਰ ਤਾਂ ਜਾਣੀਏ ਜੇ ਪੋਚਾ ਮਰਨ ਬਾਣੀਏ। ਸੋ ਐਤਵਾਰ ਨੂੰ ਗਾਹਕ ਆਵੇ ਨਾ ਆਵੇ, ਬਾਣੀਏ ਵੀ ਆਪਣੀ ਦੁਕਾਨ 'ਤੇ ਪੋਚਾ ਮਰਦੇ ਸਨ, ਖੁਦ ਸਾਫ਼ ਸਫਾਈ ਕਰਦੇ ਸਨ। ਕੌਣ ਕਿਰਤ ਨਹੀਂ ਸੀ ਕਰਦਾ? ਬੜੇ ਹਿੰਦੂ ਵੀਰ ਖੇਤੀ ਕਰਦੇ ਸਨ, ਸਾਰਾ ਕੰਮ ਖੁਦ ਕਰਦੇ ਸਨ। ਸੋ ਇਸ ਕਰਕੇ ਉਹ ਜਿਹੜਾ ਵਰਕ ਕਲਚਰ ਹੈ ਨਾ, ਉਹਦੀ ਬੈਕਬੋਨ ਸਾਡੇ ਟੁੱਟੀ ਹੈ। ਦਲਵੀਰ ਸਿੰਘ ਪਲਾਕੀ ਕੁਵੈਤ ਤੋਂ, ਥੈਂਕ ਯੂ। ਹਾਂ, ਰੱਸੇ ਚੱਬਣਾ ਉਹ ਥੋੜ੍ਹਾ ਜਿਹਾ ਸਾਹਿਤਕ ਭਾਸ਼ਾ ਦੇ ਵਿੱਚ ਕਈ ਗੱਲਾਂ ਕਹਿਣੀਆਂ ਪੈਂਦੀਆਂ ਨੇ, ਕਿਉਂਕਿ ਉਹ ਜਿਹੜੀਆਂ ਕਤਿੱਤਾਂ ਹੁੰਦੀਆਂ ਨੇ ਨਾ, ਉਹ ਕਿਤੇ ਨਾ ਕਿਤੇ ਬੰਦਾ ਜਦੋਂ ਥੱਕਿਆ ਹੋਵੇ ਨਾ, ਇਸੇ ਕਰਕੇ ਕੈਦੀਆਂ ਨੂੰ ਬਾ ਮੁਸ਼ੱਕਤ ਸਜ਼ਾ ਕਿਉਂ ਦਿੱਤੀ ਜਾਂਦੀ ਹੈ ਕਿ ਕੋਈ ਨਾ ਕੋਈ ਕੰਮ ਕਰੋ, ਕਿਉਂਕਿ ਵਿਹਲਾ ਮਨ ਹਰਾਮ ਦਾ ਘਰ ਹੁੰਦਾ। ਅਤੇ ਵਿਹਲ ਨਾਲੋਂ ਵਿਗਾਰ ਭਲੀ ਸਾਡਾ ਇੱਕ ਟੋਟਕਾ ਸੀ, ਸੱਚ ਸੀ, ਮੰਤਰ ਸੀ। ਰਾਜਨ ਸੈਣੀ ਸਾਹਿਬ ਕਹਿੰਦੇ ਸੂਰਜ ਵਾਲੀ ਬੀਬੀ ਦੇ ਕਵਿਤਾ ਮੰਗਲਵਾਰ ਨੂੰ ਵੱਡੀ ਗੱਪ ਸੁਣਾ ਕੇ ਪੇਸ਼ ਕੀਤੀ ਜਾਏਗੀ। ਹਾਂ, ਦੱਬੀ ਚਲੋ ਕੰਮ, ਮੋਸਟ ਵੈਲਕਮ। ਅਰਪਨ ਐਂਡ ਸਿਮਰੋਜ਼ ਵਾਰਡ 1, ਥੈਂਕ ਯੂ। ਬਿਪਨ ਰਾਜਾ ਜੀ, ਥੈਂਕ ਯੂ। ਮਨਦੀਪ ਜੀ, ਥੈਂਕ ਯੂ। ਸ਼੍ਰੀ ਡਰਾਈਵਿੰਗ ਸਕੂਲ ਵਾਲੇ, ਥੈਂਕ ਯੂ ਜੀ। ਕਲਾ ਦੇ ਯੁੱਗ, ਕਲਾ ਦੇ ਯੁੱਗ ਦੇ ਵਿੱਚ ਕਿਰਤ ਪ੍ਰਧਾਨ ਬਾਬੇ ਨੇ ਆਪਣੇ ਹਿਸਾਬ ਨਾਲ ਬਣਾ ਲਿਆ, ਕੀਰਤਨ ਪ੍ਰਧਾਨਾ, ਬਿਲਕੁਲ। ਬਾਈ ਜੀ, ਦੁੱਧ ਵਾਲੇ ਵੀ ਕੀ ਕਰਨ, ਵੇਰਕਾ ਵਾਲੇ 3-3 ਪੇਮੈਂਟਾਂ ਥੱਲੇ ਰੱਖ ਕੇ ਪੈਸੇ ਦੱਬ ਰਹੇ ਨੇ। ਜੇ ਪੀ ਗੇਮਰ ਸਾਹਿਬ ਕਹਿੰਦੇ ਥੈਂਕ ਯੂ। ਸੰਦੀਪ ਕੁਕਰੇਜਾ ਸਾਹਿਬ, ਬਿਲਕੁਲ ਸਹੀ ਹੈ ਜੀ, ਥੈਂਕ ਯੂ। ਗੱਡੀ ਦੇ ਵਿੱਚ ਬਹਿ ਕੇ ਫੋਨ ਕਰਨ ਨੂੰ ਲਾਉਣ ਵਾਲੇ ਹੁਣ ਝੋਨੇ ਨੂੰ ਪਾਣੀ ਨਹੀਂ ਲਾ ਸਕਦੇ। ਰਜਿੰਦਰ ਕੁਮਾਰ ਜੀ, ਸਹੀ ਗੱਲ ਹੈ। ਕਾਵੜ ਯਾਤਰਾ ਕੀ ਹੁੰਦੀ ਹੈ, ਮੈਨੂੰ ਇਹਦੇ ਬਾਰੇ ਬਿਲਕੁਲ ਜਾਣਕਾਰੀ ਨਹੀਂ। ਉਹ ਕਾਂਵੜ ਯਾਤਰਾ ਕੰਗ ਸਾਹਿਬ ਇਹ ਕਾਫੀ ਚੱਲ ਪਈ ਹੈ, ਪਿਛਲੇ 5-1 ਸਾਲਾਂ ਤੋਂ ਪੰਜਾਬ 'ਚ ਵੀ ਹੋਣ ਲੱਗ ਪਈ ਹੈ। ਅਤੇ ਇਹ ਗੰਗਾ ਤੋਂ ਜਾ ਕੇ ਪਾਣੀ ਲੈ ਕੇ ਆਉਂਦੇ ਨੇ, ਫਿਰ ਸ਼ਿਵਰਾਤਰੀ ਵਾਲੇ ਦਿਨ ਸ਼ਿਵ ਮੰਦਿਰ ਦੇ ਵਿੱਚ ਉਸ ਸ਼ਿਵਲਿੰਗ 'ਤੇ ਪਾਣੀ ਚੜਾਉਂਦੇ ਨੇ ਕਿ ਪਵਿੱਤਰ ਪਾਣੀ ਪੈਦਲ ਲੈ ਕੇ ਆਉਂਦੇ ਨੇ। ਵੈਸੇ ਕਿੰਨਾ ਚੰਗਾ ਹੋਵੇ ਇੱਕ ਟੈਂਕਰ ਉੱਥੋਂ ਲਿਆ ਜਾਵੇ ਅਤੇ ਉਹ ਟੈਂਕਰ ਇਲਾਕੇ 'ਚ ਸਪਲਾਈ ਕਰ ਦਿਓ। ਹੁਣ ਤੁਸੀਂ ਵੇਖੋ ਕਿ ਮੋਢੇ 'ਤੇ ਵੀ ਤਾਂ ਲੈ ਕੇ ਆਉਂਦੇ ਹੋ। ਅਤੇ ਕਈ ਸੱਜਣਾਂ ਨੇ ਆਪਣੇ ਮਾਂ ਪਿਓ ਨੂੰ ਸਰਵਣ ਪੁੱਤਰ ਦੀ ਤਰ੍ਹਾਂ ਮੋਢੇ 'ਤੇ ਟੰਗਿਆ ਹੋਇਆ ਅਤੇ ਲੋਕ ਉਹਨਾਂ ਨੂੰ ਮੱਥਾ ਟੇਕ ਰਹੇ ਨੇ, ਘਰ ਭਾਵੇਂ ਮਾਂ ਪਿਓ ਦੇ ਘਸੁੰਨ ਮਾਰੀ ਜਾਣ, ਇੱਕ ਦਿਖਾਵਾ ਹੀ ਹੈ ਨਾ। ਨਾਲੇ ਤੁਸੀਂ ਵੇਖੋ ਕਿ ਬੰਦਾ ਹੁਣ ਉਹਨਾਂ ਨੂੰ ਮੋਢੇ 'ਤੇ ਚੱਕ ਕੇ ਯਾਤਰਾ ਕਰਾ ਰਿਹਾ। ਠੀਕ ਹੈ, ਸਰਵਣ ਪੁੱਤਰ ਦੇ ਵਕਤ ਉਹ ਰੁਝਾਨ ਸੀ ਕਿ ਜਿੱਥੇ ਰਾਤ ਪੈ ਗਈ ਬਹਿ ਗਏ, ਉਦੋਂ ਸਾਈਕਲ ਨਹੀਂ ਸੀਗੇ ਜਦੋਂ ਇਹ ਮਿੱਥਾਂ ਸਾਹਮਣੇ ਆਈਆਂ ਕਿ ਉਦੋਂ ਛੇਤੀ ਕਰ ਸਰਵਣ ਬੱਚਾ ਪਾਣੀ ਪਿਆ ਦੇ ਹੋਏ, ਹੈ ਨਾ, ਉਹ ਗੀਤ ਸੀਗਾ ਸਰਵਣ ਪੁੱਤਰ ਦਾ, ਉਦੋਂ ਇਹ ਸਮੇਂ ਦੀ ਜ਼ਰੂਰਤ ਸੀ। ਹੁਣ ਸਰਵਣ ਪੁੱਤਰ 500 ਦੀ ਦਿਹਾੜੀ ਲਾਵੇ ਇੱਕ ਦਿਨ 'ਚ, ਅਤੇ ਹੌਲੀ ਹੌਲੀ 10-15,000 ਡਾਊਨ ਪੇਮੈਂਟ ਇਕੱਠੀ ਕਰਕੇ ਉਹ ਆਪਣੇ ਇੱਕ ਟੈਕਸੀ ਲੈ ਕੇ ਵੀ ਜਾ ਸਕਦਾ। ਹੁਣ ਹਰਿਦੁਆਰ ਤਾਂ 500 ਕਿਰਾਇਆ ਨਹੀਂ ਲੱਗਦਾ, ਅਤੇ ਮੋਢਿਆਂ 'ਤੇ ਟੰਗ ਕੇ ਉੱਥੇ ਇੰਨੇ ਦਿਨ ਉਹ ਖੋਝਲਦਾ ਫਿਰਦਾ,
ਇੱਕ ਦਿਨ 'ਚ ਕਿੰਨੀ ਕੁ ਕਿਲੋਮੀਟਰ ਤੁਰ ਲਏਗਾ ਵੀ ਸਰਵਣ ਪੁੱਤਰ? 5 ਕਿਲੋਮੀਟਰ ਕੱਢ ਲੂ, 10 ਕੱਢ ਲੂ, ਹਰਿਦੁਆਰ ਕਿੰਨਾ? 400-500 ਕਿਲੋਮੀਟਰ ਪੈ ਜਾਂਦਾ ਇੱਥੋਂ। ਕਿੰਨੇ ਦਿਨ ਲੱਗ ਜਾਣਗੇ ਉਹਨੂੰ? ਇੱਕ ਦਿਖਾਵਾ ਹੀ ਹੈ ਨਾ ਕਿ ਮਾਂ ਪਿਓ ਦੀ ਸੇਵਾ ਕਰਦਾ। ਤੁਸੀਂ ਆਪਣਾ ਕਿਰਤ ਕਰੋ, ਕਿਰਤ ਕਰਕੇ ਉਹਨਾਂ ਨੂੰ ਵਧੀਆ ਗੱਡੀ 'ਚ ਬਿਠਾ ਕੇ ਲਿਜਾਓ। ਤੁਸੀਂ ਉੱਥੇ ਹੁਜਕੇ ਮਾਰਦੇ ਜਾਂਦੇ ਹੋ, ਕਦੇ ਬੇਬੇ ਪਲਟ ਗਈ, ਕਦੇ ਬਾਪੂ ਪਲਟ ਗਿਆ, ਕਿਹੜੀ ਯਾਰ ਇਹ ਮਾਤਾ ਪਿਤਾ ਦੀ ਸੇਵਾ ਆ? ਸੋ ਮਤਲਬ ਡਰਾਮਾ ਸਾਡੇ, ਸਰਵਣ ਪੁੱਤਰ ਬਣਨਾ ਚਾਹੁੰਦੇ ਅਸੀਂ ਯਾਰ। ਦੱਸ, ਬਣ ਲਓ ਸਰਵਣ ਪੁੱਤਰ। ਹੁਣ ਖੁਦਾ ਨਾ ਖਾਸਾ, ਜਿਹੜੀ ਤੱਕੜੀ 'ਚ ਤੁਸੀਂ ਵੇਖੋ ਕਿ ਬਹੁਤ ਸਾਰੇ ਕਾਂਵੜੀਏ ਇਸ ਤਰ੍ਹਾਂ ਲੈ ਕੇ ਆ ਰਹੇ ਨੇ। ਹੁਣ ਜੇ ਸਪੋਜ ਕਰੋ ਉਹ ਤੱਕੜੀ ਦੀ ਇੱਕ ਰੱਸੀ ਜੀ ਟੁੱਟ ਜੇ, ਅਤੇ ਮਾਤਾ ਜੀ ਦੀ ਤਾਂ ਪਿੱਠ ਫੁੱਟ ਜੂ, ਅਤੇ ਬੁੜੇ ਦੀ, ਤੁਹਾਡੇ ਬਾਪੂ ਜੀ ਦੀ ਕਹਿਵਾਂ, ਮੈਂ ਬੁੜਾ ਨਾ ਕਹਾਂ, ਉਹਦੇ ਮਣ ਕੇ ਹਿੱਲ ਜਾਣੇ ਆ। ਯਾਰ ਇਹ ਕੋਈ ਤਰੀਕਾ ਹੈ? ਸਰਵਣ ਪੁੱਤਰ ਵੇਲੇ ਇਹ ਗੱਲਾਂ ਮੰਨਿਆ ਹੈਗੀਆਂ ਸੀ, ਪਰ ਅੱਜ ਇਹ ਚੀਜ਼ਾਂ ਨਹੀਂ ਹੈ। ਅੱਜ ਇਹ ਧਰਮ ਦਾ ਡਰਾਮਾ ਆ ਸਰਵਣ ਪੁੱਤਰ। ਤੁਸੀਂ ਵਧੀਆ ਆਪਣੀ ਮਿਹਨਤ ਕਰੋ, ਚੰਗੀ ਦਿਹਾੜੀ, ਜੇ ਤੁਹਾਡੇ ਕੋਲ ਕੋਈ ਵੀ ਕੰਮ ਨਹੀਂ, 500-700 ਰੁਪਏ ਦਿਹਾੜੀ ਚੱਲਦੀ ਹੈ, 650-700 ਰੁਪਏ ਦਿਹਾੜੀ ਚੱਲਦੀ ਹੈ ਪੰਜਾਬ 'ਚ ਮਜ਼ਦੂਰ ਦੀ। 21,000 ਰੁਪਈਆ ਬਣਦਾ, 21,000 ਰੁਪਏ ਨਾਲ ਆਪਣਾ ਵਧੀਆ ਇੱਕ ਗੱਡੀ ਬੁੱਕ ਕਰਾਓ, ਅਤੇ ਆਰਾਮ ਨਾਲ ਬੇਬੇ ਬਾਪੂ ਨੂੰ ਘੁਬਾ ਕੇ ਲਿਆਓ। ਸੋ ਗੱਲ ਉਹੀ ਹੈ ਨਾ ਕਿ ਹਰੇਕ ਹੀ, ਅਤੇ ਫਿਰ ਉੱਥੇ ਜੇ ਕੋਈ ਕਾਂਵੜ ਵਾਲਾ ਜਾਂਦਾ, ਜੇ ਕੋਈ ਉਹਨਾਂ ਨੂੰ ਕ੍ਰੋਸ ਕਰਦਾ, ਮੋਟਰਸਾਈਕਲ ਵਾਲਿਆਂ ਦੇ ਥੱਪੜ ਮਾਰਦੇ ਨੇ। ਯਾਰ ਉਹ ਵੀ ਤਾਂ ਹਿੰਦੂ ਨੇ, ਹੁਣ ਕਾਂਵੜ ਵਾਲੇ ਨੂੰ ਕਿਹੜਾ ਉਹ ਕਰੰਟ ਮਾਰ ਦੂਗਾ? ਮਤਲਬ ਉਹੀ ਧਰਮ ਦਾ ਡਰਾਮਾ ਜੀ, ਅਸੀਂ ਫਲਾਂ ਯਾਤਰਾ ਜੀ, ਢਮਗਾਂ ਯਾਤਰਾ ਜੀ ਕਰੋ। ਸੜਕ 'ਤੇ ਚੱਲਣ ਲਈ ਥੋੜ੍ਹੀ ਇਹ ਚੀਜ਼ਾਂ, ਸੜਕ 'ਤੇ ਜਿਹਨੇ ਟੈਕਸ ਭਰਿਆ ਉਹਨੂੰ ਵੀ ਜਾਣ ਦਾ ਅਧਿਕਾਰ ਹੈ, ਜਾਂ ਤੁਹਾਨੂੰ ਧਰਮ ਵਾਲਿਆਂ ਨੂੰ ਅਧਿਕਾਰ ਹੈ ਕਿ ਛਬੀਲ ਲਾਉਣੀ ਹੈ ਜਾਂ ਇਹ ਲਾਉਣਾ? ਤੁਸੀਂ ਦੂਸਰੇ ਦੇ ਆਜ਼ਾਦੀ ਦੇ ਵਿੱਚ ਖਲਲ ਨਾ ਪਾਓ, ਇਹ ਧਰਮ ਹੈ। ਖੈਰ ਕੀਤਾ ਕੀ ਜਾਵੇ, ਜਦੋਂ ਸਰਕਾਰਾਂ ਪ੍ਰਮੋਟ ਕਰਨ, ਉਹ ਕਹਿੰਦੇ ਹਿੰਦੂ ਰਾਸ਼ਟਰ ਬਣਾਉਣਾ, ਅਤੇ ਸਾਡੇ ਵਾਲੇ ਵਹੀਰ ਵਾਲੇ ਕਹਿੰਦੇ ਖਾਲਿਸਤਾਨੀ ਰਾਸ਼ਟਰ ਬਣਾਉਣਾ, ਕਾਮਰੇਡ ਕਹਿੰਦੇ ਅਸੀਂ ਨਿਰਪੱਖ ਰਾਸ਼ਟਰ ਬਣਾਉਣਾ। ਸੋ ਇਹ ਸਿਲਸਿਲਾ ਚੱਲੀ ਜਾ ਰਿਹਾ। ਚਲੋ ਕੋਈ ਨਹੀਂ ਜੀ, ਰੱਬ ਸਮੱਤ ਬਖਸ਼ੇ ਸਭ ਸੱਜਣਾਂ ਨੂੰ, ਅਤੇ ਸਭ ਦਾ ਧੰਨਵਾਦ ਸਾਨੂੰ ਸਪੋਰਟ ਕੀਤਾ SS ਟਕਿੰਗ ਤੋਂ, ਸੁਖਜੀਤ ਸੰਧੂ ਰੁੜਕਾ ਕਲਾਂ ਵਾਲਿਆਂ ਨੇ, ਜਿਨ੍ਹਾਂ ਨੂੰ ਓਨਰ ਪੇਟਰਾਂ ਦੀ ਜ਼ਰੂਰਤ ਹੈ, ਵਧੀਆ ਕਿਰਾਏ ਭਾੜੇ ਨੇ। ਅਤੇ ਤੁਸੀਂ ਸੰਪਰਕ ਕਰਨਾ SS ਟਕਿੰਗ ਤੋਂ, ਸੁਖਜੀਤ ਸੰਧੂ ਰੁੜਕਾ ਕਲਾਂ ਵਾਲਿਆਂ ਦਾ ਨੰਬਰ 510-750-3598, 5107503598 ਨੰਬਰ ਹੈ ਸੁਖਜੀਤ ਸਿੰਘ ਸੰਧੂ ਰੁੜਕਾ ਕਲਾਂ ਵਾਲਿਆਂ ਦਾ। ਇਸੇ ਤਰ੍ਹਾਂ ਸਾਨੂੰ ਸਪੋਰਟ ਕੀਤਾ ਵਿਸ਼ਿੰਗਟਨ ਫੀਲਡ ਸਰਵਿਸ ਨੇ, ਸਿਆਟਲ ਦੇ ਲੋਅ ਡਰਾਈਵਿੰਗ ਦੀ ਜੋਬ ਲਈ ਹਮੇਸ਼ ਯਾਦ ਰੱਖੋ ਵਿਸ਼ਿੰਗਟਨ ਫੀਲਡ ਸਰਵਿਸ ਤੋਂ, ਜਗਦੇਵ ਸਿੰਘ ਸੰਧੂ ਹੋਰਾਂ ਦਾ ਨੰਬਰ 253-266-6924, ਗੈਰੀ ਧਾਲੀਵਾਲ ਦਾ ਨੰਬਰ 206-354-4060। ਸਿਆਟਲ ਦੇ ਲੋਅ ਡਰਾਈਵਿੰਗ ਦੀ ਜੋਬ ਲਈ ਹਮੇਸ਼ ਯਾਦ ਰੱਖੋ ਵਿਸ਼ਿੰਗਟਨ ਫੀਲਡ ਸਰਵਿਸ। ਅਤੇ ਸਾਨੂੰ ਸਪੋਰਟ ਕੀਤਾ ਬਲਵੀਰ ਸਿੰਘ ਉਸਮਾਨਪੁਰ ਪਰਿਵਾਰ ਨੇ, ਜਿਨ੍ਹਾਂ ਦੇ ਅਮਰੀਕਾ 'ਚ ਕਈ ਸਾਰੇ ਕਾਰੋਬਾਰ ਨੇ। ਵਾਸ਼ਿੰਗਟਨ ਦੇ ਵਿੱਚ ਇਹਨਾਂ ਦਾ ਅਰਲਿੰਗਟਨ ਫਿਊਲ ਸਟਾਪ 1801 ਪਾਨਰ ਈਸਟ ਹਾਈਵੇ ਐਗਜ਼ਿਟ 208 'ਤੇ। ਇਸ ਲੋਕੇਸ਼ਨ 'ਤੇ ਫ੍ਰੀ ਕੌਫੀ, ਈਮੇਲ ਫੈਕਸ ਕਰਨ ਦੀ ਸੁਵਿਧਾ, ਅਤੇ ਟਰੱਕ ਪਾਰਕਿੰਗ ਫ੍ਰੀ ਹੈ, ਨਾਲ ਟਰੱਕਾਂ ਦਾ ਸਮਾਨ ਸਮਰੀ ਖਰੀਦ ਸਕਦੇ ਹੋ। ਦੂਜੀ ਲੋਕੇਸ਼ਨ ਕੈਲੀਫੋਰਨੀਆ 'ਚ ਲੋਸਟਲ ਟਰੈਵਲ ਸੈਂਟਰ 1414 ਅਲੋਮਾ ਸਟੇਟ, ਲੋਸਟਲ ਟਰੈਵਲ ਸੈਂਟਰ। ਅਤੇ ਬਲਵੀਰ ਸਿੰਘ ਸਮਾਨਪੁਰ ਹੋਰਾਂ ਦੇ ਭਰਾ ਸਾਹਰਜਾਬ ਸਿੰਘ ਦਾ ਨੰਬਰ ਨੋਟ ਕਰ ਲਓ, 425-232-84-13, 4252328413 ਨੰਬਰ ਹੈ ਹਰਜਾਬ ਸਿੰਘ ਹੋਰਾਂ ਦਾ। ਬਟੇਨ ਦੇ ਲੀਡਸ ਸ਼ਹਿਰ ਦੇ ਵਿੱਚ ਕੱਲ੍ਹ ਰਾਤ ਭਾਰੀ ਹਿੰਸਾ ਹੋਈ, ਵੱਡੀ ਸੰਖਿਆ ਦੇ ਵਿੱਚ ਲੋਕ ਸ਼ਹਿਰ ਦੇ ਵਿੱਚ ਇਕੱਠਾ ਹੋਏ, ਅਤੇ ਹੁੜਦੰਗ ਮਚਾਇਆ। ਦੰਗਈਆਂ ਨੇ ਇੱਕ ਡਬਲ ਡੈਕਰ ਬੱਸ ਨੂੰ ਵੀ ਅੱਗ ਲਾ ਦਿੱਤੀ, ਅਤੇ ਪੁਲਿਸ ਵੈਨ 'ਤੇ ਵੀ ਹਮਲਾ ਕੀਤਾ। ਕਿਤੇ ਤੌਰ 'ਤੇ ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਦੇ ਵਿੱਚ ਵੱਡੀ ਸੰਖਿਆ ਦੇ ਵਿੱਚ ਲੋਕ ਪੁਲਿਸ ਦੀ ਵੈਨ ਨੂੰ ਪਲਟਦੇ ਦਿਖਾਈ ਦੇ ਰਹੇ ਨੇ,
ਅਤੇ ਇਸ ਮੀਡੀਆ ਦੇ ਵਿੱਚ ਬੱਚੇ ਵੀ ਹੜਦੰਗ ਮਚਾਉਂਦੇ ਨਜ਼ਰ ਆ ਰਹੇ ਨੇ। ਇਹਨਾਂ ਦੰਗਿਆਂ ਦਾ ਕਾਰਨ ਸਥਾਨਕ ਚਾਇਲਡ ਕੇਅਰ ਏਜੰਸੀ ਦੀ ਤਰਫੋਂ ਬੱਚਿਆਂ ਨੂੰ ਉਹਨਾਂ ਦੇ ਮਾਤਾ ਪਿਤਾ ਤੋਂ ਅਲੱਗ ਕਰਕੇ ਚਾਇਲਡ ਕੇਅਰ ਹੋਮ ਦੇ ਵਿੱਚ ਲਿਜਾਣ ਤੋਂ ਇਹ ਵਿਵਾਦ ਹੋਇਆ। ਅੱਖੀਂ ਦੇਖਣ ਵਾਲਿਆਂ ਦਾ ਦੱਸਣਾ ਕਿ ਰੋਮਾ ਜਾਣੀ ਕਿ ਖਾਨਾ ਬਦੋਸ਼ ਹੈ, ਮੂਲ ਰੂਪ ਦੇ ਵਿੱਚ ਇੱਕ ਪਿਤਾ ਕਥਿਤ ਤੌਰ 'ਤੇ ਇੱਕ ਬੱਚੇ ਦੀ ਕੁੱਟਮਾਰ ਕਰਦਾ ਹੈ ਅਤੇ ਜਿਸ ਤੋਂ ਬਾਅਦ ਉਸ ਬੱਚੇ ਨੂੰ ਚਾਇਲਡ ਕੇਅਰ ਏਜੰਸੀ ਦੇ ਅਧਿਕਾਰੀ ਉਕਤ ਪਰਿਵਾਰ ਦੇ ਚਾਰ ਬੱਚਿਆਂ ਨੂੰ ਆਪਣੇ ਨਾਲ ਲੈ ਜਾਂਦੇ ਨੇ ਕਿ ਬੱਚਿਆਂ 'ਤੇ ਪਿਓ ਜ਼ੁਲਮ ਕਰ ਰਿਹਾ। ਫਿਰ ਪਰਿਵਾਰ ਵਾਲੇ ਅਤੇ ਸਥਾਨਕ ਲੋਕਾਂ ਨੇ ਉਸ ਚਾਇਲਡ ਕੇਅਰ ਏਜੰਸੀ ਦਾ ਵਿਰੋਧ ਕੀਤਾ ਅਤੇ ਜਿਹੜਾ ਮਾਮਲਾ ਵਿਰੋਧ ਤੋਂ ਬਾਅਦ ਹਿੰਸਾ ਦਾ ਰੂਪ ਧਾਰਨ ਕਰ ਗਿਆ। ਅੱਖੀਂ ਦੇਖਣ ਵਾਲਿਆਂ ਦਾ ਦੱਸਣਾ ਕਿ ਪੀੜਤ ਬੱਚੇ ਦੇ ਪਿਤਾ ਦੇ ਅਨੁਸਾਰ ਉਹ ਆਪਣੇ ਬੱਚੇ ਦੀ ਉਹ ਕੁੱਟਮਾਰ ਨਹੀਂ ਸੀ ਕਰ ਰਿਹਾ। ਬੀਤੇ ਮਹੀਨੇ ਇੰਗਲੈਂਡ ਦੇ ਇਸ ਲੀਡ ਸ਼ਹਿਰ ਦੇ ਵਿੱਚ ਹੇਅਰ ਹਿਲਸ ਇਲਾਕੇ ਦੇ ਵਿੱਚ ਕਈ ਪਰਿਵਾਰਾਂ ਦੇ ਬੱਚਿਆਂ ਨੂੰ ਅਲੱਗ ਕਰਕੇ ਉਹਨਾਂ ਪਰਿਵਾਰਾਂ ਤੋਂ ਚਾਇਲਡ ਕੇਅਰ ਹੋਮ ਦੇ ਵਿੱਚ ਰੱਖਿਆ ਗਿਆ। ਦਰਅਸਲ UK ਦੇ ਵਿੱਚ ਇਹ ਕਾਨੂੰਨ ਹੈ ਕਿ ਅਗਰ ਪ੍ਰਸ਼ਾਸਨ ਨੂੰ ਲੱਗਦਾ ਕਿ ਕੋਈ ਮਾਪੇ ਬੱਚੇ ਦੀ ਠੀਕ ਤਰ੍ਹਾਂ ਦੇਖਭਾਲ ਨਹੀਂ ਕਰ ਸਕਦੇ ਜਾਂ ਉੱਥੇ ਬੱਚਿਆਂ ਦੇ ਨਾਲ ਕੋਈ ਜ਼ੁਲਮ ਹੋ ਰਿਹਾ ਤਾਂ ਉਹ ਬੱਚਿਆਂ ਨੂੰ ਮਾਪਿਆਂ ਤੋਂ ਖੋ ਕੇ ਉਹਨਾਂ ਨੂੰ ਚਾਇਲਡ ਕੇਅਰ ਹੋਮ ਦੇ ਵਿੱਚ ਰੱਖਦੇ ਨੇ। ਸੋ ਜਿਸ ਨੂੰ ਲੈ ਕੇ ਇਹ ਇੱਕ ਖਾਨਾ ਬਦੋਸ਼ ਸੀ ਰੋਮਾ, ਜਿਸ ਨੇ ਇਹ ਇਸ ਗੱਲ 'ਤੇ ਕਿ ਮੈਂ ਬੱਚੇ ਨੂੰ ਕੁੱਟ ਨਹੀਂ ਸੀ ਰਿਹਾ, ਮੇਰੇ 'ਤੇ ਬਿਨਾਂ ਵਜ੍ਹਾ ਦੋਸ਼ ਲੱਗਿਆ ਅਤੇ ਫਿਰ ਜਿਸ ਸਿਲਸਿਲੇ ਵਿੱਚ ਇਹ ਹੜਦੰਗ ਮੱਚਿਆ, ਜਿਸ ਦੌਰਾਨ ਪੁਲਿਸ ਦੀ ਵੈਨ ਨੂੰ ਵੀ ਸਾੜ ਦਿੱਤਾ ਗਿਆ ਅਤੇ ਇੱਕ ਡਬਲ ਡੈਕਰ ਬੱਸ ਨੂੰ ਵੀ ਅੱਗ ਦੀ ਭੇਂਟ ਕੀਤਾ ਗਿਆ। ਸੋ ਇਸ ਤਰ੍ਹਾਂ ਦੇ ਹੜਦੰਗੀ ਇਸ ਤਰ੍ਹਾਂ ਕਰਦੇ ਨੇ ਜੀ। ਅਤੇ ਉੱਧਰ ਰਾਂਚੀ ਜ਼ਿਲ੍ਹਾ ਪੁਲਿਸ ਦਾ ਇੱਕ ਸਹਾਇਕ ਪੁਲਿਸ ਕਰਮਚਾਰੀਆਂ ਨੂੰ ਕੁੱਟ ਰਿਹਾ। ਇਹ ਕਹਾਣੀ ਅਸਲ ਦੇ ਵਿੱਚ ਕੋਈ ਹੋਰ ਹੈ। CM ਝਾਰਖੰਡ ਦੀ ਰਿਹਾਇਸ਼ ਨੂੰ ਘੇਰਨ ਜਾ ਰਹੇ ਸਹਾਇਕ ਪੁਲਿਸ ਕਰਮਚਾਰੀਆਂ ਨੂੰ ਜ਼ਿਲ੍ਹਾ ਪੁਲਿਸ ਦੇ ਜਵਾਨਾਂ ਨੇ ਦੌੜਾ ਦੌੜਾ ਕੇ ਕੁੱਟਿਆ ਅਤੇ ਇਸ ਝੜਪ ਦੇ ਵਿੱਚ 4 ਮਹਿਲਾਵਾਂ ਸਮੇਤ 24 ਲੋਕ ਜ਼ਖਮੀ ਹੋ ਗਏ ਨੇ। ਦਰਅਸਲ 2017 ਤੋਂ ਨਕਸਲ ਪ੍ਰਭਾਵਿਤ ਝਾਰਖੰਡ ਦੇ 8 ਜ਼ਿਲ੍ਹਿਆਂ ਦੇ ਵਿੱਚ 25,000 ਸਹਾਇਕ ਪੁਲਿਸ ਕਰਮਚਾਰੀਆਂ ਨੂੰ 3 ਸਾਲ ਦੇ ਅਨੁਬੰਧ 'ਤੇ ਬਹਾਲ ਕੀਤਾ ਗਿਆ ਸੀ ਅਤੇ ਇਸ ਸਾਲ ਇਹਨਾਂ ਦਾ ਇਹ ਜਿਹੜੀ ਜੌਬ ਹੈ ਉਹ ਅੱਗੇ ਵਧਣੀ ਸੀਗੀ, ਲੇਕਿਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਬਰਾਬਰ ਦਾ ਕੰਮ ਅਤੇ ਬਰਾਬਰ ਦੇ ਸਹਾਇਕ ਪੁਲਿਸ ਕਰਨ, ਜਾਣੀ ਇਹ ਕੱਚੇ ਸੀਗੇ ਪੁਲਿਸ ਮੁਲਾਜ਼ਮ, 2500 ਦੇ ਕਰੀਬ ਇਹਨਾਂ ਨੂੰ ਪਰਮਾਨੈਂਟ ਕਰਨਾ ਸੀ ਅਤੇ ਇਹਨਾਂ ਦੇ ਵੇਜ਼ਸ ਰੱਖਣੇ ਸੀ ਜਿਵੇਂ SPO ਵਗੈਰਾ ਆਪਣੇ ਹੋਮਗਾਰਡ ਕੱਚੇ ਰੱਖੇ ਹੁੰਦੇ ਆ। ਅਤੇ ਇਹ ਪੁਲਿਸ ਵਾਲੇ ਫਿਰ ਆਪਣੇ ਵੇਜ਼ਸ ਨੂੰ ਲੈ ਕੇ CM ਝਾਰਖੰਡ ਦਾ ਦਫ਼ਤਰ ਘੇਰਨ ਜਾ ਰਹੇ ਸੀ ਤਾਂ ਫਿਰ ਪੱਕੀ ਪੁਲਿਸ ਨੇ ਕੱਚੀ ਪੁਲਿਸ ਨੂੰ ਕੁੱਟ ਕੁੱਟ ਕੇ ਕੱਚਾ ਕੀਤਾ। ਮਤਲਬ ਇੱਦਾਂ ਵੀ ਇਹ ਮੁਲਕ ਦੇ ਵਿੱਚ ਤਸਵੀਰ ਬੜੀ ਅਜੀਬ ਹੈ, ਵੀਡੀਓ ਤੁਸੀਂ ਵੇਖੀ ਹੋਣੀ ਹੈ ਕਿ ਪੁਲਿਸ ਪੁਲਿਸ ਨੂੰ ਕੁੱਟ ਰਹੀ ਆ, ਹੈ ਨਾ, ਉੱਧਰ ਜਿਹੜੀ ਪੁਲਿਸ ਕੁੱਟ ਖਾ ਰਹੀ ਉਹਨਾਂ ਨੇ ਵੀ ਡੰਡੇ ਚੱਕੇ ਹੋਏ ਨੇ, ਹੈ ਨਾ। ਸੋ ਕਮਾਲ ਹੈ ਜੀ, ਕੱਚੇ ਅਤੇ ਪੱਕੇ 'ਚ ਇੰਨਾ ਫਰਕ ਹੈ। ਅਤੇ ਲਓ ਫਿਰ ਦੋਸਤੋ ਬਾਕੀ ਖਬਰਾਂ ਫਿਰ ਸ਼ਾਮ ਨੂੰ। ਕੱਲ੍ਹ ਕਹਾਣੀ ਤੁਹਾਨੂੰ ਵਧੀਆ ਲੱਗੀ, ਅਲੱਗ ਹੀ ਕਹਾਣੀ ਸੀਗੀ ਅਤੇ ਜਿਸ ਨੂੰ ਤੁਸੀਂ ਪਸੰਦ ਕੀਤਾ, ਹਰਚੰਦ ਸਿੰਘ ਬਾਗੜੀ ਦੀ ਕਹਾਣੀ ਸੀ, ਧੰਨਵਾਦ। ਇਹ ਕਹਾਣੀ ਆਪਣੇ ਕਹਾਣੀਆਂ ਦੀ ਲਿਸਟ ਦੇ ਵਿੱਚ ਨੇ, ਉੱਥੋਂ ਤੁਸੀਂ ਸੁਣੋ ਅਤੇ ਅੱਗੇ ਸ਼ੇਅਰ ਜ਼ਰੂਰ ਆਪਣੇ ਦੋਸਤਾਂ ਮਿੱਤਰਾਂ ਤੱਕ ਕਰਿਓ। ਸੋ ਇਸ ਦੇ ਨਾਲ ਹੀ ਹੁਣ ਵਕਤ ਤੁਹਾਡੇ ਤੋਂ ਵਿਦਾਇਗੀ ਦਾ ਅਤੇ ਆਪਣੇ ਦੋਸਤ ਪਰਮਿੰਦਰ ਸਿੰਘ ਟਵਾਣਾ ਨੂੰ ਹੁਣ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਦਿਓ ਆ ਗਿਆ ਅਤੇ ਸ਼ਾਮਾਂ ਨੂੰ ਹੁੰਦੀ ਹੈ ਫਿਰ ਮੁਲਾਕਾਤ 7:30 ਵਜੇ। ਤਦ ਤੱਕ ਲਈ ਫਿਰ ਹੁਣ ਦਿਓ ਆ ਗਿਆ, ਧੰਨਵਾਦ, ਸਤਿ ਸ਼੍ਰੀ ਅਕਾਲ, ਜੁੜੇ ਰਹੋ ਟਿਵਾਣਾ ਰੇਡੀਓ ਦੇ ਨਾਲ।
ਹੂੰ।